पर उस तो पहला जिहड़ी आपां गल करदे सी ਉਹ ਬੜੀ ਜ਼ਰੂਰੀ ਆ ਭਈ ਸਾਨੂੰ ਵੀ ਉਹ ਆਡੀਓ ਵੀ ਉਹਦੇ ਨਾਲ ਹੀ ਸੰਬੰਧਿਤ ਆ ਭਈ ਜਿਹੜਾ ਬ੍ਰਾਹਮਣ ਦਾ ਧਰਮ ਸੀਗਾ ਨਾ ਹਾਂਜੀ ਉਹਨੇ ਲੋਕਾਂ ਨੂੰ ਜਿੱਦਾਂ ਆਪਣੇ ਕਾਬੂ 'ਚ ਰੱਖਣ ਲਈ ਜੀ ਆਪਣਾ ਗਲਵਾ ਪਾਈ ਰੱਖਣ ਲਈ ਆਪਣੇ ਵੱਧ ਤੋਂ ਵੱਧ ਹੱਕ ਮੰਨਣ ਲਈ ਸਾਰਿਆਂ ਨੂੰ ਭੋਗਣ ਲਈ ਹਾਂਜੀ ਪੈਸੇ ਪੱਖੋਂ ਵੀ ਸਰੀਰ ਪੱਖੋਂ ਵੀ ਸੁੱਖਾਂ ਪੱਖੋਂ ਵੀ ਜੀ ਜੀ ਤੇ ਸਾਰਿਆਂ ਤੋਂ ਸੇਵਾ ਕਰਵਾਈ ਉਹਨੇ ਨਿਯਮ ਬਣਾਇਓ ਸੀ ਹੁਣ ਇੱਦਾਂ ਦੇ ਹਾਂਜੀ ਹਾਂਜੀ ਤੇ ਉਹੀ ਕੁਛ ਤਕਰੀਬਨ ਸਾਡੇ ਨੇੜੇ ਜਿਹੜਾ ਜਿਹੜਾ ਆ ਰਿਹਾ ਆ ਵੀ ਜਿਹੜੀ ਮੈਂ ਗੱਲ ਕਰਦਾ ਸੀ ਵਰਤਾਂ ਦੀ ਵੀ ਐਡਾ ਵੱਡਾ ਗੁਨਾਹ ਜਾਣੀ ਇੱਦਾਂ ਸਮਾਜ ਨੂੰ ਸੁਰੱਖਿਅਤ ਰੱਖਣ ਦਾ ਦਾਅਵਾ ਕਰਨ ਵਾਲਾ ਜਿਹੜਾ ਸਮਾਜ ਦੀ ਦੇਖਭਾਲ ਕਰਨ ਵਾਲਾ ਅੱਗੂ ਹੋਣ ਦਾ ਦਾਅਵਾ ਕਰਨ ਵਾਲਾ ਬੰਦਾ ਜਿਹੜਾ ਹਾਂਜੀ ਉਹ 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 ਕਹਿ ਰਿਹਾ ਆ ਵੀ ਹਾਂ ਇੱਥੇ ਇੱਥੇ ਜਿਹੜੇ ਨਿਯਮ ਆ ਇੱਦਾਂ ਦੇ ਹੋਣੇ ਚਾਹੀਦੇ ਆ ਹਾਂਜੀ ਠੀਕ ਹੈ ਇੱਕ ਪਹਿਲਾਂ ਮੈਂ ਬੇਨਤੀ ਕਰਦੇ ਹਾਂ ਜੀ ਜਿਹੜੇ ਅਸੀਂ ਵੈਸੇ ਪੱਕਾ ਕਿਹਾ ਹੀ ਆ ਪਰ ਫਿਰ ਵੀ ਆਪਾਂ ਹਰੇਕ ਵਾਰੀ ਅਨਾਊਂਸ ਕਰਦੇ ਹੀ ਦਾ ਆ ਭਈ ਜਿਹੜੇ ਇਹ ਪ੍ਰੋਗਰਾਮ ਆ ਸਾਡੇ ਖਾਸ ਕਰਕੇ ਸਿੱਖ ਪਾਤਸ਼ਾਹੀ ਅਤੇ ਪੱਖ ਦੇ ਮਸਲੇ ਉਹਦੇ ਵਿੱਚ ਤਕਰੀਬਨ ਜਦੋਂ ਅਸੀਂ ਦਸ ਗ੍ਰੰਥ ਤ੍ਰਿਆ ਚਰਿੱਤਰ ਦੇ ਉੱਤੇ ਗੱਲ ਕਰਦੇ ਹਾਂ ਜਾਂ ਅੱਜ ਤਾਂ ਦਾ ਬ੍ਰਾਹਮਣ ਦਾ ਸਾਰਾ ਛੋੜਾ ਆ ਉਹਦੇ ਵਿੱਚ ਜਿਹੜੀਆਂ ਗੱਲਾਂ ਕੁਛ ਇੱਦਾਂ ਦੀਆਂ ਹੁੰਦੀਆਂ ਵੀ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਉਹ ਮਿਹਰਬਾਨੀ ਕਰਕੇ ਪ੍ਰੋਗਰਾਮ ਨਾ ਸੁਣ ਤਾਂ ਕਿ ਸਾਨੂੰ ਗੱਲ ਜਿਹੜੀ ਆ ਉਹ ਕਰਨੀ ਸੌਖੀ ਹੋ ਜਾਏ ਜੇ ਅਸੀਂ ਬੱਚਿਆਂ ਨੂੰ ਧਿਆਨ ਵਿੱਚ ਰੱਖ ਕੇ ਕਰਾਂਗੇ ਉਹ ਸ਼ਬਦ ਵਰਤਾਂਗੇ ਤੇ ਉਹ ਉਹ ਜਿਹੜੀਆਂ ਗੱਲਾਂ ਜਿਹਨਾਂ ਅਰਥਾਂ ਵਿੱਚ ਹੈਗੀਆਂ ਜੇ ਉਹਨਾਂ 'ਚ ਨਾ ਕੀਤੀਆਂ ਗਈਆਂ ਤੇ ਉਹ ਆਪਣੇ ਅਰਥ ਨਹੀਂ ਸਮੋ ਸਕਣਗੇ ਜੀ ਬਿਲਕੁਲ ਤੇ ਸਾਨੂੰ ਤੋੜ ਉਹਨਾਂ ਨਾਲ ਅਨਿਆਂ ਕਰਨਾ ਪਊਗਾ ਫਿਰ ਹਾਂਜੀ ਠੀਕ ਆ ਭਈ ਅਸੀਂ ਆਪਣੇ ਆਪ ਦੇ ਵਿੱਚ ਜਿੰਨਾ ਸੰਕੋਚ ਕਰ ਸਕਦੇ ਕਰਾਂਗੇ ਪਰ ਬੇਨਤੀ ਆ ਭਈ ਜਿਹੜੇ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਮਾਪੇ ਇਸ ਗੱਲ ਦਾ ਖਿਆਲ ਰੱਖਣ ਉਹ ਪ੍ਰੋਗਰਾਮ ਨੂੰ ਨਾ ਸੁਣ ਠੀਕ ਹੈ ਜੀ ਵੀ ਉਹ ਉਹ ਜਿੱਦਾਂ ਹੁਣ ਉਹਨੂੰ ਪਤਾ ਆ ਸਮਾਜ ਸਾਰਾ ਕੁਛ ਪਤਾ ਵੀ ਇਹ ਭੈਣ ਆ ਇਹ ਚਾਚੇ ਦੀ ਕੁੜੀ ਇਹ ਮਾਸੀ ਦੀ ਕੁੜੀ ਇਹ ਮੇਰੀ ਪਤਨੀ ਆ ਹਨਾ ਹੁਣ ਜਾ ਕੇ ਉਹ ਕਹਿ ਫਿਰ ਜਾਣੀ ਜਿੱਦਾਂ ਜਿੱਥੇ ਕਿਤੇ ਇੱਦਾਂ ਪਿਆ ਪੰਗਾ ਕਿਉਂ ਇੱਦਾਂ ਉਹਦਾ ਧਰਮ ਬਿਲਡ ਹੀ ਇੱਦਾਂ ਹੋਇਆ ਨਾ ਬਣਿਆ ਇੱਦਾਂ ਆ ਤੁਸੀਂ ਸੰਤੋਖ ਸਿੰਘ ਨੂੰ ਪੜ੍ਹ ਕੇ ਦੇਖ ਲਓ ਟਕਸਾਲੀਆਂ ਦੀਆਂ ਕਿਤਾਬਾਂ ਪੜ੍ਹ ਕੇ ਦੇਖ ਲਓ ਉਹਨਾਂ ਦੀ ਮਰਿਆਦਾ ਪੜ੍ਹ ਕੇ ਦੇਖ ਲਓ ਗੁਰਬਾਣੀ ਪਾਠ ਦਰਸ਼ਨ ਉਹ 'ਚ ਤੁਹਾਨੂੰ ਪਤਾ ਲੱਗ ਜਾਣਾ ਹੈ ਵੀ ਇਹਨੀ ਇੱਦਾਂ ਆ ਵੀ ਇੱਕ ਗੱਲ ਕਹਿ ਦਿੱਤੀ ਇੱਦਾਂ ਗੱਪ ਮਾਰ ਦਿੱਤੀ ਜਿੱਦਾਂ ਜਿੱਦਾਂ ਉੱਤੇ ਸਵਾਲ ਉੱਠੀ ਗਏ ਆ ਤ੍ਰਿਆ ਚਰਿੱਤਰ ਨੂੰ ਪੜ੍ਹ ਕੇ ਦੇਖ ਲਓ ਦਸਮ ਗ੍ਰੰਥ ਨੂੰ ਪੜ੍ਹ ਕੇ ਦੇਖ ਲਓ ਜਿਹੜਾ ਬਚਿੱਤਰ ਨਾਟਕ ਆ ਠੀਕ ਹੈ ਉਹ ਜਿਹੜੀ ਹੇਮਕੁੰਟ ਵਾਲੀ ਸਾਰੀ ਕਹਾਣੀ ਆ ਗੁਰੂ ਸਾਹਿਬ ਦੀ ਉਹ 'ਚ ਸਾਫ਼ ਪਤਾ ਜਾਣੀ ਥੋੜਾ ਜਿਹਾ ਦਿਮਾਗ ਲਾ ਕੇ ਨਾ ਧਿਆਨ ਦੇ ਨਾਲ ਕਰੂੰਗੇ ਤੁਹਾਨੂੰ ਪਤਾ ਲੱਗ ਜਾਣਾ ਵੀ ਇਹ ਗੱਪਾਂ ਆ ਮਾਰੀਆਂ ਗੱਪ ਦੇ ਗੱਪ ਦਾ ਜਿਹੜਾ ਸਾਰੀ ਦਾ ਸਾਰਾ ਢਾਂਚਾ ਹੁੰਦਾ ਨਾ ਉਹ ਇਸ ਚੀਜ਼ ਤੇ ਖੜਾ ਹੁੰਦਾ ਵੀ ਕੁਛ ਵੀ ਕਹਿ ਦਿੱਤਾ ਜਾਂਦਾ ਆ ਜਿੱਦਾਂ ਜਿੱਦਾਂ ਸਵਾਲ ਉੱਠਦੇ ਜਾਂਦੇ ਆ ਉੱਦਾਂ ਉੱਦਾਂ ਉਹਦੇ ਨਾਲ ਸੰਬੰਧਿਤ ਜਿਹੜੇ ਜਵਾਬ ਜਿੱਦਾਂ ਜਿੱਦਾਂ ਦੇ ਹੋਣੇ ਆ ਉਹ ਸਾਰੇ ਗੱਪ ਨੂੰ ਫਿਰ ਕਹਾਣੀ ਦਾ ਰੂਪ ਧਾਰ ਬਣਵਾ ਦਿੰਦੇ ਆ ਠੀਕ ਹੈ ਬੱਚਿਆਂ ਦੀਆਂ ਫਿਲਮਾਂ ਇੱਦਾਂ ਹੁੰਦੀਆਂ ਆ ਬੱਚਿਆਂ ਦੀ ਸਾਰੀ ਜਿਹੜੀ ਕਹਾਣੀ 6-7 ਸਾਲ ਦੇ 5 ਸਾਲ ਦੇ ਬੱਚੇ ਦੀ ਜਦੋਂ ਕੋਈ ਗੱਲ ਦੱਸਦਾ ਕਿਸੇ ਨੂੰ ਜਦੋਂ ਆਪਣੇ ਬਾਰੇ ਕਰਦਾ ਇੱਦਾਂ ਜਿਹਨੂੰ ਫੱਲਾਂ ਕਹਿੰਦੇ ਆ ਫੜਾ ਮਾਰਨੀਆਂ ਕਹਿੰਦੇ ਆ ਠੀਕ ਹੈ ਉਹ ਇੱਦਾਂ ਹੀ ਹੁੰਦੀਆਂ ਉਹ ਤੇ ਕੁਛ ਵੀ ਕਹਿ ਦੇਣਾ ਇੱਦਾਂ ਹਨਾ ਮੈਂ ਇੱਦਾਂ ਮੈਂ ਛਾਲ ਮਾਰ ਦਿੱਤੀ ਬਿਲਡਿੰਗ ਤੋਂ ਅਗਲੇ ਕਹਿੰਦਾ ਤੂੰ ਚੜਿਆ ਕਿੱਦਾਂ ਮੈਂ ਇੱਦਾਂ ਉੱਡ ਕੇ ਚੱਲ ਗਿਆ ਮੈਂ ਇੱਦਾਂ ਠੀਕ ਹੈ ਇੱਦਾਂ ਤੇ ਬ੍ਰਾਹਮਣ ਦੇ ਬਾਕੀ ਵੀ ਜਿਹੜੀਆਂ ਸਾਰੀਆਂ ਇਹਦਾ ਮਿਥਿਆਸ ਆ ਸਾਰੇ ਦਾ ਸਾਰਾ ਉਹ ਚਾਹੇ ਸ਼ਿਵ ਜੀ ਨੂੰ ਤੁਸੀਂ ਇੰਦਰ ਨੂੰ ਚਾਹੇ ਬ੍ਰਹਮੇ ਨੂੰ ਹੁਣ ਉਹ ਜਿਹੜੀ ਰਮਾਇਣ ਆ ਸਾਰੀ ਦੀ ਸਾਰੀ ਉਹ ਇੱਦਾਂ ਹੀ ਗੱਪਾਂ ਦੀ ਖੜੀ ਆ ਜੀ ਬਿਲਕੁਲ ਮਹਾਭਾਰਤ ਜਿਹੜਾ ਆਇਆ ਸੀ ਉਦਣ ਵੀ ਗੱਲ ਕਰਦੇ ਸੀ ਕਹਿੰਦੇ 7 ਖੂਹੀਆਂ ਭਰ ਗਈਆਂ ਜੀ ਉਹ ਉੱਥੇ ਜਦੋਂ ਜੰਗ ਹੋਈ ਆ ਹਾਂਜੀ ਹਾਂਜੀ ਤੇ ਹੁਣ ਉਹ ਉਹ ਖੂਹੀਆਂ ਭਰਨੀਆਂ ਉਹਦੇ ਲਈ ਅਰਬਾਂ ਦੀ ਪਾਪੂਲੇਸ਼ਨ ਜਿਹੜੀ ਆ ਉਹ ਇੱਕ ਸੜਕ ਦੇ ਉੱਤੋਂ ਲੰਘੇ ਫਿਰ ਜਾ ਕੇ ਉਹ ਹੋ ਸਕਦਾ ਇੰਨੀ ਧੂੜ ਤਾਂ ਉੱਡ ਸਕਦੀ ਜਿਹਦੇ ਨਾਲ ਭਰੇ ਉਹ ਠੀਕ ਹੈ ਪਰ ਹੁਣ ਉੱਥੇ ਕਿਹੜਾ ਪੁੱਛਣਾ ਸੀ ਕਿਸੇ ਜੀ ਬਿਲਕੁਲ ਹਾਂਜੀ ਤੇ ਬਸ ਇਹ ਵੀ ਜਿਹੜੀ ਗੱਲ ਆ ਵੀ ਇਹਦੇ ਵਿੱਚ ਉਹ ਹੁਣ ਜਿੱਦਾਂ ਜੀਣਾ ਚਾਹੁੰਦਾ ਜਦੋਂ ਉਹਦੇ ਮੂਹਰੇ ਆਇਆ ਵੀ ਜੇ ਕਿਤੇ ਉਹ ਚਾਚੇ ਦੀ ਕੁੜੀ ਨਾਲ ਮਾਸੀ ਦੀ ਕੁੜੀ ਨਾਲ ਮਾਮੇ ਦੀ ਕੁੜੀ ਨਾਲ ਸਰੀਰ ਦਾ ਸੰਗ ਹੋ ਗਿਆ ਹਾਂਜੀ ਠੀਕ ਹੈ ਹੁਣ ਇੱਕ ਪਾਸੇ ਉਹ ਮੁਸਲਮਾਨ ਦੀ ਉਲਟ ਕਰਨਾ ਚਾਹੁੰਦਾ ਆ ਠੀਕ ਹੈ ਤੇ ਉਹ ਉਹ ਫਿਰ ਉੱਥੇ ਉਹਨੂੰ ਵਰਤ ਇੱਦਾਂ ਕਰ ਦਿੱਤੇ ਵੀ ਫਿਰ ਆਹ ਵਰਤ ਰੱਖ ਲਓ ਆਹ ਕਰ ਲਓ ਹੁਣ ਸਾਡੇ ਲਈ ਜਿਹੜਾ ਸਵਾਲ ਆ ਬਹੁਤ ਵੱਡਾ ਸਾਡੇ ਸਾਹਮਣੇ ਉਹ ਇਹ ਆ ਵੀ ਜਿਹੜੀ ਸਾਡੀ ਕੁਰਹਿਤ ਆ ਸਾਡੀਆਂ ਕੁਰਹਿਤਾਂ ਕਿੱਥੇ ਖੜੀਆਂ ਆ ਸਾਨੂੰ ਵੀ ਮਰਿਆਦਾ ਦੇ ਰਾਹੀਂ ਸਾਡੇ ਬ੍ਰਾਹਮਣਾਂ ਨੇ ਇੱਦਾਂ ਦੇ ਦਿੱਤਾ ਵੀ ਇਹ ਕੰਮ ਨਹੀਂ ਕਰਨੇ ਤੁਸੀਂ ਹਾਂਜੀ ਠੀਕ ਹੈ ਅੱਛਾ ਫਿਰ ਜੇ ਹੋ ਗਏ ਫਿਰ ਪੇਸ਼ ਹੋ ਜਾਓ ਹਾਂ ਅੱਛਾ ਪੇਸ਼ ਹੋ ਕੇ ਫਿਰ ਕੋਈ ਸਜ਼ਾ ਲੱਗਣੀ ਹੈ ਤੁਸੀਂ ਅੰਦਰ ਜਾਣਾ ਉੱਥੇ 5 ਖੜੇ ਹੋਣੇ ਆ ਜੀ ਜੀ ਹਨਾ ਹਾਂਜੀ ਹਾਂਜੀ 5 ਹੋਣੇ ਆ ਤੇ ਉਨੀ ਫਿਰ ਤੁਹਾਨੂੰ ਤੁਹਾਤੋਂ ਪੁੱਛ ਲੈਣਾ ਕੀ ਗੱਲ ਤੁਸੀਂ ਦੱਸ ਦੇਣਾ ਤੇ ਉਨੀ ਬਾਹਰ ਨਹੀਂ ਦੱਸਣਾ ਕਿਸੇ ਨੂੰ ਉਹ ਗੱਲ ਉੱਥੇ ਹੀ ਰਹਿਣੀ ਉਨੀ ਫਿਰ ਸਜ਼ਾ ਦੇ ਦੇਣੀ ਆ ਹੁਣ ਇੱਕ ਵਿਆਹ ਬੰਦਾ ਕਿਸੇ ਗਲਤ ਔਰਤ ਦੇ ਨਾਲ ਇੱਕ ਵਿਆਹੀ ਹੋਈ ਔਰਤ ਕਿਸੇ ਹੋਰ ਬੰਦੇ ਦੇ ਨਾਲ
ਉਹਦਾ ਸਰੀਰ ਦਾ ਸੰਗ ਕਰਕੇ ਹਰਿਆ ਹੀ ਆ। ਠੀਕ ਹੈ ਨਾ। ਅੱਛਾ, ਅਸੀਂ ਕਹਿਤਾ ਵੀ ਧਰਮ ਦੇ ਤੌਰ ਤੇ ਕਰਪਟ ਹੋ ਗਿਆ ਜੀ, ਇਹ ਕਰੈਤ ਕਰ ਦਿੱਤੀ ਇਹਨੇ। ਅੱਛਾ, ਹੁਣ ਫਿਰ ਸ਼ਾਮਿਲ ਕਿੱਦਾਂ ਹੋਣਾ ਜੀ? ਪੰਜ ਪੈਰਾਂ ਸਾਹਮਣੇ ਉੱਥੇ ਪੇਸ਼ ਹੋ ਜਾਓ ਜਾ ਕੇ। ਅੱਛਾ, ਉੱਥੇ ਜਾ ਕੇ ਕਰਨੇ ਨਾ, ਉਹਨੇ ਕਹਿਤਾ ਵੀ ਸੁਖਮਨੀ ਸਾਹਿਬ ਦੇ ਪਾਠ ਕਰ ਲਈ, ਆਹ ਕਰ ਲਈ, ਆਹ ਕਰ ਲਈ, ਫਿਰ ਠੀਕ ਹੋ ਗਿਆ? ਬਸ ਠੀਕ ਹੋ ਗਿਆ, ਉਹਨਾਂ ਦੇ ਮੁਤਾਬਕ ਠੀਕ ਹੈ ਜੀ। ਬ੍ਰਾਹਮਣ ਵੀ ਇਹੀ ਕਹਿੰਦਾ ਸੀ ਤੇ ਵਰਤ ਰੱਖ ਲਈ ਜੀ ਜੀ, ਜੇ ਤੂੰ ਇਹ ਗਲਤੀ ਕਰ ਲਈ ਵਰਤ ਰੱਖ ਲਈ, ਵਰਤ ਰੱਖਣ ਤੋਂ ਬਾਅਦ ਫਿਰ ਠੀਕ ਆ। ਹਾਂਜੀ, ਬਸ ਇਹ ਬਰਾਬਰ ਹੀ ਹੈਗੀ ਗੱਲ। ਠੀਕ ਹੈ ਨਾ। ਹੁਣ ਹੁਣ ਉਹ ਉਸ ਉਹ ਇਹ ਜਿਹੜਾ ਪ੍ਰੋਸੀਜਰ ਆ ਇਹ ਸੀਗਾ ਉਹਦਾ, ਜਿਹੜਾ ਉੱਤੇ ਸਮਾਜ ਦੇ ਉੱਤੇ ਗਲਬਾ ਪਾ ਕੇ ਬੈਠਾ ਆ, ਹਾਂਜੀ, ਉਹਦੇ ਹੱਕ ਵਿੱਚ ਜਾ ਰਿਹਾ, ਬਹੁਤ ਗਿਣਤੀ ਦੇ ਹੱਕ ਵਿੱਚ ਜਾ ਰਿਹਾ ਹੈ ਜੀ। ਇਹਨੂੰ ਤੋੜਿਆ ਸੀ ਗੁਰੂ ਸਾਹਿਬ ਨੇ, ਇਹ ਸਾਡੇ ਬ੍ਰਾਹਮਣਾਂ ਨੇ ਮੁੜ ਕੇ ਫਿਰ ਸਾਡੇ ਉੱਤੇ ਲਾਗੂ ਕਰ ਦਿੱਤਾ। ਹੁਣ ਇੱਥੇ ਇਹ ਗੱਲ ਨਹੀਂ ਹੈਗੀ ਭਈ 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 ਅਸੀਂ ਇਹ ਕਹਿਣਾ ਚਾਹੁੰਦੇ ਹਾਂ ਭਈ ਜੀ ਕੋਈ ਜਿਹੜਾ ਮਰਜ਼ੀ ਜਿਹਦੀ ਮਰਜ਼ੀ ਔਰਤ ਦੇ ਨਾਲ ਸੰਬੰਧ ਬਣਾਈ ਜਾਵੇ, ਜਾਂ ਜਿਹੜੀ ਮਰਜ਼ੀ ਔਰਤ ਜਿਹੜੇ ਮਰਜ਼ੀ ਬੰਦੇ ਨਾਲ ਸੰਬੰਧ ਬਣਾਈ ਜਾਵੇ, ਕੋਈ ਕੁੰਡਾ ਨਹੀਂ ਹੋਣਾ ਚਾਹੀਦਾ। ਨਹੀਂ ਭਾਈ, ਸਮਾਜ ਨੇ ਕੁੰਡਾ ਲਟਕਾਇਆ ਆ, ਸਟੇਟ ਨੇ ਕੁੰਡਾ ਲਟਕਾਇਆ ਆ, ਇਹ ਕੰਮ ਧਰਮ ਦਾ ਨਹੀਂ ਹੈਗਾ। ਧਰਮ ਦਾ ਕੰਮ ਆ ਤੁਹਾਡਾ ਦਿਮਾਗ ਸੋਚਦਾ ਕਿੱਦਾਂ ਆ, ਤੁਹਾਡੇ ਦਿਮਾਗ ਦੇ ਵਿੱਚ ਵਿਚਾਰ ਕਿਹੜੇ ਆਉਂਦੇ ਆ, ਉਹਨਾਂ ਵਿਚਾਰਾਂ ਨੂੰ ਕੰਟਰੋਲ ਕਰਨਾ ਧਰਮ ਦਾ ਕੰਮ ਆ। ਜਿਹੜੇ ਸਰੀਰ ਨੇ ਕਾਰਜ ਕਰਨੇ ਆ ਉਹਦੇ ਉੱਤੇ ਸਟੇਟ ਕੰਮ ਕਰੇ। ਜਦੋਂ ਤੁਸੀਂ ਉਹ ਧਰਮ ਦਾ ਖੇਤਰ ਬਣਾ ਦਿੱਤਾ, ਫਿਰ ਉਹ ਕੰਮ ਜਿਹੜਾ ਤੁਸੀਂ ਦੇਖ ਲਓ, ਪਿੱਛੇ ਜਿੰਨੇ ਵੀ ਅਕਾਲ ਤਖ਼ਤ ਦੇ ਉੱਤੇ ਜਾ ਕੇ ਪੇਸ਼ ਹੋ ਕੇ, ਸੋਹਣ ਸਿੰਘ ਦਾ ਪਿੱਛੇ ਮਸਲਾ ਹੋਇਆ ਸੀ, ਲੜਕੀਆਂ ਦਾ ਰੌਲਾ ਪਿਆ ਸੀ, ਹੋਇਆ ਕੀ? ਕਹਿੰਦਾ ਜੀ ਮੈਂ ਅਕਾਲ ਤਖ਼ਤ ਤੇ ਜਾਇਆ। ਭਨਿਆਰੇ ਵਾਲੇ ਦਾ ਹੋਇਆ ਸੀ, ਕਹਿੰਦੇ ਜੀ ਉਹ ਅਕਾਲ ਤਖ਼ਤ ਤੇ ਜਾਇਆ, ਮੁੜ ਕੇ ਰੌਲਾ ਪੈ ਗਿਆ ਵੀ ਜੀ ਇੰਨੇ ਪੈਸੇ ਦਿੱਤੇ ਆ, ਇੰਨੀ ਮਾਫ਼ੀ ਦੇ ਦਿੱਤੀ ਆ। ਠੀਕ ਆ। ਹੁਣ ਜੇ ਸਾਡੇ ਕੋਲ ਇਹ ਇਹ ਧਰਮ ਦੇ ਖੇਤਰ ਅਸੀਂ ਨਾ ਰੱਖੀਏ, ਪਹਿਲੀ ਗੱਲ ਤਾਂ ਇਹ ਆ ਵੀ ਇਸ ਬਹਾਨੇ ਦੇ ਨਾਲ ਕੋਈ ਕਿਸੇ ਨੂੰ ਜਲੀਲ ਨਾ ਕਰੂਗਾ। ਅੱਜ ਸਾਨੂੰ ਘੱਟ ਗਿਣਤੀ ਨੂੰ ਖਤਰਾ ਕੀ ਆ ਵੀ ਜਦੋਂ ਵੀ ਕੋਈ ਬੰਦਾ ਕੰਮ ਕਰਨ ਲੱਗਦਾ ਆ ਨਾ, ਉਦੋਂ ਜਿਹੜੀ ਬਹੁ ਗਿਣਤੀ ਆ ਉਹ ਜਨਾਨੀ ਦਾ ਔਰਤ ਦਾ ਇਲਜ਼ਾਮ ਲਾ ਕੇ ਉਹਨੂੰ ਭੰਡ ਕੇ ਉਹਨੂੰ ਉਹਦਾ ਮਲੀਆ ਮੇਟ ਕਰਕੇ ਰੱਖ ਦਿੰਦੀ ਜੀ। ਬਿਲਕੁਲ। ਤੇ ਸਾਡੇ ਦਿਮਾਗ ਚ ਹੀ ਗੱਲ ਆ ਵੀ ਸ਼ਾਇਦ ਔਰਤ ਨਾਲ ਸੰਬੰਧ ਬਣਾ ਲੈ, ਇਹ ਇਹ ਕਰਪਟ ਹੋ ਗਿਆ ਜੀ। ਬਸ ਹੁਣ ਜੀ ਕਦੇ ਅਸੀਂ ਕਹਿੰਦੇ ਹਾਂ ਵੀ ਇਹ ਜੀ ਹੁਣ ਇਹ ਟੁੱਟ ਗਿਆ, ਇਹ ਤੇ ਇਹ ਜਦੋਂ ਹੋ ਜਾਏ, ਜਦੋਂ ਜਿਹੜਾ ਸੋਨੇ ਦੀ ਗੱਲ ਆ, ਤਾਂਬੇ ਦੀ ਗੱਲ ਆ, ਜਦੋਂ ਜੀ ਫਿਰ ਟਾਂਕਾ ਲੱਗ ਜਾਏ, ਰੜਕਦਾ ਰਹਿੰਦਾ, ਕਦੇ ਕੋਈ ਐਗਜ਼ਾਮਪਲ ਦਿੰਦੇ, ਕਦੇ ਕੋਈ ਦਿੰਦੇ ਆ। ਠੀਕ ਆ, ਇੱਦਾਂ ਦੀਆਂ ਵੀ ਉਹਦੇ ਨਾਲ ਫਿਰ ਸਾਡੇ ਅਸੀਂ ਆਪਣੇ ਦਿਮਾਗ ਵਿੱਚੋਂ ਉਹਨੂੰ ਘਟਾ ਦਿੰਦੇ। ਇਹੀ ਉਹ ਚਾਹੁੰਦਾ ਆ ਵਿਰੋਧੀ, ਇਹੀ ਚਾਹੁੰਦਾ ਆ। ਠੀਕ ਆ। ਹੁਣ ਉਹ ਦੂਜੀ ਗੱਲ ਇਹ ਆ, ਅਸੀਂ ਔਰਤ ਨੂੰ ਇੰਨਾ ਜ਼ਿਆਦਾ ਇੱਦਾਂ ਦਾ ਹੀ ਬਣਾ ਕੇ ਪੇਸ਼, ਉਹ ਬੰਦੇ ਜਿਹੜੇ ਜਿਹੜੇ ਤ੍ਰਿਆ ਚਰਿੱਤਰ ਦੇ ਰਾਹੀਂ ਇਹ ਪਿੱਟ ਦੇ ਨਹੀਂ ਹਟਦੇ ਨਾ ਵੀ ਔਰਤ ਜਿਹੜੀ ਆ ਚਲਿੱਤਰਬਾਜ਼ ਹੁੰਦੀ ਆ, ਉਹੀ ਬੰਦੇ ਇੱਦਾਂ ਦੀ ਖੇਡ ਖੜਵਾ ਕੇ ਤੁਹਾਨੂੰ ਬਦਨਾਮ ਕਰਨ ਲੱਗੇ। ਬਿਲਕੁਲ ਬਿਲਕੁਲ ਜੀ। ਠੀਕ ਆ। ਤੇ ਇਹਨੂੰ ਜਾਣੀ, ਹੁਣ ਜਦੋਂ ਗਾਹਾਂ ਮਰਿਆਦਾ ਦੀ ਗੱਲ ਹੋਣੀ, ਜਿੱਧਰ ਨੂੰ ਜਾਣਾ ਹੈ ਨਾ ਅਸੀਂ, ਤੇ ਮੈਂ ਇਹਦੇ ਉੱਤੇ ਜੇ ਕੋਈ ਚਾਹੁੰਦਾ ਹੋਵੇ ਆਪਣੇ ਇਹਦੇ ਵਿਰੋਧੀ ਵਿਚਾਰ ਰੱਖਣੇ, ਜਿੰਨੇ ਮਰਜ਼ੀ ਮੇਰੇ ਨਾਲ ਡਿਸਕਸ਼ਨ ਕਰ ਲਵੇ ਇਸ ਗੱਲ ਦੇ ਉੱਤੇ ਵੀ ਜਿਹੜੀਆਂ ਕਰੈਤਾਂ, ਚਾਹੇ ਉਹ ਮੀਟ ਖਾਣ ਦੀ ਗੱਲ ਆ, ਹਾਂਜੀ, ਹੁਣ ਕੁੱਠਾ ਨਹੀਂ ਖਾਣਾ। ਠੀਕ ਹੈ ਜੀ, ਮਨਾ ਕਰ ਦਿੱਤਾ ਸਾਨੂੰ, ਫਿਰ ਧਰਮ ਦੇ ਵਿੱਚ ਮਨਾ ਆ ਉਹ। ਠੀਕ ਹੈ, ਪਰ ਜੇ ਖਾ ਲਵੇ ਫਿਰ ਪੰਜਾਂ ਪਿਆਰਾਂ ਦੇ ਪੇਸ਼ ਹੋ ਜਾਵੇ, ਫਿਰ ਠੀਕ ਆ। ਮਤਲਬ ਗਲਤੀ ਹੱਦ ਹੋ ਗਈ ਯਾਰ, ਹਨਾ। ਹੁਣ ਅੱਛਾ ਵੀ ਤੁਹਾਡੀ ਕਾਰ ਆ, ਮੰਨ ਲਓ ਤੁਹਾਡੀ ਕਾਰ ਮੈਂ ਲਿਜਾ ਕੇ ਆਪ ਨਹੀਂ ਵਰਤ ਸਕਦਾ। ਠੀਕ ਹੈ ਨਾ, ਪਤਾ ਹੈ ਨਾ ਤੁਹਾਡੀ ਜ਼ਮੀਨ ਆ, ਮੈਂ ਨਹੀਂ ਵੇਚ ਸਕਦਾ ਜੀ, ਹਨਾ। ਵੀ ਜੇ ਮੈਂ ਵੇਚ ਤਾਂ ਹੁਣ 15 ਲੱਖ ਦਾ ਖੇਤ ਆ ਤੁਹਾਡਾ, ਮੈਂ ਤੁਹਾਡੇ ਨਕਲੀ ਸਹਿਣ ਕਰਕੇ ਮੈਂ ਵੇਚਦੇ ਹਾਂ। ਠੀਕ ਹੈ ਨਾ, ਗਲਤੀ ਹੋ ਗਈ ਮੇਰੇ ਤੋਂ, ਹੁਣ ਪੰਜਾਂ ਪਿਆਰਿਆਂ ਦੀ ਪੇਸ਼ ਹੋਜਮਾ ਤੁਸੀਂ ਮੰਨ ਲਓਗੇ? ਨਹੀਂ, ਬਿਲਕੁਲ। ਉਹ ਤੁਸੀਂ ਕਹਿੰਦੇ ਵੀ ਨਹੀਂ ਨਹੀਂ ਕੋਰਟ ਭੇਜਣਾ। ਠੀਕ ਹੈ ਨਾ, ਵੀ ਇਹਨੂੰ ਕੋਰਟ ਦਾ ਮਸਲਾ ਰਹਿਣ ਦਿਓ। ਤਾਂ ਕਿਸੇ ਬੰਦੇ ਨੇ ਕਿਸੇ ਹੋਰ ਦੀ ਜਨਾਨੀ ਦੇ ਨਾਲ ਸੰਬੰਧ ਬਣਾਏ ਆ, ਉਹਨਾਂ ਦਾ ਜਿਹਨੂੰ ਲੱਗਾ ਵੀ ਧੱਕਾ ਹੋ ਗਿਆ, ਗਲਤ ਹੋ ਗਿਆ, ਉਹ ਕੋਰਟ ਵਿੱਚ ਜਾਵੇ ਜੀ। ਬਿਲਕੁਲ। ਹਾਂਜੀ, ਜਦੋਂ ਹੁਣ ਫਿਰ ਅਸੀਂ ਇੱਕ ਪੰਕਤੀ ਚੱਕ ਲਈ ਭਈ ਜੀ, ਗੁਰੂ ਸਾਹਿਬ ਕਹਿੰਦੇ ਆ ਭਈ ਜੈਸੋ ਸੰਗ ਬਿਸੀ ਅਰਸਿਓ ਹੈਰੇ ਤੈਸੋ ਹੀ ਇਹ ਪਰਗ੍ਰਹਿ, ਹਨਾ। ਪਰਾਏ ਘਰ ਦੇ ਵਿੱਚ ਵੀ ਇੱਦਾਂ ਦਾ ਸੰਬੰਧ ਆ ਜਿੱਦਾਂ ਸੱਪ ਦੇ ਨਾਲ ਆ ਜੀ। ਠੀਕ ਆ। ਅੱਛਾ, ਹੁਣ ਭਈ ਜੇ ਦੇਸ਼ ਦੇ ਵਿੱਚ ਵੋਟਾਂ ਪੈਣ ਲੱਗੀਆਂ, ਹਾਂਜੀ, ਠੀਕ ਆ, ਇੱਕ ਬੰਦਾ ਵੋਟਾਂ ਚੋਰੀ ਕਰਦਾ ਜੀ, ਉਹਦੇ ਲਈ ਤਾਂ ਗੁਰਬਾਣੀ ਚ ਪੰਕਤੀ ਹੈ ਨੀ ਕੋਈ ਵੀ, ਮਤਲਬ ਹੈ ਕਿ ਨਹੀਂ ਜੀ? ਬਿਲਕੁਲ। ਫਿਰ ਵੇਚ ਸਕਦਾ ਉਹ, ਕਰ ਲਵੇ ਜੋ ਮਰਜ਼ੀ? ਨਹੀਂ, ਬਿਲਕੁਲ ਨੀ ਜੀ, ਬਣਦੀ ਨੀ ਗੱਲ। ਹੁਣ ਗੁਰਦੁਆਰਾ ਖੋਲ ਲਿਆ, ਗੁਰਦੁਆਰੇ ਚੋਂ ਸਪੌਂਸਰਾਂ ਵੇਚ ਕੇ ਬੰਦੇ ਸੱਦਣਾ ਚਾਹੁੰਦਾ ਅਗਲਾ, ਹਾਂਜੀ, ਵੀ ਜੇ ਹੁਣ ਗੁਰਬਾਣੀ ਚ ਉਹਨੂੰ ਦੇਖ ਲਿਆ, ਸਾਰਾ ਗੁਰੂ ਗ੍ਰੰਥ ਸਾਹਿਬ ਦਾ ਸਹਿਜ ਪਾਠ 3 ਵਾਰੀ ਕਰ ਲਿਆ, ਕਿਤੇ ਪੰਕਤੀ ਨਹੀਂ ਆਈ, ਗੁਰੂ ਸਾਹਿਬ ਨੇ ਤਾਂ ਮਨਾ ਨਹੀਂ ਕੀਤਾ, ਫਿਰ ਵੇਚ ਲਵੇ? ਨਹੀਂ, ਬਿਲਕੁਲ ਨੀ, ਗਲਤ ਹੈ ਤਾਂ ਗੱਲ ਨਹੀਂ। ਹੁਣ ਇੱਕ ਸਪੌਂਸਰਾਂ ਵਿੱਚ ਨੇ, ਉਹ ਤਾਂ ਸਾਡੇ ਵਿੱਚ ਖੜਾ, ਉਹ ਤਾਂ ਪੰਜਾਂ ਪਿਆਰਿਆਂ ਚ ਵੀ ਲੱਗ ਰਿਹਾ ਆ, ਉਹ ਤਾਂ ਜਥੇਦਾਰ ਬਣ ਕੇ ਖੜਾ ਆ,
ਠੀਕ ਹੈ ਇੱਕ 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 ਜੇ ਕਿਸੇ ਦੇ ਕਿਸੇ ਦੇ ਕਿਸੇ ਔਰਤ ਦੇ ਮਰਦ ਨਾਲ ਜਾਂ ਮਰਦ ਔਰਤ ਨਾਲ ਹੋਰ ਥਾਂ ਸੰਬੰਧ ਹੋ ਗਏ ਆ ਉਹਨੂੰ ਅਸੀਂ ਇੱਦਾਂ ਕਹਿ ਦਿੱਤਾ ਵੀ ਨਾ ਜੀ ਨਾ ਇਹਨੂੰ ਨੇੜੇ ਨਹੀਂ ਲੱਗਣ ਦੇਣਾ ਇੰਨਾ ਭੰਡਿਆ ਇੰਨਾ ਇੰਨਾ ਉਹਦਾ ਨੁਕਸ ਜਿਹੜੇ ਚੋਰ ਬੰਦੇ ਆ ਜਿਹੜੇ ਉਚੱਕੇ ਆ ਜਿਹੜੇ ਸਿਰੇ ਦੇ ਹਰਾਮ ਖੋਰ ਆ ਉਹ ਵੀ ਮੋਹਰੇ ਹੋ ਕੇ ਉਹ ਵੀ ਉਹਨੂੰ ਭੰਡਣ ਦੇ ਉੱਤੇ ਸਾਰਾ ਜ਼ੋਰ ਲਾ ਰਹੇ ਬਿਲਕੁਲ ਜੀ ਬਿਲਕੁਲ ਠੀਕ ਹੈ ਹੁਣ ਇਹ ਚੀਜ਼ ਜਿਹੜੇ ਸਿਆਣੇ ਆ ਜਿਹੜੇ ਦਿਮਾਗ ਰੱਖਦੇ ਆ ਉਹਨਾਂ ਨੂੰ ਵਿਚਾਰਨੀ ਚਾਹੀਦੀ ਆ ਇਹ ਮੈਨੂੰ ਲੱਗਦਾ ਇਹ ਵੀ ਇਹ ਦੋ ਘਰਾਂ ਦਾ ਮਾਮਲਾ ਆ ਆਪਸੀ ਉਹਦੇ ਵਿੱਚ ਕੋਈ ਗਰੰਟੀ ਨਹੀਂ ਹੈਗੀ ਵੀ ਗਲਤੀ ਬੰਦੇ ਦੀ ਆ ਗੱਲ ਮੈਂ ਤਾਂ ਕਰਨ ਲੱਗਾ ਇੱਕ ਆਡੀਓ ਆ ਜੀ ਇੱਥੇ ਘੁੰਮਦੀ ਉਹ ਆਡੀਓ ਸੁਣਿਓ ਪਹਿਲਾਂ ਤੇ ਫਿਰ ਉਹਦੇ ਉੱਤੇ ਗੱਲ ਕਰਦੇ ਹਾਂ ਅਸੀਂ ਦੋ ਘਟਨਾਵਾਂ ਆ ਜਿਹੜੀਆਂ ਵਿਚਾਰਨੀਆਂ ਉਹਦੇ ਵਿੱਚੋਂ ਪਹਿਲੀ ਜਿਹੜੀ ਆ ਉਹ ਆਹ ਆ ਤੁਸੀਂ ਕਰਿਓ ਨੋਟ ਮਿੰਟ ਦੀ ਹੈਗੀ ਆਡੀਓ ਤੇ ਫਿਰ ਮੈਂ ਤੁਹਾਡੇ ਨਾਲ ਗੱਲ ਕਰਦਾ ਗਰੀਆਂ ਵਾਲਿਆ ਸਾਦਾ ਬੜੀ ਛੇਤੀ ਭੁੱਲ ਗਏ ਜਦੋਂ ਬੀਸੀ ਦੇ ਵਿੱਚੋਂ ਮਾਰ ਖਾ ਕੇ ਇੱਥੋਂ ਭੱਜ ਕੇ ਗਿਆ ਸੀ ਲੋਕਾਂ ਨੇ ਤੇਰੇ ਖਿਲਾਫ਼ ਮੁਜ਼ਾਹਰੇ ਕੀਤੇ ਸਨ ਬੜੀ ਛੇਤੀ ਭੁੱਲ ਗਏ ਬੁਲੰਦਪੁਰੀ ਗੁਰਦੁਆਰੇ ਵਿੱਚ ਜਾ ਕੇ ਲੋਕੀ ਤੂੰ ਆਪਣੀ ਜਾਨ ਬਚਾਈ ਸੀ ਇੱਥੇ ਆ ਕੇ ਜਿਨ੍ਹਾਂ ਦੇ ਘਰ ਦੇ ਵਿੱਚ ਰਹਿੰਦਾ ਸੀ ਪਾਪੀ ਆ ਉਹਨਾਂ ਦੀ ਕੁੜੀ ਦੇ ਨਾਲ ਤੂੰ ਰੇਪ ਕਰਨ ਦੀ ਕੋਸ਼ਿਸ਼ ਕੀਤੀ ਇੰਨੇ ਸਾਲ ਹੋ ਗਏ ਨੇ ਅੱਜ ਤੱਕ ਤੂੰ ਬੀਸੀ ਦੇ ਵਿੱਚ ਮੁੜ ਕੇ ਨਹੀਂ ਆਇਆ ਜੇ ਆਪਣੇ ਆਪ ਨੂੰ ਵੱਡਾ ਸੰਤ ਕਹਾਉਂਦਾ ਤੇ ਮੁੜ ਕੇ ਆਉਂਦਾ ਤਾਂ ਸੀ ਇੱਥੇ ਆਪਣੇ ਆਪ ਨੂੰ ਏਡਾ ਵੱਡਾ ਯੋਧਾ ਕਹਾਉਂਦਾ ਫਿਰ ਮੁੜ ਕੇ ਵੜਿਆ ਕਿਉਂ ਨਹੀਂ ਇੱਥੇ ਬੀਸੀ ਦੇ ਵਿੱਚ ਅੱਜ ਇੰਨੇ ਸਾਲ ਲੰਘੇ ਅੱਜ ਵੀ ਇੱਥੋਂ ਦੇ ਲੋਕ ਤੈਨੂੰ ਮਾੜਾ ਕਹਿੰਦੇ ਗਾਲਾਂ ਕੱਢਦੇ ਤੈਨੂੰ ਬੁਰਾ ਕਹਿੰਦੇ ਨੇ ਪਹਿਲਾਂ ਘੱਟੋ ਘੱਟ ਦੂਜੇ ਨੂੰ ਕੁਝ ਕਹਿਣ ਦੀ ਬਜਾਏ ਆਪਣੇ ਅੰਦਰ ਝਾਤੀ ਮਾਰ ਕੇ ਵੇਖ ਤੂੰ ਕਿੱਡਾ ਵੱਡਾ ਪਾਪੀ ਹੈ ਹਾਂਜੀ ਤੇ ਇਹ ਕੈਨੇਡਾ ਤੋਂ ਉਹ ਬੰਦੇ ਨੇ ਨਾ ਤਾਂ ਜੀ ਆਪਣੀ ਸ਼ਕਲ ਦਿਖਾਈ ਆ ਤੇ ਨਾ ਆਪਣਾ ਨਾਂ ਦੱਸਿਆ ਆ ਕੈਨੇਡਾ ਦੀ ਕੋਈ ਘਟਨਾ ਬੀਸੀ ਸਟੇਟ ਦੀ ਵੈਨਕੂਵਰ ਦਾ ਏਰੀਆ ਜਿਹੜਾ ਕੈਨੇਡਾ ਦਾ ਉੱਥੇ ਦੀ ਦੱਸਦਾ ਆ ਕਹਿ ਰਿਹਾ ਆ ਇਹ ਵੀ ਜਦੋਂ 12 ਸਾਲ ਪਹਿਲਾਂ ਜਿੰਨੇ ਵੀ ਸਾਲ ਪਹਿਲਾਂ ਵੀ ਇਹ ਭਾਈ ਰਣਜੀਤ ਸਿੰਘ ਢੱਡੀਆਂ ਵਾਲੇ ਗਏ ਆ ਉੱਥੇ ਵੀ ਉੱਥੇ ਜਿਸ ਪਰਿਵਾਰ ਦੇ ਆਪਾਂ ਇੱਕ ਵਾਰੀ ਫਿਰ ਇਹਨੂੰ ਸੁਣ ਲੈਂਦੇ ਹਾਂ ਅਤੇ ਫਿਰ ਕਿਉਂਕਿ ਇਹ ਇਹ ਗੱਲਾਂ ਦੇ ਉੱਤੇ ਜਦੋਂ ਨਾ ਸਾਡੀ ਅੱਜ ਮੁਸ਼ਕਲ ਇਹ ਬਣੀ ਹੋਈ ਆ ਵੀ ਇਹ ਜਿਹੜਾ ਔਰਤ ਦੇ ਨਾਲ ਸੰਬੰਧਾਂ ਦਾ ਜਿਹੜਾ ਹੈਗਾ ਨਾ ਇਹ ਜਿਹੜੀ ਘਟਨਾ ਆ ਇਹਨੂੰ ਇੰਨੀ ਖਤਰਨਾਕ ਇਹਨੂੰ ਇੰਨੀ ਵੱਡੀ ਬਣਾ ਕੇ ਇੱਦਾਂ ਸਾਡੇ ਸਿਰ 'ਚ ਬਿਠਾ ਦਿੱਤਾ ਗਿਆ ਆ ਵੀ ਜਦੋਂ ਵੀ ਕੋਈ ਕਿਸੇ ਨੇ ਇਲਜ਼ਾਮ ਲਾਉਣਾ ਹੁੰਦਾ ਤਾਂ ਸਭ ਤੋਂ ਪਹਿਲਾਂ ਉਹ ਇਹ ਇਲਜ਼ਾਮ ਲਾ ਦਿੰਦਾ ਵੀ ਇਹ ਤਾਂ ਜੀ ਬਾਹਰ ਔਰਤਾਂ ਨਾਲ ਸੰਬੰਧ ਆ ਇਹਦੀ ਬਿਲਕੁਲ ਠੀਕ ਆ ਹੁਣ ਉੱਥੇ ਯਾਨੀ ਇਹ ਜ਼ਰੂਰੀ ਥੋੜ੍ਹਾ ਵੀ ਉੱਥੇ ਕਸੂਰ ਬੰਦੇ ਦਾ ਹੋਵੇ ਆਹ ਘਟਨਾ ਤਾਂ ਵੱਖਰੀ ਆ ਨਾ ਇਹਦੇ ਨਾਲ ਇੱਕ ਘਟਨਾ ਹੋਰ ਹੋਈ ਆ ਸਤਨਾਮ ਸਿੰਘ ਬਿੱਟੂ ਕਰਕੇ ਭਾਈ ਰਣਜੀਤ ਸਿੰਘ ਢੱਡੀਆਂ ਵਾਲਿਆਂ ਦੇ ਉੱਥੇ ਪਰਮੇਸ਼ਰ ਦੁਆਰ ਗੁਰਦੁਆਰੇ ਦੇ ਵਿੱਚ ਉਹ ਵੀਰ ਇਹਨਾਂ ਦੇ ਨਾਲ ਜਥੇ ਦੇ ਨਾਲ ਆ ਤੇ ਇਹ ਜਿਹੜੇ ਹੈਗੇ ਦਸਮ ਗ੍ਰੰਥ ਦੇ ਹੱਕ ਵਿੱਚ ਜਿਹੜਾ ਭੁਗਤ ਰਿਹਾ ਲਾਣਾ ਗੁਰਪ੍ਰੀਤ ਕੈਲੀਫੋਰਨੀਆ ਵਾਲਾ ਗੁਰਪ੍ਰੀਤ ਸਿੰਘ ਬੈਂਸ ਬਘੇਲ ਸਿੰਘ ਹਰਪਾਲ ਸਿੰਘ ਅੰਮ੍ਰਿਤਸਰ ਉਹ ਜਿਹੜਾ ਸਾਰਾ ਲਾਣਾ ਆ ਉਹਨਾਂ ਨੇ ਇੱਕ ਇਹ ਗੱਲ ਬੜੇ ਵੱਡੇ ਪੈਮਾਨੇ ਤੇ ਪਿਛਲੇ 7-8 ਦਸ ਦਿਨ ਤੋਂ ਫੇਸਬੁੱਕ ਦੇ ਉੱਤੇ ਫੈਲਾਈ ਆ ਵੀ ਜੀ ਸਤਨਾਮ ਸਿੰਘ ਬਿੱਟੂ ਨੇ ਜਨਾਨੀ ਦੇ ਨਾਲ ਉਹਦੇ ਗਲਤ ਸੰਬੰਧ ਸੀ ਜਾਂ ਕੋਈ ਜ਼ਬਰਦਸਤੀ ਕੀਤੀ ਆ ਜੋ ਵੀ ਉਹ ਘਟਨਾ ਇੱਕ ਪਾਸੇ ਆ ਹੁਣ ਉਹ ਖਬਰ ਜਾਣੀ ਜਿੰਨੀ ਉੜਦੀ ਉੜਦੀ ਆਈ ਆ ਜੋ ਇਹਨੀ ਫੇਸਬੁੱਕ ਦੇ ਉੱਤੇ ਰੌਲਾ ਪਾਇਆ ਤੇ ਉਹਨੂੰ ਉੱਥੋਂ ਭਾਈ ਰਣਜੀਤ ਸਿੰਘ ਨੇ ਇੱਕ ਪਾਸੇ ਕਰ ਦਿੱਤਾ ਜਥੇ ਚੋਂ ਆਪਣੀ ਚੋਂ ਠੀਕ ਆ ਉਹਨੂੰ ਦੇਖ ਕੇ ਮੇਰੇ ਦਿਮਾਗ ਚੋਂ ਸਾਰੇ ਕੁਛ ਨੂੰ ਦੇਖ ਕੇ ਦੋਵੇਂ ਘਟਨਾਵਾਂ ਇਕੱਠੀਆਂ ਆਈਆਂ ਜਾਣੀ ਤਾਂ ਮੇਰੇ ਮਨ ਚ ਵਿੱਚ ਆਇਆ ਵੀ ਇਹ ਬੰਦੇ ਇਹ ਜਿਹੜੇ ਹਰਾਮਖੋਰ ਬੰਦੇ ਆ ਇਹ ਭੜਕੇ ਨੂੰ ਕਿਸੇ ਵੀ ਮਾਮਲੇ ਵਿੱਚ ਹੁਣ ਇੱਥੇ ਗੁਰਦੁਆਰੇ 'ਚ ਆ ਤੇ ਮੰਨ ਲਓ ਐਤਵਾਰ ਨੂੰ ਅਸੀਂ ਸਵੇਰੇ 9 ਵਜੇ ਆ ਜਾਈਦਾ ਹੁਣ ਇੱਥੇ ਸ਼ਾਮ ਨੂੰ ਮੈਂ ਇਕੱਲਾ ਪ੍ਰੋਗਰਾਮ ਕਰਕੇ ਜਾਂਦਾ ਹਨਾ ਸੱਚੜੇ ਸੇਵਾ ਕਰੀਦੀ ਅਸੀਂ ਅਸੀਂ ਤਾਂ ਬੀਬੀਆਂ ਦੇ ਟੋਲਟਾਂ ਵਿੱਚ ਵੀ ਜਾ ਕੇ ਸਫਾਈ ਕਰੀਦੀ ਆ ਹਨਾ ਹੁਣ ਉੱਥੇ ਇੱਥੇ ਕੋਈ ਔਰਤ ਆਵੇ ਵੀ ਮੰਨ ਲਓ ਉਹਨੂੰ ਸ਼ੋਲ ਲਿਆਇਆ ਉੱਤੇ ਕੋਟੀ ਪਾਈ ਉਹ ਆ ਹਨਾ ਆ ਕੇ ਉਹ ਕਰਕੇ ਜਿੱਥੇ ਕੱਲੀ ਟੱਕਰੇ ਜਾਂ ਹੁਣ ਬੰਦਾ ਕਿਤੇ ਮੌਕਾ ਬਣੀ ਜਾਂਦਾ ਇੱਦਾਂ ਹਨਾ ਉਹ ਉੱਥੇ ਉਹ ਰੌਲਾ ਪਾ ਦੇਵੇ ਦੇਖੋ ਜੀ ਥੱਲੇ ਕੱਪੜੇ ਪਾ ਲਿਓ ਹੁਣ ਉਹਨੇ ਠੀਕ ਆ ਉਹ ਰੌਲਾ ਪਾ ਦੇਵੇ ਪੇ ਹਰਨੇਕ ਨੇ ਮੈਨੂੰ ਫੜ ਲਿਆ ਠੀਕ ਹੈ ਹੁਣ ਔਰਤ ਹੁਣ ਇੱਥੇ ਰੇਡੀਓ ਤੇ ਪ੍ਰੋਗਰਾਮ ਕਰੀਦਾ ਫੋਨ ਆਉਂਦੇ ਆ ਲੋਕਾਂ ਦੇ ਬੀਬੀਆਂ ਦੇ ਵੀ ਆਉਂਦੇ ਆ ਕੁੜੀਆਂ ਦੇ ਵੀ ਆਉਂਦੇ ਆ ਠੀਕ ਹੈ ਨਾ ਹੁਣ ਕੋਈ ਫੋਨ ਕਰੇ ਕੋਈ ਆ ਕੇ ਮਿਲੇ ਕੋਈ ਉਹ ਆ ਕੇ ਕਹੇ ਵੀ ਮੈਂ ਤਾਂ ਮੇਰੇ ਹਸਬੈਂਡ ਨੇ ਆ ਕੇ ਮਿਲਣਾ ਆ ਠੀਕ ਹੈ ਅਸੀਂ ਕਹੀਏ ਠੀਕ ਆ ਹੁਣ ਅਗਲੀ ਆਈ ਆ ਗੁਰਦੁਆਰੇ ਉਹ ਕਹੇ ਵੀ ਮੇਰਾ ਹਸਬੈਂਡ ਤਾਂ ਪਿੱਛੇ ਆਉਂਦਾ ਆ ਵੀ ਮੈਂ ਗੱਲ ਕਰਨੀ ਹੁਣ ਕਮਰੇ 'ਚ ਗੱਲ ਕਰਕੇ ਕੋਈ ਬੰਦਾ ਹੋਰ ਕਿਸੇ ਨੂੰ ਨਾਲ ਲੈ ਆਵੇ ਅਗਲਾ ਪਰੇ ਉਹ ਮੂਵੀ ਬਣਾ ਲਵੇ ਉਹ ਮੂਵੀ ਉਹ ਕਹੇ ਜੀ ਹਰਨੇਕ ਦੇ ਸੰਬੰਧ ਆ ਇਹਦੇ ਨਾਲ ਠੀਕ ਹੈ ਜਾਂ ਅਗਲੀ ਕਹਿ ਦੇਵੇ ਉਹ ਕੱਪੜੇ ਆਪਣੇ ਪਹਿਲਾਂ ਪਾ ਲਿਓ ਹੁਣ ਕੋਟੀ ਲਾ ਕੇ ਉਹ ਕਹਿ ਦੇਵੇ ਜੀ ਮੈਨੂੰ ਫੜ ਲਿਆ ਨੀ ਜ਼ਬਰਦਸਤੀ ਕੀਤੀ ਮੇਰੇ ਨਾਲ ਠੀਕ ਹੈ ਮੇਰੇ ਤੇ ਇਲਜ਼ਾਮ ਲੱਗ ਗਿਆ ਮੈਂ ਗੁਰਦੁਆਰੇ 'ਚੋਂ ਬਾਹਰ
ठीक है। अच्छा दूजे तीजे हफ्ते केवल सिंह दे उत्ते लग जावे, ठीक है, केवल सिंह भी बाहर, ठीक है, फिर दो महीने बाद बलजिंदर ते ला देण, बलजिंदर भी बाहर, एक अद्धे बंदे ते होर लग गया, गुरप्रीत या सैकटरी साडे सखदेव सिंह हुणी आ, है ना, ला के टकसालियां दा कब्जा बल्ले बल्ले कि नहीं, किन्ना सौखा तरीका है, जिहड़े जिहड़े 404 चरित्र औरत दे करवा के खड़वा के ओनू गुरु की बाणी कही जांदे आ, नहीं उन्होंने की औखा है। जर्मन आली जो पंथप्रीत सिंह आए उ एक वीडियो मैं शेयर की थी सी। जे चो औरत दो तीन खड़िया इन कहनिया पंथप्रीत सिंह भी जे मरदिया तो इधर आ, है ना, हम मान लो पंथप्रीत सिंह आ जाते कहनिया जे मरदिया तो हथ ला के दिखा लो, मान लो हूं जे औरत मेनू चेता इतने साढ़े इतने रौला पै गया तो वह बीबिया कहनिया पे हरनेक का की आदि तो असी पग ला देनी आ, है ना, तो मैं क्या भी जे इदा का हथ पाया ना मेरी पग नथ पाया मैं ढा के गोडा फेरना, ठीक है, मैं सब कुछ करूं, जानी मैं ऑन एयर कहना जो मेनू इदा कहूगा ना झूठा इल्जाम लाऊगा भी मेनू फड़ लिया जा कर लिया, मैं तो हिक दे जोर ना कहूंगा भी एक बार इन सामने लियाओ मेरे, मैं दिखा दा भी फड़ीदा किदा है, फिर वह तो बाद कानून भुगत लांगे असी, जो तुम इदा लाना ही इल्जाम पता लग जाओ थानू फिर, ठीक है ना, इनी गंदी गेम आ ना जानी दसम ग्रंथियों की, इनी गंदी गेम आ जिड़ी असी धार्मिक कहाने वाले ने उन्होंने मौका दिता सिर ते बिठाउण दा, असी इनू इदा धर्म कह के ना भी ना जी ये नहीं इदा नहीं चाहिए गलत दूजे घर च नहीं जाना चाहिए, मैं कहना नहीं जाना चाहिए वह तो उदा ही नहीं बंदा गली चो लंघना चाहिए थोड़े, ठीक है ना, पर गल हमेशा कसूर बंदे का नहीं हुंदा, औरत का भी हो सकता है मसला जरा ठीक है, जे कि हो भी गई गलती पंजा प्यारियां च ना लाओ कि वह फैक्ट्री च कम नहीं करता, जिहड़ा बंदा जिहड़ा बंदा मैनेजमेंट कर रहा है उत्थे रह क्यों नहीं सकता, क्यों असीं इहनूं इदां हउआ बना के, ठीक है हो गया हुण मेरा किसी गलत औरत दे नाल संबंध हो गया उह च रौला पै गया, अगले कहिंदे आ भी मैं जबरदस्ती कीती आ, मैं कहिंदा भी नहीं इह इहदी सहमति नाल मेरे संबंध सी, ठीक है ना, तुसीं पुलिस रिपोर्ट कर दिओ जी बिल्कुल, ठीक है ना, उत्थे सारे क्योंकि सच दा सच जो जो वोट चोरी दा केस हुंदा उहदा फैसला पंज प्यारे करदे आ, नहीं ना कोटे कर दी आ, कोर्ट विच असीं इह छड्ड दित्ता जे इत्थे पाई उत्थे दोषी साबित हो गया ते इहदी मैंबरशिप खारज कर दिओ, नहीं तां ना सी हुण जदों उत्थे जाणन दिओ, ठीक है, रही गल इह भई उह समाज दे विच किद्दां विचरना आ भई उह बंदा मुड़ के आउणा चाहुंदा आ उहनूं रखणा जां नहीं रखणा, देखो जेनुइन गलती हो सकदी जां नहीं जी, हो सकती है ना बंदे तो, जेड़ा बंदा जो जो हूँ सिचुएशन है साड़ी वो इत्थे खड़ी है ना भी जेड़ा बंदा जे उदे उदा रौला पै गया उते इल्जाम लग गया जां उन गलती कर दिती है वह मुड़ के पंथ में शामिल होना चाहता तो उदे लिए की है साड़े कोल पंजां प्यारियां च पेश हो जावे जाके यही है ना, अच्छा हुण उत्थे पंगा यह पैंदा भी जो पंजां प्यारियां दे कोल जिहड़ी घटना आपस विच ही विचारी जांदी आ उह बाहर किसी नूं तां पता ही नहीं की हुंदा, हुण जिस बंदे ने बाहरों गलती कीती आ उहते इल्जाम लग गया उहनूं नालदिआं ने कहता वी जे तूं शामिल होना चाहुंदा तां पंजां दे पेश हो जा, है ना, हुण जे उहनूं पंजां दे पेश होके जाके कहता वी मेरे तों जाप साहिब नहीं कर होया जी, मतलब अंदर हुण बाहर तां पता ही नहीं किसे नूं की होया, पंजां प्यारियां दा विधान आ भी उहनूं गल नहीं उह तां गुप्त रखणी आ, हुण अगले ने जाके कहता वी मेरे तों तिंन दिन नित ने मिस हो गया जी, बिल्कुल मैं तां अंडा खा लिया, मैं मेरे तो श्री साहब लै गई, ठीक है, उन्होंने पेश करके कह तू पंज जपजी दे कर लो बाहर आके कह दूंगा मैं सुचा होके आ गया, हम उत्थे तो दसिया ही नहीं उन्हें, बाकी कि पता लगूगा जे असी चाहे हाँ असी इदा क्यों नहीं करते जे साडे ग्रुप के बंदा आया हम सिंह सभा आने वाला बंदा आने इदा गलत संबंध बना लिया कितने वह चाहता भी मेरे से भरोसा करो असी कही भी ठीक है ऐतवार गुरुद्वारे आ जा स्टेज पर खड़ा होकर माफी मांगा, बिल्कुल वो सारियां सामने खड़ा होके कहे भी देखो जी आह गल हुई आ फलाने की औरत ना मेरे गलत संबंध हो गए सी मेरी घरे आनी जानी सी उन्होंने घरे प्रॉब्लम सी औरत ने मेरे को दो बारी रोया इदा तरस आ गया मैं उसकी मदद कर लग पिया पता नहीं लगा किहड़े वेले मेरे तो गलती हो गई, ठीक है भी मैं कबूलदा है मेरी गलती परिवार मेरा टुट गया है घर वाली मेरी छड गई है बच्चे मेरे रहना नहीं चाहते पर मैं समाज में रहना चाहना अज तो बाद मैं वादा करता मुड़ के नहीं मैं गलती करूंगा सारे पता हो गलती की है साडे ने स्रोते पहला उन्होंने गल सुन ली है स्वागत है जी थोड़ा ਪਰਿਭਾਸ਼ਾਵਾਂ ਦਿੱਤੀਆਂ ਡੈਫੀਨੇਸ਼ਨ ਦਿੱਤੀਆਂ ਕਈ ਚੀਜ਼ਾਂ ਦੀਆਂ
अपराधी की डेफिनेशन दिती है, वह कहता भी अपराधी उसके मूहरे लिखा डेफिनेशन के अपराधी कहते आम बंद वर्गा बंदा हों बस वह फड़िया गया बस बंदा उ जिहड़ा फड़िया गया उन्हों अपराधी कह देंदे बाकी जिहड़े फड़े नहीं गए हजे तक सिविलाइज पीपल कहा रहे हजे तक ਤੁਸੀ ਮੇਰੇ ਚੇਤੇ ਆ ਮੇਰੇ ਨਾ ਇੱਕ ਵਾਰੀ ਅਸੀਂ ਛੋਟੇ ਹੁੰਦੇ ਸੀਗੇ ਮਤਲਬ ਉਦੋਂ ਇੰਡੀਆ ਸੀ ਮਤਲਬ ਉਦੋਂ ਸਾਡੇ ਏਰੀਏ ਚ ਸਭ ਨੂੰ ਪਤਾ ਹੁੰਦਾ ਸੀ ਕਿਉਂਕਿ ਬਿਜਲੀ ਡਿਪਾਰਟਮੈਂਟ ਦੇ ਵਿੱਚ ਲਗਭਗ ਸਾਰੇ ਬੰਦੇ ਪੈਸੇ ਲੈਂਦੇ ਸੀ ਛੋਟਾ ਬੰਦਾ ਕੋਈ ਜਿਹੜਾ ਲਾਈਨਮੈਨ ਥੋੜਾ ਲੈ ਲੈਂਦਾ ਸੀਗਾ ਉਹ ਜਿਹੜਾ ਜਈਆ ਨੂੰ ਜ਼ਿਆਦਾ ਲੈ ਲੈਂਦਾ ਸੀਗਾ ਉਹਦੇ ਵਿੱਚ ਇੱਕ ਬੰਦਾ ਸੀਗਾ ਤੇ ਉਹ ਏਦਾਂ ਰਿਸ਼ਵਤ ਲੈਂਦਾ ਏਦਾਂ ਕਿਸੇ ਤੋਂ ਮੀਟਰ ਮੂਟਰ ਲਗਾਉਣਾ ਸੀ 5000 ਰੁਪਇਆ ਲੈਂਦਾ ਤੇ ਹੁਣ ਏਦਾਂ ਉਹਨੇ ਜਿੱਦਾਂ ਗੱਲ ਹੋਈ ਹੋਈ ਸੀਗੀ ਵਿਜੀਲੈਂਸ ਵਾਲਿਆਂ ਨੇ ਤਾਂ ਉਹਨਾਂ ਨੇ ਛਾਪਾ ਮਾਰ ਕੇ ਫੜ ਲਿਆ ਨਾ ਉਹਨੂੰ ਠੀਕ ਹੈ ਬਈ ਬੜੀ ਗੱਲ ਉੱਡੀ ਸਾਡੇ ਇਲਾਕੇ ਦੇ ਵਿੱਚ ਸਿਰ ਦੀ ਗੱਲ ਹੈ ਵੀ ਬੰਦਾ ਬਈ ਉਹਦਾ ਨਾਂ ਹਰਮੋਹਨ ਸੀਗਾ ਹਰਮੋਹਨ ਦੇਖਿਆ ਤਾਂ ਕਰਕੇ ਰਿਸ਼ਵਤ ਲੈਂਦਾ ਫੜਿਆ ਗਿਆ ਵੀ ਉਹ ਬੰਦੇ ਏਦਾਂ ਗੱਲ ਕਰ ਰਹੇ ਸੀ ਜਿਵੇਂ ਕਿਸੇ ਹੋਰ ਗ੍ਰਹਿ ਤੋਂ ਆਏ ਹੁੰਦੇ ਉਹਨਾਂ ਨੂੰ ਪਤਾ ਹੀ ਨੀ ਹੁੰਦਾ ਬਿਜਲੀ ਵਿਭਾਗ ਦੇ ਵਿੱਚ ਰਿਸ਼ਵਤ ਵੀ ਲਿੱਤੀ ਜਾਂਦੀ ਸਾਡੀ ਮੈਂਟੈਲਿਟੀ ਜਿਹੜੀ ਇੱਦਾਂ ਦੀ ਬਿਲਕੁਲ ਇੱਦਾਂ ਦੀ ਆ ਹੁਣ ਜਿਹੜੀ ਗੱਲ ਬੰਦਾ ਕਰਦਾ ਜਿਹੜੇ ਮਤਲਬ ਜਿਹੜੇ ਜਿਹੜੇ ਵਿਕਾਰ ਹੈ ਨਾ ਗੁਰੂ ਪਾਤਸ਼ਾਹ ਨੇ ਵਿਕਾਰਾਂ ਨੂੰ ਬੜਾ ਸੋਹਣਾ ਡਿਸਕ੍ਰਾਈਬ ਕੀਤਾ ਗੁਰਬਾਣੀ ਦੇ ਵਿੱਚ ਵਿਕਾਰ ਪੰਜੇ ਆਪਣੇ ਆਪ ਦੇ ਵਿੱਚ ਬੜੇ ਬੁਰੇ ਹੈ ਹੁਣ ਸਾਡੇ ਸਮਾਜ ਦੇ ਵਿੱਚ ਪ੍ਰੋਬਲਮ ਇਹ ਹੈ ਵੀ ਸਾਡੇ ਵਿੱਚ ਜਿਵੇਂ ਹੁਣ ਇੱਥੇ ਬੰਦੇ ਤੇ ਬੁੜੀ ਨੂੰ ਜਿੱਦਾਂ ਮੁੰਡੇ ਕੁੜੀ ਦੇ ਇੱਕ ਦੂਜੇ ਨੂੰ ਦੇਖਦੇ ਆ ਸਾਡੇ ਉਹ ਰਿਵਾਜ ਨੀ ਗਾ ਦੇਖਣ ਦਾ ਸਾਡੇ ਤਾਂ ਲੁਕ ਲੁਕ ਕੇ ਦੇਖਣ ਦਾ ਰਿਵਾਜ ਹੈ ਸਾਰਾ ਕੁਛ ਉਹ ਇੱਥੇ ਉਹ ਚੀਜ਼ ਨੀ ਜੇ ਤੁਹਾਨੂੰ ਕਿਸੇ ਨੂੰ ਮੰਨ ਲਓ ਕੋਈ ਬੰਦਾ ਕਿਸੇ ਉੱਥੇ ਪਸੰਦ ਕਰਦਾ ਉਹ ਗੋਰਾ ਕਿਸੇ ਨੂੰ ਕਿਸੇ ਕੁੜੀ ਨੂੰ ਜਾਂ ਕੁੜੀ ਮੁੰਡੇ ਨੂੰ ਉਹ ਸਿੱਧਾ ਜਾ ਕੇ ਪੁੱਛ ਲੈਂਦੇ ਇੱਦਾਂ ਜਾ ਕੇ ਨਾ ਵੀ ਜਾ ਕੇ ਉਹ ਅਗਲਾ ਜੇ ਤਾਂ ਹੁਣ ਅਗਲਾ ਜੇ ਇੰਟਰਸਟਡ ਹੋਵੇ ਅਗਲਾ ਕਹਿੰਦਾ ਨਹੀਂ ਵੀ ਮੇਰੇ ਕੋਲ ਗਰਲਫ੍ਰੈਂਡ ਜਾਂ ਬੋਏਫ੍ਰੈਂਡ ਹੈਗਾ ਬਿਲਕੁਲ ਵੀ ਨਹੀਂ ਮੈਂ ਨੀ ਇੱਦਾਂ ਅਗਲਾ ਕਹਿੰਦਾ ਕੋਈ ਗੱਲ ਨੀ ਤੂੰ ਅਗਲਾ ਉਹਨੂੰ ਥੈਂਕ ਯੂ ਕਹਿੰਦਾ ਵੀ ਤੂੰ ਮੈਨੂੰ ਲਾਈਕ ਕੀਤਾ ਅਪਰੀਸ਼ੀਏਟ ਕੀਤਾ ਹੁਣ ਸਾਡੇ ਤਾਂ ਪਾ ਲੈਂਦੇ ਕਾਟੋ ਕਲੇਸ ਉੱਥੇ ਬਿਨਾਂ ਗੱਲ ਉਹ ਚੀਜ਼ ਨੇ ਖਰਾਬੀ ਇੰਨੀ ਕਰ ਦਿੱਤੀ ਠੀਕ ਆ ਹੁਣ ਅਸੀਂ ਨੀ ਕਹਿੰਦੇ ਵੀ ਕੋਈ ਬੰਦਾ ਜਾ ਕੇ ਕਿਸੇ ਦੀ ਧੀ ਭੈਣ ਨੂੰ ਇੱਦਾਂ ਪੁੱਛੇ ਜਾ ਕੇ ਛਿੜੇ ਕਿਸੇ ਨੂੰ ਜਾ ਕੇ ਪਰ ਗੱਲ ਇਹ ਹੈ ਵੀ ਉਹਨੂੰ ਇਸ ਤਰੀਕੇ ਦੇ ਨਾਲ ਸਿਵਲਾਈਜ਼ ਕੀਤਾ ਜਾਵੇ ਕਿਉਂਕਿ ਜਦੋਂ ਨਹੀਂ ਨਹੀਂ ਛੇੜਨਾ ਜਿਹੜਾ ਛੇੜਨਾ ਆ ਉਹ ਸਾਡੇ ਕੀ ਆ ਸਾਡੇ ਇਹਨੂੰ ਪੁੱਛਣਾ ਤਾਂ ਗੱਲ ਕਰਨੀ ਗਲਤ ਕਿਹਾ ਜਾਂਦਾ ਪਰ ਛੇੜ ਨੂੰ ਉਤਸ਼ਾਹਿਤ ਕੀਤਾ ਜਾਂਦਾ ਚਾਹੀਦਾ ਇਹ ਆ ਛੇੜਨਾ ਬੰਦ ਕਰਕੇ ਰਿਸਪੈਕਟ ਦੇ ਨਾਲ ਹੁਣ ਅਗਲੇ ਦਾ ਨਾਂ ਆ ਉਹਨੂੰ ਨਾਂ ਲੈ ਕੇ ਅਪਰੋਚ ਕਰਕੇ ਉਹਦੇ ਨਾਲ ਗੱਲ ਕਰੋ ਤੇ ਮੈਂ ਤੁਹਾਨੂੰ ਪਸੰਦ ਕਰਦਾ ਆ ਤੇ ਮੈਂ ਚਾਹੁੰਦਾ ਮੇਰੀ ਇੰਨੀ ਉਮਰ ਆ ਮੈਂ ਚਾਹੁੰਦਾ ਵੀ ਮੈਂ ਵਿਆਹ ਕਰਾਉਣਾ ਚਾਹੁੰਦਾ ਮੈਂ ਦੋਸਤੀ ਕਰਨੀ ਚਾਹੁੰਦਾ ਅਗਲਾ ਉਹ ਸਿਵਲਾਈਜ਼ ਤਰੀਕੇ ਨਾਲ ਮੂਹਰੇ ਜਵਾਬ ਦੇ ਦੇਵੇ ਇੰਨਾ ਕੋਨਫੀਡੈਂਸ ਹੋਵੇ ਸਾਡੇ ਚ ਸਾਰਿਆਂ ਚ ਹਨਾ ਉਹ ਜਾਣੀ ਛੇੜਨਾ ਬੰਦ ਕਰਕੇ ਇਹ 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 ਜਿਹੜੀ ਅਪਰੋਚ ਆ ਇਹ ਤਾਂ ਸਹੀ ਤਰੀਕੇ ਨਾਲ ਹੋਣੀ ਚਾਹੀਦੀ ਆ ਤਾਂ ਕਿ ਲੜਕੇ ਲੜਕੀਆਂ ਸਾਡੇ ਆਪਣੇ ਪਸੰਦ ਦਾ ਲੜਕਾ ਪਸੰਦ ਦੀ ਲੜਕੀ ਲੱਭ ਸਕਣ ਉਹ ਹਾਂ ਨਾਲੇ ਜਿਹੜੀ ਇੱਕ ਵਿਕਾਰ ਹੈ ਨਾ ਦੇਖੋ ਜਿਹੜੇ ਪੰਜੇ ਵਿਕਾਰ ਹੈ ਜਿਹੜਾ ਜਿੱਥੇ ਕਾਮ ਨੁਕਸਾਨ ਕਰਦਾ ਕ੍ਰੋਧ ਨੀ ਕਰਦਾ ਸਮਾਜ ਦਾ ਨੁਕਸਾਨ ਹਾਂ ਹਾਵੀ ਹਾਵੀ ਵਿਚਾਰਿਆ ਵੀ ਜਦੋਂ ਕਾਮ ਦੇ ਬਸ ਪੈ ਕੇ ਜੇ ਬੰਦਾ ਕਾਮ ਦੇ ਬਸ ਪੈ ਕੇ ਕਿਸੇ ਦੂਜੇ ਦੇ ਨਾਲ ਕੋਈ ਹਰਕਤ ਕਰਦਾ ਜਿੰਨਾ ਉਹਨੂੰ ਹਾਈਲਾਈਟ ਕੀਤਾ ਜਾਂਦਾ ਉਨਾ ਲੋਭ ਦੇ ਬਸ ਪੈ ਕੇ ਜਿਹੜਾ ਦੂਜੇ ਦੇ ਨਾਲ ਕੋਈ ਬੰਦਾ ਹਰਕਤ ਕਰ ਰਿਹਾ ਹੈ ਉਹਨੂੰ ਕਿਉਂ ਨੀ ਕੀਤਾ ਜਾਂਦਾ ਜੀ ਬਿਲਕੁਲ ਹੈ ਤਾਂ ਕ੍ਰੋਧ ਦੇ ਬਸ ਪੈ ਕੇ ਜਦੋਂ ਕਿਸੇ ਨਾਲ ਕਰ ਲੈਂਦਾ ਉਹਨੂੰ ਕਿਉਂ ਨੀ ਉਹ ਜਿਹੜਾ ਲੜਨੇ ਵਾਲਾ ਹੈ ਉਹ ਤਾਂ ਡੰਡੇ ਦੀ ਚੋਟ ਨਾਲ ਕਹਿੰਦਾ ਵੀ ਭਾਈ ਇਹਨੇ ਮੈਨੂੰ ਗਾਲ ਕੱਢੀ ਸੀ ਮੈਂ ਕੁੱਟਣਾ ਇਹਨੂੰ ਮੈਂ ਤਾਂ ਕੁੱਟਿਆ ਇਹਨੇ ਮੈਨੂੰ ਆਹ ਗੱਲ ਕਹਿ ਦਿੱਤੀ ਮੈਂ ਤਾਂ ਕੁੱਟਣਾ ਇਹਨੂੰ ਹਨਾ ਬਿਲਕੁਲ ਬਿਲਕੁਲ ਉਹ ਜਿਹੜੀ ਚੀਜ਼ ਹੈ ਜਿਹੜੀ ਗੱਲ ਤੁਸੀਂ ਕਰਦੇ ਸੀਗੇ ਨਾ ਵੀ ਸਾਡੇ ਸਮਾਜ ਦੇ ਵਿੱਚ ਵਿਧਾਨ ਕੋਈ ਨੀ ਗਾ ਇਹਨੂੰ ਠੀਕ ਕਰਨ ਦਾ ਹਾਂਜੀ ਜਿੱਦਾਂ ਮਤਲਬ ਸਧਾਈ ਕਰਨ ਦਾ ਜਿੱਦਾਂ ਸਾਡੇ ਸਧਾਈ ਕਰਦੇ ਆ ਉਹ ਸਧਾਈ ਸਾਡੇ ਸਧਾਈ ਤਾਂ ਇੱਦਾਂ ਹੁੰਦੀ ਆ ਵੀ ਮਤਲਬ ਜੇ ਕਿਸੇ ਦਾ ਇੱਦਾਂ ਮਤਲਬ ਜੇ ਨਜ਼ਦੀਕੀ ਬੰਦਾ ਕਿਸੇ ਗਰੁੱਪ ਦਾ ਕਿਸੇ ਟਕਸਾਲ ਦਾ ਜਾਂ ਕਿਸੇ ਖੰਡ ਕੀਰਤਨੀ ਆ ਕਿਸੇ ਦਾ ਵੀ ਮੰਨ ਲਓ ਆਪਣਾ ਬੰਦਾ ਇੱਦਾਂ ਕੋਈ ਹਰਕਤ ਗਲਤ ਕਰਦਾ ਫੜਿਆ ਗਿਆ ਪਤਾ ਲੱਗ ਗਿਆ ਫਿਰ ਰਾਤੋਂ ਰਾਤ ਆਪਦੇ ਪੰਜ ਪਿਆਰੇ ਬਣਾ ਕੇ ਸਧਾਈ ਕਰ ਦਿੰਦੇ ਆ ਹੋਇਆ ਜੀ ਅਸੀਂ ਕੀਤੀ ਆ ਸਾਡੇ ਤੇ ਵਾਪਰਿਆ ਇਹ ਇਹ 1900 ਮੈਨੂੰ ਲੱਗਦਾ 94-95 ਦੀ ਸ਼ਾਇਦ ਗੱਲ ਆ ਪ੍ਰਿੰਸੀਪਲ ਬਲਜੀਤ ਸਿੰਘ ਚੌਂਤਾ ਕਾਲਜ ਦੇ ਪ੍ਰਿੰਸੀਪਲ ਆ ਉਹ ਇੱਥੇ ਆਏ ਆ ਉਹ ਲੰਬੀ ਘਟਨਾ ਆ ਤੇ 에ਅਰਪੋਰਟ ਤੇ ਨਿੰਦਰਪਾਲ ਸਿੰਘ ਗ੍ਰੰਥੀ ਸੀਗਾ ਉਹਨੂੰ ਚੱਕਣ ਗਏ ਆ ਉੱਥੇ ਉਹ ਚੱਕ ਕੇ ਸਾਨੂੰ ਬਾਅਦ ਚ ਪਤਾ ਲੱਗਾ ਵੀ ਪੁਲਿਸ ਨੇ ਅਰੈਸਟ ਕਰਿਆ ਸੀ ਤੇ ਉਹ ਛੜਾ ਕੇ ਲਿਆਂਦਾ ਸਰਦੂਰ ਸਿੰਘ ਹੁਣਾਂ ਨੇ ਅਸੀਂ ਦੂਜੇ ਦਿਨ ਅੰਮ੍ਰਿਤ ਸੰਚਾਰ ਸੀਗਾ ਭਾਜੀ ਨੂੰ ਆ ਕੇ ਅਖੰਡ ਕੀਰਤਨੀ ਜਥੇ ਵਾਲੇ ਟਕਸਾਲ ਵਾਲੇ ਰੌਲਾ ਹੀ ਪਾਉਂਦੇ ਹੁੰਦੇ ਸੀ ਉਹਨੇ ਭਾਜੀ ਨੂੰ ਕਿਹਾ ਕਿ ਇਹਨੂੰ ਪੰਜਾਂ ਪਿਆਰਿਆਂ ਚ ਨਾ ਲਿਓ ਭਾਜੀ ਨੇ ਉਹਨਾਂ ਨੂੰ ਦਬਕਾ ਮਾਰ ਦਿੱਤਾ ਮੁੜ ਕੇ ਜਦੋਂ ਆਪਣੇ ਮਨਜੀਤ ਸਿੰਘ ਮਾਨ ਸੀਗੇ ਜਦੋਂ ਜਾ ਕੇ ਉੱਥੇ ਪਤਾ ਕੀਤਾ ਤਾਂ ਉਹ ਘਟਨਾ ਠੀਕ ਨੇੜੇ ਨੇੜੇ ਨਿਕਲੀ
ਜਦੋਂ ਜਾ ਕੇ ਉਹਨੂੰ ਭਾਜੀ ਨੇ ਕੱਲਿਆਂ ਨੂੰ ਪੁੱਛਿਆ ਤੇ ਹਾਲਾਂਕਿ ਉਹ ਜਿਹੜੇ ਪੁਲਿਸ ਵਾਲਾ ਉਸ ਵੇਲੇ ਡਿਊਟੀ ਤੇ ਸੀ ਉਹ ਹੈ ਨਹੀਂ ਸੀ ਜਦੋਂ ਏਅਰਪੋਰਟ ਤੋਂ ਪਤਾ ਕੀਤਾ ਇਹਨੇ ਸ਼ਾਮ ਨੂੰ ਦੁਬਾਰਾ ਜਾਣਾ ਸੀ ਤੇ ਜਦੋਂ ਜਾ ਕੇ ਉਹ ਜਦੋਂ ਭਾਜੀ ਨੇ ਗੱਲ ਕੀਤੀ ਤੇ ਭਾਈ ਏਦਾਂ ਦਾ ਗੱਲ ਵੀ ਉੱਥੇ ਮੂਵੀ ਬਣੀ ਉਹ ਵੀ ਆਪਾਂ ਜਾ ਕੇ ਦੇਖਣੀ ਆ ਦੁੱਧ ਆ ਦੁੱਧ ਤੇ ਉਹ ਮੰਨ ਗਿਆ ਹੁਣ ਉਦੋਂ ਸਾਡੇ ਦਿਮਾਗ ਤੇ ਆਹੀ ਅਸਰ ਸੀ ਵੀ ਇੱਦਾਂ ਇੱਦਾਂ ਵਿਦਵਾਨ ਬੰਦਾ ਇੱਦਾਂ ਆ ਵੀ ਉਹ ਇੱਦਾਂ ਵੀ ਹੁਣ ਉਹਨੂੰ ਛੱਡ ਵੀ ਨੀ ਸਕਦੇ ਤੇ ਇੱਦਾਂ ਇੱਦਾਂ ਵੀ ਨੀ ਉਹਨੂੰ ਖਤਮ ਵੀ ਨੀ ਕਰਨਾ ਚਾਹੁੰਦੇ ਤੇ ਕੀ ਕੀਤਾ ਜਾਵੇ ਵੀ ਪੰਜ ਪਿਆਰੇ ਉਹ ਕਰੋ ਤਿਆਰ ਤੇ ਪੰਜ ਪਿਆਰੇ ਕੀਤੇ ਤਿਆਰ ਉੱਥੇ ਉਹਨੂੰ ਪੇਸ਼ ਕਰਵਾਇਆ ਸੇਵਾ ਲਾਈ ਉਹ ਜਾ ਕੇ ਉੱਥੇ ਜਾ ਕੇ ਇੰਡੀਆ ਜਾ ਕੇ ਉਹ ਮੁੱਕਰ ਗਿਆ ਉਹ ਕਹਿੰਦਾ ਮੇਰੇ ਨਾਲ ਧੱਕਾ ਕੀਤਾ ਤੇ ਤਾਂ ਉਹ ਚੀਜ਼ਾਂ ਹਾਂ ਬਿਲਕੁਲ ਨਹੀਂ ਬਿਲਕੁਲ ਜਿਵੇਂ ਹੁਣ ਇੱਥੇ ਕਈ ਬੰਦਾ ਕੋਈ ਗਲਤੀ ਕਰਦਾ ਹੈ ਉਹਦੇ ਲਈ ਜਿਹੜੇ ਆ ਬੰਦਿਆਂ ਨੇ ਸੋਚ ਕੇ ਜਿਹੜੀ ਸਰਕਾਰਾਂ ਕਾਨੂੰਨ ਗਲਤੀ ਵਾਲੇ ਬੰਦੇ ਨੂੰ ਘੱਟੋ ਘੱਟ ਇੰਨਾ ਚਿਰ ਜਿਹੜਾ ਸਮਾਜ ਤੋਂ ਅੱਡ ਰੱਖਿਆ ਜਾਵੇ ਤੇਰੀ ਜਗ੍ਹਾ ਦੇ ਉੱਤੇ ਜਿਹੜਾ ਵੱਡਾ ਅਪਰਾਧੀ ਕ੍ਰਿਮੀਨਲ ਹੈ ਜਿਹਦੇ ਦਿਮਾਗ ਨੂੰ ਕ੍ਰੋਧ ਚੜ ਜਾਂਦਾ ਪਤਾ ਨੀ ਲੱਗਦਾ ਕਿਹੜੇ ਵੇਲੇ ਬੰਦਾ ਮਾਰ ਦੇ ਵੀ ਇਹਨੂੰ ਘੱਟੋ ਘੱਟ 10-15 ਸਾਲ ਅੱਡ ਰੱਖੋ ਜਿਹੜਾ ਦੁਨੀਆਂ ਦੇ ਉੱਤੋਂ ਇਹਦਾ ਦਿਮਾਗ ਠੰਡਾ ਹੋਣ ਤੇ ਨਾ ਟਾਈਮ ਲੱਗੂਗਾ ਨਾਲੇ ਉਸ ਚੀਜ਼ ਤੋਂ ਕੱਟ ਆਫ ਰਹੂਗਾ ਲੋਕਾਂ ਤੋਂ ਫਿਰ ਉੱਥੇ ਪੂਰੀ ਦੀ ਪੂਰੀ ਉਹਦੇ ਤੇ ਐਜੂਕੇਸ਼ਨ ਦਿੱਤੀ ਜਾਂਦੀ ਹੈ ਅਗਲੇ ਨੂੰ ਉੱਥੇ ਜਾ ਕੇ ਟ੍ਰੇਨਿੰਗ ਕੀਤੀ ਜਾਂਦੀ ਹੈ ਪ੍ਰੋਪਰ ਫਿਰ ਜਾ ਕੇ ਬੰਦਾ ਸਮਾਜ ਦੇ ਵਿੱਚ ਦੁਬਾਰਾ ਛੱਡਣ ਯੋਗਾ ਜਿਹੜੇ ਨਿੱਕੀਆਂ ਹਰਕਤਾਂ ਵਾਲੇ ਹੁੰਦੇ ਆ ਉਹਨਾਂ ਨੂੰ ਤਾਂ ਹੋਮ ਡਿਟੈਂਸ਼ਨ ਦੇ ਕੇ ਛੱਡ ਦਿੰਦੇ ਆ ਉਹ ਹੋਮ ਡਿਟੈਂਸ਼ਨ ਦੇ ਕੇ ਵੀ ਉਹਦੇ ਵਿੱਚ ਇਹ ਹੁੰਦਾ ਵੀ ਉਹ ਰਿਸਟ੍ਰਿਕਸ਼ਨ ਲਾ ਦਿੰਦੇ ਆ ਵੀ ਜਿਹੜੇ ਆਹਾ ਉੱਚੇ ਉਹਦੇ ਆ ਨਾ ਇਹਦੇ ਤੇ ਨੀ ਤੂੰ ਕੰਮ ਕਰ ਸਕਦਾ ਤੂੰ ਮੁੜ ਕੇ ਇਹ ਭਈ ਜੇ ਇਹ ਗਲਤੀਆਂ ਕੀਤੀਆਂ ਤਾਂ ਤੇਰੀ ਸਜ਼ਾ ਜ਼ਿਆਦਾ ਹੋ ਜਾਣੀ ਆ ਇਹਨਾਂ ਥਾਵਾਂ ਤੇ ਤੂੰ ਵਿਚਰ ਨਹੀਂ ਸਕਦਾ ਮਤਲਬ ਕੁਛ ਨਾ ਕੁਛ ਐਸਾ ਸਾਡੇ ਵਿਧਾਨ ਹੋਣਾ ਚਾਹੀਦਾ ਸਾਡੇ ਸਮਾਜ ਦੇ ਵਿੱਚ ਨਹੀਂ ਤਾਂ ਜੇ ਜਿਹੋ ਜਿਹੇ ਵਿਧਾਨ ਅਸੀਂ ਬਣਾ ਰੱਖੇ ਅੱਜ ਆਪਣੇ ਆਪ ਦੇ ਵਿੱਚ ਉਹਦੇ ਨਾਲ ਜਿਹੜਾ ਬੰਦਾ ਗਲਤੀ ਕਰਦਾ ਉਹਨੂੰ ਜ਼ਿਆਦਾ ਜਿਹੜੀ ਜਿਹੜਾ ਮਤਲਬ ਜਿਹੜਾ ਤਾਂ ਬੰਦਾ ਹੈ ਹੀ ਕਮੀਣਾ ਜਿਹੜੇ ਸੋਹਣ ਸਿੰਘ ਵਰਗੇ ਬੰਦੇ ਆ ਜਿਹੋ ਜਿਹੇ ਜਿਹੜੇ ਉਹ ਬੰਦਿਆਂ ਨੂੰ ਤਾਂ ਮਿਲ ਰਹੀ ਆ ਮੌਜਾਂ ਉਹ ਜਾਂਦੇ ਆ ਅਕਾਲ ਤਖ਼ਤ ਤੇ ਉੱਥੇ ਜਾ ਕੇ ਨਵੇਂ ਥਾਂ ਤੇ ਜਾਣਗੇ ਜਿੱਥੇ ਉਹਨੂੰ ਜਾਣਦਾ ਨਾ ਹੋਊਗਾ ਕੋਈ ਜਾ ਕੇ ਅਗਲੇ ਨੇ ਕਹਿਣਗੇ ਜੀ ਗਲਤੀ ਹੋ ਗਈ ਗਲਤੀ ਕੀ ਹੋ ਗਈ ਅਗਲਾ ਕਹਿ ਦੂਗਾ ਜਾਪ ਸਾਹਿਬ ਨੀ ਪੜਿਆ ਗਿਆ ਸਿਰ ਉੱਥੇ ਕਿਹੜਾ ਦੱਸ ਦੇ ਕੀ ਗਲਤੀ ਹੋ ਗਈ ਆ ਆ ਕੇ ਕਹਿ ਦਿੰਦੇ ਆ ਜੀ ਮੈਥੋਂ ਹੋ ਗਈ ਮੈਂ ਜੀ ਮੇਰੀ ਤਾਂ ਸ਼ਧਾਈ ਹੋ ਗਈ ਉੱਥੇ ਤਾਂ ਮੈਂ ਤਾਂ ਪੇਸ਼ ਹੋ ਕੇ ਆਇਆ ਮੈਂ ਤਾਂ ਪੇਸ਼ ਹੋ ਕੇ ਆਇਆ ਹੁਣ ਨੀ ਤੁਸੀਂ ਮੈਨੂੰ ਕੁਛ ਕਹਿ ਸਕਦੇ ਹੁਣ ਮੈਂ ਅਗਲੀ ਗਲਤੀਆਂ ਵਾਸਤੇ ਤਿਆਰ ਹਾਂ ਉਹ ਜਿਹੜੀ ਚੀਜ਼ ਹੈਗੀ ਉਹਨਾਂ ਬੰਦਿਆਂ ਦੀ ਮੋਜਾਂ ਲੱਗੀਆਂ ਜਿਹੜਾ ਜੈਨੂਨ ਬੰਦਾ ਕਿਸੇ ਨਾ ਕਿਸੇ ਤੇ ਕੋਈ ਬੰਦੇ ਦੇ ਇਲਜ਼ਾਮ ਲੱਗਦਾ ਜਾਂ ਕੋਈ ਬੰਦਾ ਏਦਾਂ ਫਸ ਜਾਂਦਾ ਉਹ ਬੰਦੇ ਨੂੰ ਜਿਹੜੀ ਆ ਇਹਦੇ ਨਾਲ ਬੜੀ ਪ੍ਰੋਬਲਮ ਜਿਹੜੀ ਆ ਉਹ ਆ ਜਾਂਦੀ ਆ ਉਹ ਚੀਜ਼ ਜਿਹੜੀ ਹੈਗੀ ਆ ਜੈਨੂਨ ਬੰਦਿਆਂ ਦੇ ਗਰੁੱਪ ਜਿਹੜੇ ਇਹੋ ਜਿਹੇ ਹੁੰਦੇ ਆ ਵੀ ਉਹਨਾਂ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਇੱਦਾਂ ਐਕਸੈਪਟ ਨਹੀਂ ਕੀਤਾ ਜਾ ਸਕਦਾ ਹੁੰਦਾ ਦੋਨੇ ਧਿਰਾਂ ਦੋਨੇ ਜਿਹੜੇ ਬੰਦੇ ਆ ਆਪਦੇ ਆਪ ਦੇ ਵਿੱਚ ਗਲਤ ਹੋ ਜਾਂਦੇ ਆ ਇਸ ਚੀਜ਼ ਦੇ ਨਾਲ ਜੇ ਤੁਹਾਡੇ ਕੋਲ ਪ੍ਰ੾ਪਰ ਵਿਧਾਨ ਨਾ ਹੋਊਗਾ ਜਿਹੜਾ ਜੈਨੂਨ ਬੰਦਾ ਉਹ ਤਾਂ 50 ਬੰਦੇ ਨੇ ਖੜ ਕੇ ਵੀ ਕਹਿ ਦੂਗਾ ਭਾਈ ਮੇਰੀ ਗਲਤੀ ਹੈ ਵੀ ਅੱਜ ਤੋਂ ਬਾਅਦ ਨੀ ਹੋਊਗੀ ਇਹ ਗੱਲ ਪਰ ਜਿਹੜਾ ਬੰਦਾ ਕਮੀਨਾ ਉਹ ਉੱਥੇ ਖੜ ਕੇ ਕਰਨਾ ਬੜਾ ਔਖਾ ਪੰਜ ਪਿਆਰਾਂ ਦੇ ਪੇਸ਼ ਹੋਣਾ ਬੜਾ ਔਖਾ ਨਾਲੇ ਦੇਖੋ ਜੀ ਦੋ ਗੱਲਾਂ ਆ ਮੈਂ ਦੱਸਾਂ ਇੱਕ ਤਾਂ ਹੈਗਾ ਆ ਜ਼ਬਰਦਸਤੀ ਕਰਨੀ ਵੀ ਜ਼ਬਰਦਸਤੀ ਜਿਹਨੂੰ ਕਿਸੇ ਦੇ ਨਾਲ ਸੰਬੰਧ ਜਿਹੜੇ ਕਰਨੇ ਆ ਅਗਲੇ ਦੀ ਇੱਛਾ ਦੇ ਵਿਰੁੱਧ ਉਹ ਇੱਕ ਘਟਨਾ ਆ ਉਹਨੂੰ ਤਾਂ ਕਾਨੂੰਨ ਹੀ ਸਜ਼ਾ ਦਿੰਦਾ ਆ ਹੁਣ ਜਿਹੜੇ ਦੋਹਾਂ ਦੇ ਸੰਬੰਧ ਹੋਏ ਆ ਮੈਂ ਕਹਿੰਦਾ ਕਿੰਨੇ ਬੰਦੇ ਆ ਯਾਰ ਕਿਹੜਾ ਕੋਈ ਬੰਦਾ ਆ ਕੇ ਨਿਊਜ਼ੀਲੈਂਡ ਚੋਂ ਮੈਨੂੰ ਦੱਸੇ ਤੇ ਅਸੀਂ ਜੀ ਇਦਾਂ ਦੇ ਬੰਦੇ ਨੂੰ ਸਵੀਕਾਰ ਨਹੀਂ ਕਰਦੇ ਨਿਊਜ਼ੀਲੈਂਡ ਚੋਂ ਕੋਈ ਬੰਦਾ ਫੋਨ ਕਰੇ ਔਨ ਏਅਰ ਜਿਹੜਾ ਜਾਣੀ ਆਪਣਾ ਨਾਂ ਪਤਾ ਦੱਸ ਦੇਵੇ ਮੈਂ ਜਾਣਦਾ ਹੋਵਾਂ ਥੋੜਾ ਜਿਹਾ ਲੈ ਮੈਂ ਦੱਬੀਆਂ ਕੋਲਾਂ ਪੱਟ ਕੇ ਰੱਖ ਦਿੰਦਾ ਮੂਹਰੇ ਤੇ ਕੰਜਰੋ ਕਿਹਦੀ ਤੀਮੀ ਕਿਹਦੇ ਨਾਲ ਕਿਹੜੇ ਕਿਹੜੇ ਘਰ ਦੇ ਵਿੱਚ ਕਿੱਥੇ ਤੁਸੀਂ ਕਿਹੜੇ ਬੰਦੇ ਤੁਹਾਡੇ ਘਰੇ ਆਉਂਦੇ ਆ ਦੱਸ ਦਿੰਦਾ ਮੈਂ ਕਿਉਂ ਸਾਰੇ ਸਵੀਕਾਰਦੇ ਆ ਉਹਨੂੰ ਪਤਾ ਹੁੰਦਾ ਸਾਨੂੰ ਪਰ ਗੱਲ ਪੰਗਾ ਇੱਥੇ ਇਹ ਪੈ ਗਿਆ ਆ ਵੀ ਇੱਕ ਪਾਸੇ ਤਾਂ ਉਹ ਸਾਰਾ ਕੁਛ ਹੁੰਦੇ ਹੋਏ ਉਹ ਘੜਮ ਚੌਧਰੀ ਬਣ ਕੇ ਬੈਠੇ ਆ ਹੁਣ ਜਿਹੜੇ ਜੈਨੂਨ ਬੰਦੇ ਆ ਨਾ ਉਹ ਦੂਜੇ ਨੂੰ ਇੱਦਾਂ ਬਦਨਾਮ ਨਹੀਂ ਕਰਦੇ ਉਹਨਾਂ ਨੂੰ ਹੁੰਦਾ ਵੀ ਅਗਲੇ ਦੇ ਘਰ ਦਾ ਮਾਮਲਾ ਅਸੀਂ ਕੀ ਲੈਣਾ ਇਸ ਗੱਲ ਤੋਂ ਜਿਹੜੇ ਹਰਾਮਖੋਰ ਬੰਦੇ ਆ ਉਹ ਇੱਦਾਂ ਦਾ ਇਲਜ਼ਾਮ ਲਵਾ ਕੇ ਮੌਕਾ ਭਾਲਦੇ ਆ ਹੁਣ ਗੱਲ ਜਾਣੀ ਗੱਲ ਇਹ ਆ ਵੀ ਇਹ ਚੀਜ਼ ਜਿਸ ਤਰੀਕੇ ਨਾਲ ਹੈਗੀ ਆ ਖਤਮ ਹੋਣੀ ਚਾਹੀਦੀ ਆ ਸਾਨੂੰ ਜਿਹੜੇ ਬੰਦੇ ਕੰਮ ਕਰਨੇ ਵਾਲੇ ਨਾ ਉਹਨਾਂ ਨੂੰ ਠੋਕ ਵਜਾ ਕੇ ਕਹਿਣਾ ਚਾਹੀਦਾ ਵੀ ਤੂੰ ਕੌਣ ਹੁੰਦਾ ਕੰਮ ਕਰ ਜਾ ਕੇ ਆਪਣਾ ਠੀਕ ਹੈ ਨਾ ਗਲਤੀ ਉਹ ਗਲਤੀ ਨੂੰ ਆਪ ਆਪਣੇ ਗਰੁੱਪ ਦੇ ਵਿੱਚ ਹੁਣ ਜਿਹੜੀ ਗੱਲ ਜੇ ਉਹ ਸੱਚੀ ਹੋਈ ਗੱਲ ਜਿਹੜੀ ਘਟਨਾ ਪਰਮੇਸ਼ਰ ਦੁਆਰ ਹੋਈ ਆ ਜਿਹੜੀ ਜਿੱਦਾਂ ਇਹਨੀ ਕੈਲੀਫੋਰਨੀਆ ਵਾਲਿਆਂ ਨੇ ਇਹਨਾਂ ਨੇ ਪ੍ਰਚਾਰੀ ਆ ਵੀ ਸਤਨਾਮ ਸਿੰਘ ਬਿੱਟੂ ਉਹਨੂੰ ਉੱਥੇ ਗਲਤੀ ਕੀਤੀ ਆ ਤੇ ਇਹਨੇ ਕੱਢ ਦਿੱਤਾ ਉੱਥੋਂ ਜੇ ਉਹ ਘਟਨਾ ਸੱਚੀ ਆ ਤੇ ਸਾਡੇ ਲਈ ਇਹ ਬੜੇ ਫਿਕਰ ਵਾਲੀ ਗੱਲ ਆ ਇਸ ਕਰਕੇ ਨੀ ਵੀ ਵਾਪਰਿਆ ਕੀ ਆ ਇਸ ਕਰਕੇ ਉਹਨੂੰ ਕੱਢਿਆ ਗਿਆ ਉੱਥੋਂ ਉਹ ਕਿਉਂਕਿ ਇਹਨਾਂ ਦਾ ਹਥਿਆਰ ਚੱਲ ਗਿਆ
ਹੁਣ ਉਹ ਹਥਿਆਰ ਢੱਡੀਆਂ ਵਾਲੇ ਤੇ ਵੀ ਚਲਾ ਸਕਦੇ ਆ, ਆਡੀਓ ਕੱਢ ਦਿੱਤੀ ਉਹਨਾਂ ਨੇ, ਉਹ ਹੋਰ ਕਿਸੇ ਬੰਦੇ ਉੱਤੇ ਚਲਾ ਸਕਦੇ ਆ, ਬਾਕੀ ਨੂੰ ਧੁੰਦਾ ਜੀ ਤੇ ਚਲਾ ਦੇਣਗੇ, ਉਹ ਪੰਥਪ੍ਰੀਤ ਸਿੰਘ ਤੇ ਚਲਾ ਦੇਣਗੇ, ਠੀਕ ਹੈ। ਫਿਰ ਅਸੀਂ ਇਹ ਕਹਾਂਗੇ ਵੀ ਬਸ ਖਤਮ ਖਾਣੀ, ਠੀਕ ਹੈ ਭਾਈ। ਅਸੀਂ ਮੈਂ ਕਹਿੰਦਾ ਜਦੋਂ ਕੋਈ ਘਟਨਾ ਵਾਪਰਦੀ ਆ ਇਹ ਕਾਨੂੰਨੀ ਮਾਮਲਾ ਆ, ਧਰਮ ਦਾ ਮਾਮਲਾ ਨਹੀਂ ਹੈ। ਅਸੀਂ ਧਰਮ ਦੇ ਆਪਣੇ ਤੌਰ ਤੇ ਅਸੀਂ ਕਹਿ ਸਕਦੇ ਹਾਂ ਟੱਬਰ ਦੇ ਤੌਰ ਤੇ ਵੀ ਭਾਈ ਨਹੀਂ, ਜੇ ਹੁਣ ਸਾਨੂੰ ਪਤਾ ਲੱਗਾ ਵੀ ਜ਼ਬਰਦਸਤੀ ਕੀਤੀ ਆ, ਪਹਿਲੀ ਗੱਲ ਤਾਂ ਇਹ ਹਿੰਮਤ ਇੰਨੀ ਕਰੀਏ ਅਸੀਂ ਜਿੱਥੇ ਸਾਨੂੰ ਪਤਾ ਲੱਗਦਾ ਵੀ ਬੰਦਾ ਜ਼ਬਰਦਸਤੀ ਕਰਦਾ ਆ, ਇਨ ਕੀਤੀ ਆ ਕਿਸੇ ਨਾਲ, ਉਹ ਚਾਹੇ ਸਾਡਾ ਉਹਨਾਂ ਵਿਰੋਧ ਹੈ ਚਾਹੇ ਨਹੀਂ ਹੈ, ਉਹਨੂੰ ਕਾਨੂੰਨੀ ਤੌਰ ਤੇ ਸ਼ਿਕਾਇਤ ਕਰੋ, ਉਹਦੀ ਖਤਮ ਹੋ ਜਾਏ, ਉਹ ਹੋਰ ਕਿਤੇ ਕਰਨ ਜੋਗਾ ਨਾ ਰਹੇ, ਠੀਕ ਹੈ। ਪਰ ਜੇ ਉਹ ਜਦੋਂ ਹੁਣ ਇਹ ਨੀ ਨਾ ਪਤਾ ਵੀ ਇਲਜ਼ਾਮ ਲੱਗਾ ਆ ਜਾਂ ਜ਼ਬਰਦਸਤੀ ਹੋਈ ਆ ਜਾਂ ਉਹ ਸਲਾਹ ਦੇ ਨਾਲ ਸੰਬੰਧ ਬਣੇ ਆ, ਬਿਲਕੁਲ ਹਨਾ, ਉਹ ਜਦੋਂ ਅਸੀਂ ਜਿਹੜੇ ਜਦੋਂ ਦੋਹਾਂ ਦੀ ਆਪਣੀ ਮਰਜ਼ੀ ਦੇ ਨਾਲ ਸੰਬੰਧ ਹੋਏ ਆ, ਇਹ ਵੀ ਹੋ ਸਕਦਾ ਵੀ ਉੱਥੇ ਔਰਤ ਦੀ ਗਲਤੀ ਜ਼ਿਆਦਾ ਹੋਵੇ, ਇਹ ਵੀ ਪੋਸੀਬਲ ਆ, ਉਹਨੇ ਹਾਲਾਤ ਇੱਦਾਂ ਦੇ ਪੈਦਾ ਕੀਤੇ ਹੋਣ। ਕਿੰਨੀ ਵਾਰ ਇੱਦਾਂ ਹੁੰਦਾ ਆ ਵੀ ਅਗਲੀ ਇਮੋਸ਼ਨਲੀ ਬਲੈਕਮੇਲ ਕਰਦੀ ਆ, ਹੁਣ ਬੰਦਾ ਕੱਲਾ ਬੰਦਾ ਫਸ ਜਾਂਦਾ, ਉਹਨੂੰ ਲੱਗਦਾ ਇੱਦਾਂ ਜੇ ਹੁਣ ਮੈਂ ਕਹਿਣਾ ਨਾ ਮੰਨਿਆ ਜਾਂ ਹੁਣ ਮੈਂ ਇੱਥੇ ਵਿਰੋਧ ਕੀਤਾ ਤਾਂ ਮੇਰੇ ਤੇ ਇਲਜ਼ਾਮ ਲੱਗ ਜਾਣਾ ਰੇਪ ਦਾ, ਠੀਕ ਹੈ। ਵੀ ਉਹ ਉੱਦਾਂ ਦੇ ਮੌਕੇ ਜਾਣੀ ਉਹਨੂੰ ਉਸ ਘਟਨਾ ਨੂੰ ਅਸੀਂ ਜੇ ਵੱਖਰੇ ਕਿਸੇ ਵੀ ਵੱਖਰੇ ਤਰੀਕੇ ਨਾਲ ਹੁਣ ਤੋਂ ਵੱਖਰੇ ਨਾਲ ਨਾ ਦੇਖਿਆ ਤੇ ਆਉਣੇ ਵਾਲਾ ਸਮਾਂ ਸਾਡੇ ਲਈ ਬੜਾ ਖਤਰਨਾਕ ਹੋਣਾ। ਬਿਲਕੁਲ ਇਹ ਚੀਜ਼ਾਂ ਦਾ ਤਾਂ ਧਿਆਨ ਖਾਸ ਤੌਰ ਤੇ ਰੱਖਣਾ ਚਾਹੀਦਾ ਸਾਰੇ ਬੰਦਿਆਂ ਨੂੰ, ਇਹੋ ਜਿਹੇ ਇਲਜ਼ਾਮ ਕਿਸੇ ਤੇ ਵੀ ਲਾਏ ਜਾ ਸਕਦੇ ਇਹਦੇ ਲਈ। ਹੁਣ ਜੇ ਅੱਜ ਆਪਾਂ ਇੱਥੇ ਸਾਡੀ ਕਮੇਟੀ ਆ, ਇਹਦੇ ਵਿੱਚ ਕੋਈ ਬੰਦਾ ਆਉਂਦਾ ਇੱਥੇ ਆ ਕੇ ਉਹ ਅੰਗਰੇਜ਼ ਸਿੰਘ ਦਾ, ਬਲਜਿੰਦਰ ਸਿੰਘ ਦਾ, ਹਰਨੇਕ ਸਿੰਘ ਦਾ ਨਾਂ ਲੈ ਕੇ ਕੁਛ ਕਹਿੰਦਾ ਵੀ ਦੇਖੋ ਜੀ ਇਸ ਬੰਦੇ ਨੇ ਮੇਰੇ ਪੈਸੇ ਮਾਰ ਲਏ, ਅਸੀਂ ਉਹਨੂੰ ਕੀ ਜਵਾਬ ਦਿੰਦੇ ਹਾਂ? ਅਸੀਂ ਉਹਨੂੰ ਇਹੀ ਕਹਿੰਦੇ ਨਾ ਵੀ ਤੂੰ ਕੋਰਟ ਚਲ ਜਾ, ਠੀਕ ਹੈ। ਜੇ ਹੁਣ ਅਸੀਂ ਇਹ ਕਹੀਏ ਉਹਦੇ ਇੱਦਾਂ ਕਹਿਣ ਦੇ ਉੱਤੇ ਅਸੀਂ ਉਹਨੂੰ ਕਮੇਟੀ ਚੋਂ ਕੱਢ ਦਈਏ ਬੰਦੇ ਨੂੰ, ਤੇ ਬਸ ਇਹ ਬੰਦਾ ਇੱਦਾਂ ਕਰਦੇ ਹਾਂ ਅਸੀਂ? ਹੁਣ ਸਾਨੂੰ ਤਾਂ ਇਹ ਵੀ ਨੀ ਪਤਾ ਵੀ ਮਾਰੇ ਆ ਕਿ ਨਹੀਂ ਮਾਰੇ, ਸਾਨੂੰ ਇਹ ਵੀ ਨੀ ਪਤਾ ਵੀ ਡੀਲ ਕੀ ਹੋਈ ਆ, ਹੈ ਕਿ ਨਹੀਂ? ਤੇ ਜੇ ਤੈਨੂੰ ਲੱਗਦਾ ਭਾਈ ਤੇਰੇ ਨਾਲ ਧੱਕਾ ਹੋ ਤੂੰ ਕੋਰਟ ਚਲ ਜਾ। ਹੁਣ ਜੇ ਇਹ ਇੱਥੇ ਇਹ ਕੁਛ ਆ ਤੇ ਜਿਹੜਾ ਜੇ ਕਿਸੇ ਨਾਲ ਸੰਬੰਧ ਬਣਦੇ ਉੱਥੇ ਕਿਉਂ ਨੀ ਇਹ ਕਹਿੰਦੇ ਅਸੀਂ? ਤੇ ਤੈਨੂੰ ਭਾਈ ਸ਼ਿਕਾਇਤ ਆ ਤੂੰ ਜਾ ਕੇ ਪੁਲਿਸ ਨੂੰ ਸ਼ਿਕਾਇਤ ਕਰ ਦੇ, ਇਨਕੁਆਰੀ ਕਰ ਲੈਣ, ਅਗਲੇ ਸਜ਼ਾ ਹੋ ਜਾਊਗੀ ਸਾਨੂੰ ਪਤਾ ਲੱਗ ਜਾਊ। ਹੁਣ ਇੱਕ ਪਾਸੇ ਤਾਂ ਜਾਣੀ ਕਿੱਡੇ ਕਿੱਡਾ ਵੋਟ ਚੋਰੀ ਵਾਲਾ ਕੇਸ, ਹੋਰ ਕਿੰਨੇ ਕੇਸ ਆ ਇੱਦਾਂ ਦਾ ਕੁੱਤਪੁਣਾ ਹੁੰਦਾ ਤੇ ਉਹ ਬੰਦੇ ਫਿਰ ਸਮਾਜ ਦੇ ਵਿੱਚ ਬੈਠੇ ਆ, ਹਨਾ। ਦੂਜੇ ਪਾਸੇ ਇਲਜ਼ਾਮ ਲੱਗਾ, ਹੁਣ ਜਦੋਂ ਤੈਅ ਤੱਕ ਹੀ ਨੀ ਗਾ ਪਤਾ ਕੀ ਹੋਇਆ, ਨਹੀਂ ਮੈਂ ਕਹਿੰਦਾ ਗਲਤੀ ਆ ਯਾਰ, ਇਸ ਚੀਜ਼ ਨੇ ਉਹਨਾਂ ਨੂੰ ਹਵਾ ਦੇ ਦਿੱਤੀ ਆ, ਉਹਨਾਂ ਨੂੰ ਮੌਕਾ ਦੇ ਦਿੱਤਾ ਆ, ਕਿਉਂਕਿ ਉੱਥੇ ਗੱਲ ਠੀਕ ਆ ਉਹਦੀ ਭਾਈ ਇਨਕੁਆਰੀ ਕਰੋ, ਹੋਵੇ ਰਿਪੋਰਟ ਹੋਵੇ, ਬੰਦਾ ਪੰਜਾਂ ਪਿਆਰਿਆਂ ਚ ਨਾ ਲੱਗੇ, ਜਿਹੜੀ ਮੈਨੇਜਮੈਂਟ ਹੈ ਉਹ ਘਰ ਚ ਨੀ ਰਹੂਗਾ ਆਪਣੇ, ਇੱਦਾਂ ਦੇ ਬੰਦੇ ਨੂੰ ਘਰ ਚੋਂ ਕੱਢ ਦਿੰਦੇ ਅਸੀਂ, ਉਹਦੇ ਸੰਬੰਧ ਹੋ ਗਏ ਹੁਣ ਉਹਦੇ ਨਾਲ। ਹੁਣ ਮਾਨਸਿਕ ਤੌਰ ਤੇ ਸੁਰਤ ਦੇ ਤੌਰ ਤੇ ਕਿੰਨੇ ਜਣੇ ਆ ਜਿਹਨਾਂ ਦੇ ਸੰਬੰਧ ਹੋਏ ਹੋ ਆ, ਜਿਹੜੇ ਦੂਜੇ ਦੇ ਬਾਰੇ ਸੋਚ ਰਹੇ ਆ ਇੱਦਾਂ? ਉਹ ਚੀਜ਼ ਤਾਂ ਜਿਹੜੀ ਹੈਗੀ ਆ, ਇਹਨਾਂ ਚੀਜ਼ਾਂ ਨੂੰ ਖੁੱਲ ਕੇ ਵਿਚਾਰਨ ਦੀ ਜ਼ਰੂਰਤ ਹੈ, ਇਹਨਾਂ ਚੀਜ਼ਾਂ ਨੂੰ ਜਿਹੜੀਆਂ ਪ੍ਰੋਬਲਮਾਂ ਹੈਗੀਆਂ, ਇੱਦਾਂ ਥੋੜ੍ਹੀ ਜਿਹੀ ਹੈ ਨੀ ਕਿਤੇ ਸਮਾਜ ਦੇ ਵਿੱਚ, ਦੇਸ਼ ਦੇ ਵਿੱਚ ਹੈ ਸਮਾਂ ਪ੍ਰੋਬਲਮ ਹੈ, ਕਿਸੇ ਦੀ ਕਿਸੇ ਲੈਵਲ ਤੇ ਗਈ ਹੈ, ਕਿਸੇ ਦੀ ਕਿਸੇ ਲੈਵਲ ਤੇ ਗਈ ਹੈ, ਤਾਂ ਹਰੇਕ ਬੰਦੇ ਨੂੰ ਜਿਹੜੀ ਆ ਜੇ ਉਹਨਾਂ ਚੀਜ਼ਾਂ ਦੇ ਲਈ ਜਿਹੜੀ ਹੈ ਜਦੋਂ ਖੁੱਲ ਹੋਊਗੀ ਸਮਾਜ ਦੇ ਵਿੱਚ ਵਿਚਰਨ ਦੀ, ਸ਼ੁਰੂ ਤੋਂ ਬੱਚਾ ਜਦੋਂ ਪੈਦਾ ਹੁੰਦਾ ਉਦੋਂ ਤੋਂ ਲੈ ਕੇ ਜਦੋਂ ਵੱਡਾ ਹੁੰਦਾ ਜਵਾਨ ਹੁੰਦਾ ਉਦੋਂ ਤੱਕ ਪਰਵਰਿਸ਼ ਹੈ, ਉੱਥੋਂ ਤੱਕ ਜਿਹੜਾ ਉਹ ਚੀਜ਼ ਜਿਹੜੀ ਹੈ ਇਹਨਾਂ ਚੀਜ਼ਾਂ ਨੂੰ ਬੜਾ ਆਮ ਸਾਨੂੰ ਕਰਨਾ ਚਾਹੀਦਾ ਇਹਨਾਂ ਸਭ ਚੀਜ਼ਾਂ ਗੱਲਾਂ ਵਾਸਤੇ ਜਿੰਨੀ ਡਿਸਕਸ਼ਨ। ਤੁਸੀਂ 2 ਸੈਕਿੰਡ ਹੋਲਡ ਕਰਿਓ, ਕਾਲ ਆ ਜ਼ਰੂਰੀ ਨਾ ਹੋਵੇ। ਹੈਲੋ ਜੀ, ਆਨ ਹੋ ਰਹੇ ਤੁਸੀਂ? ਹੈਲੋ, ਹਾਂਜੀ, ਹੈਲੋ, ਹਾਂਜੀ, ਹੈਲੋ, ਹਾਂਜੀ, ਹਰਨੇਕ ਸਿੰਘ ਜੀ ਬੋਲਦੇ? ਹਾਂਜੀ ਹਾਂਜੀ, ਤੁਸੀਂ ਆਉਣੇ ਰਹਾਂ ਇਸ ਵੇਲੇ? ਅੱਛਾ, ਮੈਂ ਆਉਣੇ ਰਹਾਂ, ਸਤਿ ਸ੍ਰੀ ਅਕਾਲ ਜੀ। ਮੈਂ ਨਾ, ਮੇਰਾ ਨਾਮ ਜਸਟੀਰ ਹੈ, ਲੰਡਨ ਤੋਂ ਬੋਲ ਰਿਹਾ। ਹਾਂਜੀ, ਤੇ ਭਾਜੀ ਮੈਂ ਤੁਹਾਡਾ ਸੋਰੀ ਪ੍ਰੋਗਰਾਮ ਇੰਟਰਪਟ ਕੀਤਾ ਕਿਉਂਕਿ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਆਮ ਅ ਗ੍ਰੇਟ ਫੈਨ ਆਫ ਯੂਅਰਸ। ਮੈਂ ਰੀਜ਼ਨ ਇਜ ਯੂ ਆਰ ਵੈਰੀ ਬਰੇਵ, ਵੈਰੀ ਓਨੈਸਟ, ਐਂਡ ਤੁਸੀਂ ਸੱਚਾਈ ਦਾ ਜਿਹੜਾ ਸਾਥ ਦੇ ਰਿਹਾ, ਮੈਂ ਤੁਹਾਡਾ ਹੁਣੇ ਕੁਛ ਦਿਨਾਂ ਤੋਂ ਲਿਸਨਰ ਬਣਨਾ ਸ਼ੁਰੂ ਹੋਏ ਆ, ਲੇਕਿਨ ਤੁਸੀਂ ਜਿਹੜੀਆਂ ਖਰੀਆਂ ਖਰੀਆਂ ਸੁਣਾਉਂਦੇ ਹੋ ਨਾ,
चुके है ना कर मैं बहुत ज्यादा लपेट भी गल क्या मैं सीधी सीधी जी गल कर रहा बेस्ट काम कर रहे हो अवेयरनेस जी है ना बड़ी जरूरी है अगर एक बंदा दो बंदा तीन बंदा एक ही करके जुड़ता रहा ना डेफिनेटली डेफिनेटली ना एक दिन तुम गोल अचीव करोगे होगा होगा जी होगा हौसला रखने की लोड़ है ठीक है जी नाले सानू अपनी इमानदारी का पता आया सब तो वध नहीं किसी नू पता सानू पता साडे पिछे हिडन एजेंडे की आ साडी सोच दे पिछे साडा स्वार्थ की आ इस करके सानू कॉन्फिडेंस होना चाहिए भी सानू को डरा नहीं सकता को खरीद नहीं सकता को अपनी मर्जी ना बरत नहीं सकता पर जिहड़ियां गप्पां दी तुसीं जिहड़ी है जिहड़ी कपोर साडे च भरिया होया ना मैं किद्दां अपने बच्चे नू खवां मेरा मैं वापस मुड़ना चाहना मैं मेरे मेरे केस कट्टे हुए ने मैं भी कदी पग बंदा सीगा सानू सीगा मैं वापस मुड़ पर गप्पां सुन सुन के ना दे पुट मी ऑफ मैं अपने बच्चे नू नहीं समझा सकता मेरे किसी बच्चे नू नहीं कुछ जे कोई सुनते भी नहीं कोई कुछ माड़ा मोटा गुरुद्वारे जाके सुनते ने ना एंड दे स्टार्ट लाफिंग एक गुरु ग्रंथ साहिब तो बिना जेड़ा सारा कुछ है ना वह अग ला के फूकने वाला आया सारा कुछ सानू जेड़ा विधान है ना साडा समाज का ढांचा है जो असी जीना है उन्नू नवे तरीके तो सानू उसारना पैना नवे तरीके तो लिखना पैना बस मैं थोनू रेडियो की चढ़ती कला और खासकर थोड़ी चढ़ती कला एक होर भाई साहब आते होंगे ने ड्यूरिंग द वीक वह भी बहुत अच्छा प्रोग्राम करते हैं तुम घट्टो घट रियलिटी दिखा रहे हो साडे समाज में आईना भी दिखा रहे हो तो जस्ट कीप इट अप सर मैं ज्यादा टाइम ना लेंदे हुए पते बुलाना मेरी पूरा पूरा थोड़े साथ है एक बंद खैर मैं कर सकता एक एक मस्त काउंट होंगे आ जगविंदर भेजा भी बहर बहरों देख के सुन के मेनू इशारा कर दिता पे ऑन एयर गल करनी आनी जे इनी गल उतो सुन लेता सानू सौखा रहना सी गल होनी भेद दया सीक्रेट होंगे सारे सामने नहीं खोली दे बना के रखना होंगे ऐदा नहीं होंगे रिलीज करता फोन से मैं करके ओदू बाद अपना जो नहीं हरेक बंदा अपनी जिम्मेवारी समझ के जो थोनू यह पता भी हरनेक सिंह बोल रहा है तो तुम क्यों असि क्यों नहीं बोल सकते मतलब घटो घट असि किसी ने सिर्फ ना पसाइए तो घटो घट मन तो सकते ही अपने परिवार आले दुआले अपने बिलकुल एक परिवार मनना दूजी गल सोचना ओ बारे जेड़ा कपूर ने गल मेन इनी टुंब दी ना गल कहिंदा जेड़े सोच सकते है ना उन्होंने सोचना चाहिए जिन्हें को दिमाग ही नहीं गल बखरी है जिन्हें को हैगा उन्होंने टाइम कट के जो पंद्रह मिनट निकलते हैं ना दिहाड़ी नितनेम नहीं हुंदा बंदे तो को पंद्रह मिनट बैठ के सोचे जरूर बंदा नहीं नहीं बिलकुल कई बार प्रोग्राम च भी गल हुई है जेडे बंदियां दे दिमाग काम कर दे है ना गल नू पकड़ रहे है प्रॉब्लम दी जड़ नू देख रहे है उन्हां दिमाग काम कर रहा उन्हां दा तां उन्हां दे समझ लो परमात्मा दी कृपा है बड़ी वड्डी ओ हरेक बंदे दे वस दी गल नहीं हुंदी कि समस्या दी असली जड़ नूं फड़ लैणा हरेक बंदे दी वस दी गल नहीं हुंदी भी जिहड़ी गल कीती जा रही उहनूं उसे तरीके नाल समझ लैणा जिस तरीके नाल अगला कर रहा वो जिहड़ियां चीजां हैगियां ना जिहड़ी कृपा जिहड़ी गुरु नानक पातशाह दी गल्लां सीगियां तीन करोड़ सिख तां असीं कही जांदे आ पर मिले तां कल्ले भाई लैणा जी ना गुरु नानक पातशाह नूं किरपा है परमात्मा की भी जिहड़ियां गुरु नानक पातशाह गल्लां इन्ने सालां दीआं करदे आ रहे सीगे भाई लैणा जी तां बहुत बाद च मिले उहनां नूं जाके जिहड़े आ किन्नियां उदासियां करन तों बाद पर ओदू बावजूद भी जिहड़ी गल हैगी उह भाई लैणा जी नूं समझ आई जाके की कहना की जा रहा असल दे विच भाई गुरु नानक पातशाह जी इन्हां दा मकसद की है गल्लां कहण दा जिहड़ी है असली जिहड़ी चीज है उन्हां ते ओह परमात्मा की कृपा जिहड़े जिहड़े बंदे सोच सकदे जिहड़े बंदे ने समझ आ जांदियां गल्लां उन्हां बंदियां ते बड़ी कृपा है परमात्मा उस कृपा नूं वरतना चाहीदा हरेक बंदे नूं अपने अपने तौर दे उत्ते ओह तां चीज जिहड़ी हैगी समाज दी जिहड़ी वड्डियां गुंझलदार समस्यावां है ना जिहड़ियां
ਜਿਹਦੇ ਤੁਸੀਂ ਗੱਲ ਵੀ ਕਰ ਰਹੇ ਹੋ ਹੁਣ ਜਿਹੜੀ ਆ ਗੁਲਝਲਦਾਰ ਸਮੱਸਿਆਵਾਂ ਜਿਹੜੀਆਂ ਉਹੀ ਬੰਦੇ ਬੈਠ ਕੇ ਸੁਲਝਾ ਸਕਦੇ ਆ ਜਿਹੜੇ ਬੰਦੇ ਇਹਨਾਂ ਚੀਜ਼ਾਂ ਨੂੰ ਸਮਝ ਸਕਦੇ ਜਿਹੜੇ ਬੰਦੇ ਖੜੇ ਜੜ ਹੋਏ ਬੈਠੇ ਇਹਨਾਂ ਚੀਜ਼ਾਂ ਦੇ ਲਈ ਜਿਹੜੇ ਆ ਉਹਨਾਂ ਬੰਦਿਆਂ ਦੇ ਵੱਸ ਦੀ ਗੱਲ ਨੀ ਵੀ ਇਹਨਾਂ ਸਮੱਸਿਆਵਾਂ ਨੂੰ ਸਮਝਾਇਆ ਜਾ ਸਕਦਾ ਉਹ ਠੀਕ ਹੈ ਜੀ ਧੰਨਵਾਦ ਤੁਸੀਂ ਕਰੋ ਪ੍ਰੋਗਰਾਮ ਥੈਂਕ ਯੂ ਜੀ ਥੈਂਕ ਯੂ ਬਿਲਕੁਲ ਜੀ ਆਪਾਂ ਜਿਹੜੀ ਗੱਲ ਕਰਦੇ ਸੀਗੇ ਵੀ ਉਹਨੂੰ ਬੜੀ ਬਰੀਕੀ ਨਾਲ ਸਾਨੂੰ ਦੇਖਣਾ ਪੈਣਾ ਇਹਦੇ ਉੱਤੇ ਕੰਮ ਕਰਨਾ ਪੈਣਾ ਨਹੀਂ ਤਾਂ ਉਹਨੇ ਇੱਕ ਇੱਕ ਕਰਕੇ ਨਾ ਜਿਹੜਾ ਸਾਡਾ ਨੁਕਸਾਨ ਆ ਉਹ ਕਰਦੇ ਜਾਣਗੇ ਵਿਰੋਧੀ ਚਾਹੁੰਦਾ ਆ ਠੀਕ ਹੈ ਜੀ ਵਿਰੋਧੀ ਚਾਹੁੰਦਾ ਆ ਇਹ ਖੇਡ ਸਾਡੇ ਨਾਲ ਖੇਡਣੀ ਵੀ ਉਹ ਜਿਹੜੀਆਂ ਘਟਨਾਵਾਂ ਜਿਹੜੀ ਗੱਲ ਅਸੀਂ ਕਰਦੇ ਸੀ ਵੀ ਉਹ ਸਤਨਾਮ ਸਿੰਘ ਬਿੱਟੂ ਵਾਲੀ ਉਹ ਅਸੀਂ ਨਹੀਂ ਉਸ ਤਹਿ ਤੱਕ ਜਾਣਾ ਚਾਹੁੰਦੇ ਕੀ ਹੋਇਆ ਪਰ ਗੱਲ ਇਹ ਆ ਵੀ ਉਹ ਖੇਡ ਵਿਰੋਧੀ ਨੇ ਖੇਡੀ ਆ ਜਦੋਂ ਵਿਰੋਧੀ ਖੇਡ ਖੇਡਦਾ ਆ ਉਹਨੂੰ ਉਹਦੇ ਇਰਾਦੇ ਚ ਅਸਫਲ ਕਰਨਾ ਉਹਦੇ ਇਰਾਦੇ ਚ ਫੇਲ ਕਰਨਾ ਸਾਡਾ ਮੁੱਖ ਮੰਤਵ ਜਿਹੜਾ ਹੋਣਾ ਚਾਹੀਦਾ ਠੀਕ ਹੈ ਜੀ ਉਹਨੂੰ ਸਪਰੈਸ ਕੀਤਾ ਜਾਵੇ ਉਹਨੂੰ ਉਹਦੀ ਛਾਣਬੀਣ ਕੀਤੀ ਜਾਵੇ ਫੈਸਲੇ ਜਿਹੜੇ ਆ ਉਹ ਉਦੋਂ ਇਸ ਤਰੀਕੇ ਨਾਲ ਨਾ ਲਏ ਜਾਣ ਕਿਉਂਕਿ ਨਹੀਂ ਤਾਂ ਇੱਕ ਇੱਕ ਕਰਕੇ ਜੇ ਅਸੀਂ ਇੱਕ ਵਾਰੀ ਇਸ ਰਾਹ ਦੇ ਉੱਤੇ ਤੁਰ ਗਏ ਉਹ ਇੱਕ ਇੱਕ ਕਰਕੇ ਬਹੁਤ ਵਰੀ ਇਹ ਫੈਸਲੇ ਕਰਵਾਉਣਗੇ ਸਾਡੇ ਕੋਲ ਤੇ ਅੱਜ ਸਾਡੇ ਲਈ ਬਣਿਆ ਵੀ ਹੁਣ ਜਿਹੜੀ ਚਲੋ ਉਹ ਤਾਂ ਉੱਥੇ ਦੱਸ ਗਈ ਹੁਣ ਜਿਹੜੀ ਆ ਇੱਕ ਵਾਰੀ ਦੁਬਾਰਾ ਸੁਣਿਓ ਇਹਦੇ ਉੱਤੇ ਹੁਣ ਆਪਾਂ ਵਿਚਾਰ ਕਰਦੇ ਹਾਂ ਜਿਹੜੀ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਬਾਰੇ ਉਹ ਬੰਦਾ ਵੈਨਕੂਵਰ ਤੋਂ ਕਹਿ ਰਿਹਾ ਹਾਂਜੀ ਢੱਡਰੀਆਂ ਵਾਲਿਆ ਸਾਦਾ ਬੜੀ ਛੇਤੀ ਭੁੱਲ ਗਏ ਜਦੋਂ ਬੀਸੀ ਦੇ ਵਿੱਚੋਂ ਮਾਰ ਖਾ ਕੇ ਇੱਥੋਂ ਭੱਜ ਕੇ ਗਿਆ ਸੀ ਲੋਕਾਂ ਨੇ ਤੇਰੇ ਖਿਲਾਫ਼ ਮੁਜ਼ਾਹਰੇ ਕੀਤੇ ਸਨ ਹੁਣ ਇਹ ਉਹ ਭਾਈ ਰਣਜੀਤ ਸਿੰਘ ਨੂੰ ਉੱਥੇ ਇੱਕ ਗਏ ਨੂੰ ਮੇਰਾ ਖਿਆਲ 12 ਸਾਲ ਹੋ ਗਏ ਹੁਣੇ 11-12 ਸਾਲ ਹਾਂਜੀ ਜਦੋਂ ਬਹੁਤ ਜ਼ਿਆਦਾ ਇੱਕੋ ਵਾਰੀ ਗਏ ਉਹ ਸ਼ਾਇਦ ਮੈਂ ਜੇ ਭੁੱਲਦਾ ਨਾ ਹੋਵਾਂ ਤਾਂ ਜੀ ਠੀਕ ਆ ਹੁਣ ਇੰਨੇ ਚਿਰ ਦੀ ਘਟਨਾ ਨੂੰ ਇਹ ਹਰਾਮ ਖੋਰਾਂ ਨੇ ਇੱਦਾਂ ਕਿਉਂ ਰੱਖਿਆ ਆ ਹੁਣ ਜਿਹੜਾ ਉੱਥੇ ਵਿਰੋਧ ਹੋਇਆ ਸੀ ਉਹਨਾਂ ਦਾ ਉਹਨੂੰ ਜੋੜ ਕਾਹਦੇ ਨਾਲ ਰਿਹਾਇਆ ਜਾਣੀ ਉਹ ਸੁਣੋ ਬੜੀ ਛੇਤੀ ਭੁੱਲ ਗਏ ਬੁਲੰਦਪੁਰੀ ਗੁਰਦੁਆਰੇ ਵਿੱਚ ਜਾ ਕੇ ਲੋਕੀ ਤੂੰ ਆਪਣੀ ਜਾਨ ਬਚਾਈ ਸੀ ਇੱਥੇ ਆ ਕੇ ਜਿਨ੍ਹਾਂ ਦੇ ਘਰ ਦੇ ਵਿੱਚ ਰਹਿੰਦਾ ਸੀ ਪਾਪੀਆ ਉਹਨਾਂ ਦੀ ਕੁੜੀ ਦੇ ਨਾਲ ਤੂੰ ਰੇਪ ਕਰਨ ਦੀ ਕੋਸ਼ਿਸ਼ ਕੀਤੀ ਹੁਣ ਪਹਿਲੀ ਗੱਲ ਤਾਂ ਉੱਥੇ ਨਾਂ ਕੋਈ ਨਹੀਂ ਲਿਆ ਤੇ ਕਿਹਨਾਂ ਦਾ ਘਰ ਸੀਗਾ ਕਿੱਥੇ ਹੁਣ ਜੇ ਕੈਨੇਡਾ ਵਰਗੇ ਮੁਲਕ ਵਿੱਚ ਕੋ ਐਡਾ ਪ੍ਰੋਮੀਨੈਂਟ ਬੰਦਾ ਜਿਸ ਘਰ ਵਿੱਚ ਰਹਿ ਰਿਹਾ ਆ ਪਹਿਲੀ ਗੱਲ ਵੈਸੇ ਹੀ ਇਸ ਘਟਨਾ ਨੂੰ ਦੇਖੋ ਤੁਸੀਂ ਆਪਣੇ ਤੇ ਲਾ ਕੇ ਦੇਖੋ ਵੀ ਜਿੰਨੇ ਕੁ ਅਸੀਂ ਆ ਅਸੀਂ ਜਾਈਏ ਕਿਸੇ ਮੁਲਕ ਵਿੱਚ ਜਿਹੜੇ ਘਰ ਵਿੱਚ ਰਹੀਏ ਜਿੱਥੇ ਵਿਰੋਧ ਹੋਵੇ ਸਾਡਾ ਜਿੱਥੇ ਜਾਣੀ ਹੁਣ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਹੋਵੇ 12-7-2005-6 ਦੇ ਵਿੱਚ ਜਿੰਨੀ ਚੜ੍ਹਾਈ ਸੀ ਉਹਦੀ ਤੇ ਉਹ ਜਿੰਨਾ ਵਿਰੋਧ ਆ ਉਹਦਾ ਵਿਰੋਧ ਦੇ ਵਿੱਚ ਜਿਸ ਘਰ ਦੇ ਵਿੱਚ ਰਿਹਾ ਉੱਥੇ ਰੇਪ ਕਰਨ ਦੀ ਕੋਸ਼ਿਸ਼ ਕਰ ਰਿਹਾ ਹੋ ਜਾਣੀ ਇੱਕ ਇੱਕ ਦਿਮਾਗ ਦੇ ਨਾਲ ਆਮ ਦਿਮਾਗ ਦੇ ਨਾਲ ਇਹ ਟਕਸਾਲੀਆਂ ਦਾ ਦਿਮਾਗ ਸੋਚ ਸਕਦਾ ਇੱਦਾਂ ਤੇ ਆਮ ਪੱਧਰ ਦਾ ਵੀ ਜਿਹੜਾ ਬੰਦਾ ਆ ਉਹਨੂੰ ਵੀ ਕਲਿੱਕ ਹੋ ਜਾਣਾ ਵੀ ਜਿਹੜਾ ਇੰਨਾ ਤੁਸੀਂ ਮਾੜਾ ਜਿਹਾ ਚਾਰ ਬੰਦੇ ਜਾਣਦੇ ਹੋਣ ਨਾ ਤੁਹਾਨੂੰ ਚਾਰ ਬੰਦੇ ਬਾਜ਼ਾਰ ਦੇ ਵਿੱਚ ਜਾਵੋ ਜਿੱਥੇ ਆਲੇ ਦੁਆਲੇ ਬੰਦੇ ਦੇਖਦੇ ਆ ਤੁਹਾਨੂੰ ਉੱਥੇ ਬਹੁਤ ਸਾਰੀਆਂ ਏਦਾਂ ਦੀਆਂ ਥਾਵਾਂ ਜਿੱਥੇ ਖੜਦੇ ਨੀ ਤੁਸੀਂ ਬਿਲਕੁਲ ਬੰਦਾ ਬਹੁਤ ਸੋਚਦਾ ਜੀ ਹੁਣ ਜੇ ਤੁਹਾਨੂੰ ਤੁਹਾਡੀ ਵੋਟੀ ਕਹਿ ਦੇਵੇ ਨਾ ਵੀ ਮੇਰਾ ਆਹ ਮੇਰਾ ਬਲਾਊਜ਼ ਜਾਂ ਕੋਈ ਆਹ ਚੀਜ਼ ਮੇਰੀ ਉੱਥੋਂ ਸ਼ੋਪ ਤੋਂ ਲੈ ਆਈ ਹਨਾ ਹੁਣ ਜਿੱਥੇ ਬੰਦੇ ਜਾਣਦੇ ਆ ਉੱਥੇ ਔਰਤਾਂ ਦੀ ਦੁਕਾਨ ਵਿੱਚ ਨੀ ਬੰਦਾ ਵੜਦਾ ਬਿਲਕੁਲ ਇੰਨਾ ਦਿਮਾਗ ਬੰਦੇ ਕੋਲ ਹੈਗਾ ਆ ਜਾਣੀ ਠੀਕ ਆ ਹੁਣ ਜਿਹਦੇ ਜਾਣੀ ਉਸ ਵੇਲੇ ਤਾਂ ਯਾਰ ਉੱਦਾਂ ਹੀ ਤੁਸੀਂ ਮਾੜਾ ਜਿਹਾ ਸੋਚ ਕੇ ਦੇਖ ਲਓ ਇਹ ਬੰਦਿਆਂ ਦੇ ਇੱਥੋਂ ਹੀ ਇਹਦਾ ਪਤਾ ਲੱਗਦਾ ਆ ਵੀ ਜਿਹੜੇ ਬਾਕੀ ਇਹ ਅਫਵਾਹਾਂ ਫੈਲਾ ਰਹੇ ਆ ਉਹਦੇ ਵੈਸੇ ਕਪੂਰ ਕਹਿੰਦਾ ਵੀ ਅਫਵਾਹ ਦੇ ਪਿੱਛੇ ਹਰੇਕ ਬੰਦੇ ਦਾ ਮੰਤਵ ਹੁੰਦਾ ਕੋਈ ਨਾ ਕੋਈ ਉਹ ਮੰਤਵ ਨੂੰ ਪਛਾਣਨਾ ਔਰ ਵੱਡੀ ਪ੍ਰੋਬਲਮ ਇਹ ਹੁੰਦੀ ਆ ਜਦੋਂ ਨਾ ਕੋਈ ਇਲਜ਼ਾਮ ਲਾਇਆ ਜਾਂਦਾ ਕੋਈ ਅਫਵਾਹ ਫੈਲਦੀ ਆ ਉਹਦਾ ਜਦੋਂ ਤੱਕ ਉਹਦੀ ਇਨਕੁਆਇਰੀ ਦਾ ਕਾਲ ਚੱਕਰ ਪੂਰਾ ਹੁੰਦਾ ਮੰਨ ਲਓ ਅੱਜ ਇਲਜ਼ਾਮ ਲੱਗ ਗਿਆ ਕੱਲ ਨੂੰ ਉਹ ਗੱਲ ਕਾਨੂੰਨੀ ਤੌਰ ਤੇ ਗਈ ਆ ਜਾਂ ਪੰਚਾਇਤ ਵਿੱਚ ਗਈ ਆ ਪਰਸੋਂ ਨੂੰ ਕਮੇਟੀ ਬਣੀ ਆ 3 ਦਿਨ ਇਨਕੁਆਇਰੀ ਦੇ ਉੱਤੇ ਲੱਗੇ ਆ 6 ਦਿਨ ਲੱਗਾ ਉਹਨੂੰ ਉਹਦੀ ਛਾਣਬੀਣ ਹੁੰਦੇ ਨੂੰ 7ਵੇਂ ਦਿਨ ਉਹਨੇ ਆ ਕੇ ਕਹਿਤਾ ਵੀ ਇਹ ਇਲਜ਼ਾਮ ਗਲਤ ਆ ਝੂਠਾ ਆ ਉਹਦੇ ਬਾਵਜੂਦ ਵੀ ਜਿੰਨਾ ਨੁਕਸਾਨ ਹੋਣਾ ਹੁੰਦਾ ਉਹ ਉਹਨਾਂ ਦਿਨਾਂ 'ਚ ਹੋ ਚੁੱਕਾ ਹੁੰਦਾ ਜਦੋਂ ਤੱਕ ਕਿਸੇ ਸ਼ਿਕਾਇਤ ਦਾ ਕਾਲ ਚੱਕਰ ਪੂਰਾ ਹੁੰਦਾ ਜਿਹੜਾ ਮਾਨਸਿਕ ਦਬਾਅ ਪੈਂਦਾ ਜਿਹੜਾ ਜਿਹੜਾ ਸਮਾਜ ਦੇ ਵਿੱਚ ਜਿਹੜਾ ਜਿਹੜੀਆਂ ਲੋਕਾਂ ਦੀਆਂ ਨਜ਼ਰਾਂ ਕਿ ਉਹ ਅਸੀਂ ਬੜੇ ਕਮੀਣੇ ਲੋਕ ਆ ਮੈਂ ਅੱਗੇ ਇੱਕ ਦਿਨ ਉਹ ਕਰਿਆ ਵੀ ਸੀਗਾ ਇੱਥੇ ਗੱਲ ਹੋਈ ਸੀ ਤੇ ਉਹ ਇਹਨਾਂ ਨੇ ਬੜੀ ਵੱਡੀ ਪੱਧਰ ਦੇ ਉੱਤੇ ਕੱਟ ਕੇ ਕਰੀ ਹਾਂ ਪਹੁੰਚਾਈ ਆ ਤੇ ਉਹਨੂੰ ਇੱਕ ਵਾਰੀ ਫੇਰ ਸੁਣ ਲਓ ਤੁਸੀਂ ਇਹਨਾਂ ਦੀ ਤਸੱਲੀ ਹੋ ਜਾਏ ਮੈਂ ਹੁਣ ਕਹਿਣਾ ਸੀਗਾ ਮੈਂ ਕਿਹਾ ਮੈਂ ਆਪ ਕਿਉਂ ਬੋਲਾਂ ਤੁਸੀਂ ਉਹ ਪਹਿਲੀ ਸੁਣ ਲਓ ਬੜੀ ਬੇਗੈਰਤਾਂ ਦੀ ਕੌਮ ਆ ਭਾਈ ਇਹ ਜਿਹੜੀ ਸਿੱਖ ਕੌਮ ਆ ਨਾ ਖੁਦਗਰਜ਼ਾਂ ਦੀ ਕੌਮ ਆ ਬੜੇ ਬਦਬਖਤਾਂ ਦੀ ਕੌਮ ਆ ਅਕ੍ਰਿਤਕਣਾਂ ਦੀ ਕੌਮ ਆ
ਬੜੀ ਬੇਗੈਰਤਾਂ ਦੀ ਕੌਮ ਆ ਭਾਈ ਇਹ ਜਿਹੜੀ ਸਿੱਖ ਕੌਮ ਆ ਨਾ ਖੁਦਗਰਜ਼ਾਂ ਦੀ ਕੌਮ ਆ ਬੜੇ ਬਦਬਖਤਾਂ ਦੀ ਕੌਮ ਆ ਅਕ੍ਰਿਤਕਣਾਂ ਦੀ ਕੌਮ ਆ ਬੜੀ ਬੇਗੈਰਤਾਂ ਦੀ ਕੌਮ ਆ ਭਾਈ ਇਹ ਜਿਹੜੀ ਸਿੱਖ ਕੌਮ ਆ ਨਾ ਖੁਦਗਰਜ਼ਾਂ ਦੀ ਕੌਮ ਆ ਬੜੇ ਬਦਬਖਤਾਂ ਦੀ ਕੌਮ ਆ ਅਕ੍ਰਿਤਕਣਾਂ ਦੀ ਕੌਮ ਆ ਬੜੀ ਬੇਗੈਰਤਾਂ ਦੀ ਕੌਮ ਆ ਭਾਈ ਇਹ ਜਿਹੜੀ ਸਿੱਖ ਕੌਮ ਆ ਨਾ ਖੁਦਗਰਜ਼ਾਂ ਦੀ ਕੌਮ ਆ ਬੜੇ ਬਦਬਖਤਾਂ ਦੀ ਕੌਮ ਆ ਅਕ੍ਰਿਤਕਣਾਂ ਦੀ ਕੌਮ ਆ ਬੜੀ ਬੇਗੈਰਤਾਂ ਦੀ ਕੌਮ ਆ ਭਾਈ ਇਹ ਜਿਹੜੀ ਸਿੱਖ ਕੌਮ ਆ ਨਾ ਖੁਦਗਰਜ਼ਾਂ ਦੀ ਕੌਮ ਆ ਬੜੇ ਬਦਬਖਤਾਂ ਦੀ ਕੌਮ ਆ ਅਕ੍ਰਿਤਕਣਾਂ ਦੀ ਕੌਮ ਆ ਹਾਂਜੀ ਇਹਨਾਂ ਨੂੰ ਜਾਣੀ ਇਸ ਤਰੀਕੇ ਨਾਲ ਹੀ ਦੇਖਦੇ ਘਟਨਾਵਾਂ ਨੂੰ ਇਹ ਤੋਂ ਤਾਂ ਬਹੁਤ ਜ਼ਿਆਦਾ ਮੈਂ ਕੁਛ ਕਹਿ ਦਿੱਤਾ ਮੈਂ ਤੁਹਾਡੇ ਕੋੜੀ ਉਹ ਤੁਹਾਡੇ ਤੁਹਾਡੇ ਜਿਹੜੇ ਬ੍ਰਹਮ ਗਿਆਨੀ ਆ ਉਹਨਾਂ ਬਾਰੇ ਇੰਨੇ ਸਵਾਲ ਕਰ ਦਿੱਤੇ ਮੈਂ ਫੇਸਬੁੱਕ ਦੇ ਉੱਤੇ ਪੁੱਛਿਆ ਸੀਗਾ ਮੈਂ ਕਿਹਾ ਭਈ ਕਿੱਡੇ ਕਿੱਡੇ ਕਮੀਣੇ ਆ ਅਸੀਂ ਭਈ ਭਈ ਜਦੋਂ ਅੰਮ੍ਰਿਤ ਸੰਚਾਰ ਹੋ ਰਿਹਾ ਗੁਰੂ ਗੋਬਿੰਦ ਸਿੰਘ ਅੰਮ੍ਰਿਤ ਸੰਚਾਰ ਕਰ ਰਹੇ ਆ ਤੇ ਉੱਥੇ ਪੰਜ ਬੱਕਰੇ ਵੱਢੇ ਜਾ ਰਹੇ ਆ ਤੇ ਜਦੋਂ ਅੰਮ੍ਰਿਤ ਤਿਆਰ ਹੋ ਗਿਆ ਆ ਅੰਮ੍ਰਿਤ ਛਕਣ ਤੋਂ ਬਾਅਦ ਪਹਿਲੇ ਸ਼ਹੀਦ ਹੁੰਦੇ ਆ ਚਿੜੀ ਤਾਂ ਚਿੜਾ ਉਹਦੇ ਬਾਵਜੂਦ ਵੀ ਅਸੀਂ ਜਾਣੀ ਇਹ ਗੱਲਾਂ ਲਿਖ ਕੇ ਅਸੀਂ ਫੜਨੀ ਹੁੰਦੇ ਦੁਨੀਆਂ ਵਿੱਚ ਕਹਿੰਦੇ ਸਭ ਤੋਂ ਵਧੀਆ ਆ ਅਸੀਂ ਕਿਸੇ ਹੋਰ ਕੌਮ ਦੇ ਬੰਦੇ ਨੂੰ ਇਹ ਕਹਾਣੀ ਸੁਣਾ ਕੇ ਦਿਖਾਲੋ ਵੀ ਜਿਹੜੀ ਧਰਤੀ ਤੇ ਸਭ ਤੋਂ ਵਧੀਆ ਕੌਮ ਆ ਨਾ ਜਦੋਂ ਉਹਦੀ ਉਹਦੀ ਪ੍ਰੋਡਕਸ਼ਨ ਹੋਈ ਜਦੋਂ ਬਣੀ ਆ ਉਹ ਜਦੋਂ ਸ਼ੁਰੂ ਹੋਈ ਆ ਤੇ ਅੰਦਰ ਬੱਕਰੇ ਵੱਢੇ ਆ ਤੇ ਬਾਹਰ ਲੋਕਾਂ ਨੂੰ ਇਹ ਦੱਸਿਆ ਵੀ ਬੰਦਿਆਂ ਦੇ ਸੀਸ ਵੱਢੇ ਆ ਤੇ ਬਾਹਰ ਕਿਹਾ ਗੁਰੂ ਸਾਹਿਬ ਨੇ ਸਟੇਜ ਤੇ ਆ ਕੇ ਇਹ ਆ ਵੀ ਆਹ ਦੇਖ ਲਓ ਮੇਰੀ ਕਿਰਪਾਨ ਖੂਨ ਨਾਲ ਲਿਬੜੀ ਉਹ ਆ ਤੇ ਜਿਹੜਾ ਬੰਦਾ ਅੰਦਰ ਦਇਆ ਸਿੰਘ ਦਇਆ ਰਾਮ ਆਇਆ ਸੀ ਨਾ ਮੈਂ ਉਹਦਾ ਸਿਰ ਵੱਢ ਦਿੱਤਾ ਹਨਾ ਹੁਣ ਮੈਨੂੰ ਇੱਕ ਹੋਰ ਚਾਹੀਦਾ ਫਿਰ ਧਰਮ ਸਿੰਘ ਧਰਮ ਦਾਸ ਫੇ ਉੱਠ ਕੇ ਆ ਗਿਆ ਧਰਮ ਚੰਦ ਜੋ ਵੀ ਨਾਂ ਸੀ ਹਨਾ ਫੇ ਉੱਠ ਕੇ ਆ ਗਿਆ ਫਿਰ ਅੰਦਰ ਜਾਣੀ ਐਨ ਖੜਾਕਾ ਹੋਇਆ ਸਿਰ ਵੱਢੇ ਦਾ ਸਾਰਿਆਂ ਨੂੰ ਇੱਦਾਂ ਲੱਗਾ ਵੀ ਹਾਂ ਵੱਢ ਦਿੱਤਾ ਫੇ ਲਿਬੜੀ ਉਹ ਕਿਰਪਾਨ ਲੈ ਕੇ ਆ ਗਿਆ ਫਿਰ ਅੰਦਰ ਬੱਕਰਾ ਵੱਢੀ ਜਾਂਦੇ ਆ ਬਾਹਰ ਕਹੀ ਜਾਂਦੇ ਮੈਂ ਬੰਦੇ ਦਾ ਸਿਰ ਵੱਢ ਦਿੱਤਾ ਫਿਰ ਬਾਹਰ ਆ ਕੇ ਕਹਿੰਦੇ ਲੈ ਜੀ ਹੁਣ ਮੈਂ ਜੋੜ ਦਿੱਤੇ ਪੰਜਾਂ ਦੇ ਸਿਰ ਫਿਰ ਜਦੋਂ ਅੰਮ੍ਰਿਤ ਜਿਹੜਾ ਤਿਆਰ ਕਰਦੇ ਆ ਉਹ ਉਹਨਾਂ ਨੂੰ ਪਾਉਂਦੇ ਪੰਜਾਂ ਨੂੰ ਸਭ ਤੋਂ ਪਹਿਲਾਂ ਜਿਹਨਾਂ ਨੂੰ ਚਿੜੀ ਚਿੜੇ ਦੇ ਮੂੰਹ ਚ ਪਾਉਂਦੇ ਆ ਉਹ ਉੱਥੇ ਲੜ ਲੜ ਕੇ ਮਰ ਜਾਂਦੇ ਉਹ ਸ਼ਹੀਦ ਹੋ ਜਾਂਦੇ ਆ ਹਨਾ ਹੁਣ ਇਹ ਕਹਿ ਕੇ ਫਿਰ ਵੀ ਅਸੀਂ ਫੜ ਨਹੀਂ ਹੁੰਦੇ ਵੀ ਅਸੀਂ ਸਭ ਤੋਂ ਵਧੀਆ ਕੌਮ ਆ ਧਰਤੀ ਦੇ ਉੱਤੇ ਰੱਬ ਨੇ ਸਾਨੂੰ ਸਭ ਤੋਂ ਨੇੜੇ ਦਾ ਬਣਾਇਆ ਔਰ ਜਿਹੜੇ ਬੰਦੇ ਇਹ ਕਹਾਣੀ ਸੁਣਾਉਂਦੇ ਆ ਉਹ ਕਹਿੰਦੇ ਗੁਰੂ ਗੋਬਿੰਦ ਸਿੰਘ ਦੇ ਟਾਈਮ ਤੋਂ ਅਸੀਂ ਚੱਲੇ ਆ ਰਹੇ ਸੀਨਾ ਮਸੀਨਾ ਏਦਾਂ ਹੀ ਚੱਲੇ ਆਏ ਆ ਯਾਨੀ ਗੁਰੂ ਗੋਬਿੰਦ ਸਿੰਘ ਦੇ ਨਾਲ ਐਡੀ ਵੱਡੀ ਗੱਪ ਜੋੜ ਰਹੇ ਆ ਜਿਹੜੇ ਬੰਦੇ ਉਹ ਅੰਦਾਜ਼ਾ ਲਾਓ ਹੁਣ ਤੱਕ ਕਿੰਨੀਆਂ ਜੋੜੀਆਂ ਹੋ ਗਈਆਂ ਬਿਲਕੁਲ ਹਾਂਜੀ ਗੁਰੂ ਨੂੰ ਝੂਠਾ ਸਾਬਤ ਕਰ ਰਹੇ ਆ ਜੀ ਹਨਾ ਹੁਣ ਉਹ ਤੋਂ ਬਾਅਦ ਦੀਆਂ ਕਿੰਨੀਆਂ ਕਹਾਣੀਆਂ ਜਿਹੜੀਆਂ ਇਹਨਾਂ ਦੀਆਂ ਗਲਤ ਹੋਣਗੀਆਂ ਠੀਕ ਆ ਹੁਣ ਉਹਨਾਂ ਗੱਲਾਂ ਦੇ ਜਵਾਬ ਕੋਈ ਨਹੀਂ ਦੇ ਰਿਹਾ ਹਰਮਿੰਦਰ ਸਿੰਘ ਸੰਧੂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਹਰ ਵੇਲੇ ਨਾਲ ਰਿਹਾ ਬੰਦਾ ਹੁਣ ਦੋ ਗੱਲਾਂ ਉਹਦੇ ਬਾਰੇ ਕਿਸੇ ਨੇ ਨਹੀਂ ਦੱਸੀਆਂ ਇੱਕ ਤਾਂ ਇਹ ਆ ਉਹਨੂੰ ਮਾਰਿਆ ਗਿਆ ਸਿੱਖਾਂ ਵੱਲੋਂ ਖੜਕੂਆਂ ਵੱਲੋਂ ਬਾਅਦ ਵਿੱਚ ਠੀਕ ਆ ਉਹਦੇ ਤੇ ਇਲਜ਼ਾਮ ਇਹ ਲੱਗਾ ਵੀ ਇਹ ਗਦਾਰ ਆ ਇਹ ਬੰਦਾ ਬੇਈਮਾਨ ਆ ਇਹ ਜਨਾਨੀਵਾਦ ਸੀਗਾ ਸਾਰਾ ਕੁਛ ਕਰਦਾ ਸੀ ਇਹ ਠੀਕ ਆ ਹੁਣ ਕਰਦਾ ਕਦੋਂ ਸੀ ਭਿੰਡਰਾਂ ਵਾਲਿਆਂ ਦੇ ਨਾਲ ਕਿਉਂਕਿ ਜਦੋਂ ਮਾਰਿਆ ਉਦੋਂ ਤਾਂ ਜੇਲ੍ਹ ਚੋਂ ਨਿਕਲ ਕੇ ਆਇਆ ਜੇਲ੍ਹ 'ਚ ਥੋੜੀ ਕਰ ਸਕਦਾ ਇਹ 84 ਤੋਂ ਪਹਿਲਾਂ ਜਿੰਨਾ ਚਿਰ ਭਿੰਡਰਾਂ ਵਾਲਿਆਂ ਦੇ ਨਾਲ ਰਿਹਾ ਹੁਣ ਉਹਦੀਆਂ ਗਲਤੀਆਂ ਦੇ ਬਾਵਜੂਦ ਭਿੰਡਰਾਂ ਵਾਲੇ ਉਹ 'ਤੇ ਭਰੋਸਾ ਕਰਦੇ ਰਹੇ ਆ ਸੁਰਿੰਦਰ ਸਿੰਘ ਸੋਢੀ ਦੇ ਉੱਤੇ ਜਨਾਨੀ ਦਾ ਇਲਜ਼ਾਮ ਲੱਗਾ ਸੀ ਐਡਾ ਵੱਡਾ ਇਲਜ਼ਾਮ ਲੱਗਾ ਸੀ ਕੀ ਉਹਨੂੰ ਸੱਚ ਮੰਨੀਏ ਹੁਣ ਇੱਦਾਂ ਮੰਨਣਾ ਪਊਗਾ ਸਾਨੂੰ ਠੀਕ ਹੈ ਹੁਣ ਜਿੰਨੀਆਂ ਕਹਾਣੀਆਂ ਸਾਰੀਆਂ ਹੀ ਕਢਵਾ ਕੇ ਰੱਖੂਗੇ ਭਾਈ ਜਿਹੜੇ ਬੰਦੇ ਕੁਛ ਕਰਨਾ ਚਾਹੁੰਦੇ ਆ ਉਹਨਾਂ ਨੂੰ ਬੇਨਤੀ ਆ ਵੀ ਇਹਨਾਂ ਨੇ ਇਹ ਗੇਮ ਜਿਹੜੀ ਆ ਇਹ ਬੜੀ ਗੰਦੀ ਗੇਮ ਖੇਡਦੇ ਆ ਸਾਡੇ ਸਾਹਮਣੇ ਜਿਹੜੀ ਭਾਈ ਰਣਜੀਤ ਸਿੰਘ ਢੱਡਿਆਂ ਵਾਲਿਆਂ ਦੇ ਬਾਰੇ ਕੈਨੇਡਾ ਦੀ ਘਟਨਾ ਅਸੀਂ ਸੁਣ ਰਹੇ ਹਾਂ ਇਹਨੂੰ ਧਿਆਨ 'ਚ ਰੱਖਿਓ ਇਹਨਾਂ ਨੇ ਇੱਦਾਂ ਦੀ ਗੇਮ ਖੇਡਣੀ ਆ ਔਰ ਜਿਹੜੀਆਂ ਜਰਨੀ ਜਦੋਂ ਅਸੀਂ ਜਰਮਨ ਵਾਲੀ ਗੱਲ ਕਰਦੇ ਹਾਂ ਵੀ ਉਹ ਜਿਹੜੀਆਂ ਬੀਬੀਆਂ ਕਹਿ ਰਹੀਆਂ ਆ ਵੀ ਜੇ 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 ਤੂੰ ਮਰਦੇ ਆ ਤਾਂ ਆ ਕੇ ਸਾਹਮਣੇ ਇੱਧਰ ਆ ਠੀਕ ਆ ਹੁਣ ਜਿਹੜੇ ਹੋ ਸਕਦਾ ਇੱਦਾਂ ਦੀਆਂ ਔਰਤਾਂ ਜਿਹੜੀਆਂ ਇਹਨਾਂ ਨੇ ਗੁਰੂ ਗੋਬਿੰਦ ਸਿੰਘ ਦੇ ਰਾਹੀਂ ਤ੍ਰਿਆ ਚਰਿੱਤਰ ਦੇ ਵਿੱਚ ਪੇਸ਼ ਕੀਤੀਆਂ ਇੱਦਾਂ ਦੀਆਂ ਔਰਤਾਂ ਇਹ ਸਾਹਮਣੇ ਖੜੀਆਂ ਵੀ ਕਰ ਦੇਣ ਜਿਹੜੀਆਂ ਇਹ ਗੱਲਾਂ ਮੇਰਾ ਨੀ ਮਨ ਮੰਨਦਾ ਇੱਦਾਂ ਦੇ ਡਰਾਮੇ ਨੀ ਸਾਨੂੰ ਕਰਨੇ ਚਾਹੀਦੇ ਵੀ ਨਾ ਇੱਦਾਂ ਨੀ ਕਹਿਣਾ ਚਾਹੀਦਾ ਸਾਨੂੰ ਕਹਿਣਾ ਚਾਹੀਦਾ ਇਹ ਬੜੇ ਬਦਬਖਤ ਬੰਦੇ ਆ ਨੀਵੇਂ ਤੋਂ ਨੀਵੇਂ ਗਿਰ ਸਕਦੇ ਆ ਇਹ ਠੀਕ ਆ ਇਹ ਝੂਠ ਵੀ ਬੁਲਵਾ ਸਕਦੇ ਆ ਜਿਹੜੀਆਂ ਬਦਕਾਰ ਕਿਸਮ ਦੀਆਂ ਔਰਤਾਂ ਵੀ ਹੁੰਦੀਆਂ ਬਦਕਾਰ ਕਿਸਮ ਦੇ ਬੰਦੇ ਵੀ ਹੁੰਦੇ ਸੁਭਾਅ ਦੇ ਉਹ ਗੰਦੀ ਤੋਂ ਗੰਦੀ ਗੇਮ ਖੇਡ ਸਕਦੇ ਆ ਠੀਕ ਆ ਮੇਰੇ ਪਤਾ ਨੀ ਇਹਨੀ ਚਾਰ ਪੰਜ ਤਾਂ ਵਿਆਹ ਕਰਵਾਏ ਹੋ ਆ ਮੇਰੀ ਇੱਕ ਕੁੜੀ 22-23 ਸਾਲ ਦੀ ਨਿਊਯਾਰਕ ਛੱਡੀ ਹੋਵਾ ਇਹਨੀ
एक मेरा गोरी नाल ब्याह कराया आ ओदियां दो कुड़ियां आ पता नहीं की कुछ कीता है जानी एक बार भी इन्हां हरामखोरां नूं इन्नी शर्म नहीं आउंदी भई न्यूजीलैंड च रहिंदा कोई बंदा कोई तां लिया दे ओह ऑनएयर आके गल कर लवे साडी नाल जी बिल्कुल हां जी ठीक है जदों इन्हां दे इल्जामां दी गल करदे आ तां हद तक गिर सकदे आ हुण सवाल इह आ भई सानूं गाहां लई सावधान किदां होणा पैणा तैयारी किदां करनी पैणी आ भाई जिस भी ग्रुप दे विच इदां दा कोई इल्जाम लगदा कोई घटना वापरदी आ पहली गल तां इह आ भई जिहड़ा बंदा इल्जाम लाउणे वाला आ ना जिहड़ा इह अफवाह फैलाउंदा आ जिहड़ा इह रौला पाउंदा आ जे उह सही चैनल दे राहीं नहीं आउंदा सही थां ते आके नहीं गल करदा ओहनू नेल कीता जावे जी ठीक है जी ओहदे उत्ते ध्यान दित्ता जावे भई ओह हरामखोरी किहड़ी कर रिहा आ जरूर पिछे कोई ना कोई ओहदा अपना टीचा हुंदा जिन्ने जिन्ने ना मेरे मैं अपनी दस दिना पई 1995 की घटना मेरे नाल वापरी आ ठीक है जी ओ जिहड़े बंदे अफवाहां फैला रहे हुंदे आ ओह पूरे कुत्ते दीआं पूछां हुंदे आ बिल्कुल ठीक है पहलां तां ओहदी छानबीन कीती जावे ओहनूं लभिया जावे लब के ओहदी मनशा देखी जावे की आ ओह तो बाद जदों इदां दी गल हुंदी आ जिहड़े उत्ते इल्जाम लगदा आ ओहनूं इक साइड ते बिठा दिओ ओहदे प्रति कोई फैसला ना लओ सख्ती जदों पता लग गया पे अपना बंदा को गल कर रहा है उदी जैनून तरीके ना छानबीन कर लो जे लगदा विरोधी कर रहा है तो ठोके कहो जा दफा हो जा तू कर लो जो करना जी बिल्कुल ठीक है जी एक दो गल्लां असीं करदे आं साडे नाल श्रोती स्वागत है जी तुहाडा हां जी खालसा जी फतेह जी हां जी एक गल रह गई सी करन वाली मेरी हां जी हां जी जिहड़ी आह कहण लग्या है ना कनेडा वाली जिहड़ी घटना दी गल करदा है जिहड़ी 10-15 साल पुरानी गल होनी मैनूं लगदा इह हां जी हां जी ਘੱਟੋ ਘੱਟ ਮੈਨੂੰ ਲੱਗਦਾ 2005 ਜਾਂ 2006 ਦੇ ਵਿੱਚ ਉਹ ਜਿੱਥੇ ਤੇ ਮੈਨੂੰ ਭੁੱਲਦਾ ਨਹੀਂ ਕਿਉਂਕਿ ਉਦੋਂ ਹੀ ਗਏ ਆ ਜਦੋਂ ਜਦੋਂ ਮਾਲਟਨ ਗੁਰਦੁਆਰੇ ਬਹੁਤ ਵੱਡਾ ਪ੍ਰੋਗਰਾਮ ਹੋਇਆ ਸੀ ਮੁੰਡੇ ਦਾ ਵਿਆਹ ਹੋਇਆ ਤਾਂ ਬਾਬੇ ਨੂੰ ਜਿੱਦਾਂ ਮੰਨਦਾ ਸੀ ਜਾਦੇ ਬਹੁਤ ਤੇ ਬਾਬੇ ਨੇ ਕਿਹਾ ਵੀ ਇੱਦਾਂ ਕਰਕੇ ਵੀ ਤੇਰਾ ਘਰ ਵਸ ਜੂ ਪਤਾ ਨੀ ਕਿੱਦਾਂ ਵਸ ਕੀਤਾ ਸੀ ਪਹਿਲਾਂ ਮੇਰੇ ਕੋਲੇ ਲੈ ਕੇ ਆਈ ਆ ਘਰ ਵਾਲੀ ਨੂੰ ਘਰ ਵਾਲੀ ਨੂੰ ਲੈ ਕੇ ਗਿਆ ਉਹਦੇ ਕੋਲੇ ਰਾਤ ਰਹਿਣ ਵਾਸਤੇ ਮਜਬੂਰ ਕੀਤਾ ਘਰ ਵਾਲੀ ਨੇ ਘਰ ਵਾਲੀ ਥੋੜੀ ਮੰਨਦੀ ਸੀ ਬਾਬੇ ਨੂੰ ਕਿੱਥੇ ਉਹ ਕਹਿੰਦੀ ਵਿਆਹੀ ਤੇਰਨਾ ਬਾਬੇ ਨਾਲ ਕਿਵੇਂ ਰਾਤ ਕੱਟਾਂ ਮੈਂ ਆਉਂਦੀ ਉਹ ਕਹਿੰਦਾ ਨਹੀਂ ਵੀ ਮੇਰਾ 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 ਸਾਰਾ ਕੁਛ ਮੇਰਾ ਜਿਹੜਾ ਮੈਂ ਖੜਾ ਬਾਬੇ ਕਰਕੇ ਖੜਾ ਮੈਂ ਜਿੱਦਾਂ ਵੀ ਜੇ ਤੂੰ ਇੱਕ ਵਾਰੀ ਕਰ ਲੈਗਾ ਆਪਾਂ ਆਪਣੀ ਸਾਰੀ ਉਮਰ ਇੱਦਾਂ ਹੋ ਜਾਊ ਕਿੱਦਾਂ ਹੋਣੀਆਂ ਗੱਲਾਂ ਹੁਣ ਇੱਦਾਂ ਕਰਕੇ ਤੇ ਬਾਅਦ ਚ ਪੁਲਿਸ ਰਿਪੋਰਟ ਹੋ ਗਈ ਤੇ ਮੁੜ ਕੇ ਇਹਦਾ ਪੁਲਿਸ ਨੇ ਬਾਬਾ ਵੀ ਫੜਿਆ ਤੇ ਮੁੰਡਾ ਵੀ ਫੜਿਆ ਬਾਅਦ ਚ ਹੁਣ ਇਹ ਜਿਹੜੇ ਬੰਦੇ ਇਹ ਗੱਲਾਂ ਕਰਦੇ ਆ ਨਾ ਜਿਹੜੇ ਬੰਦੇ ਕਹਿੰਦੇ ਭਾਈ ਰਣਜੀਤ ਸਿੰਘ ਤੁਸੀਂ ਤਾਂ ਪਰੰਦਰੋਂ ਆਪੇ ਛੱਡ ਛੱਡ ਆਉਂਦੇ ਸੀ ਉਦੋਂ ਤੁਹਾਨੂੰ ਤੁਹਾਡੀਆਂ ਹੁਣ ਦੀਆਂ ਕਰਤੂਤਾਂ ਦੱਸਦੀ ਜੇ ਹੁਣ ਵਾਲੇ ਬਾਬਿਆਂ ਨੂੰ ਨੀ ਤੁਸੀਂ ਕਸਰ ਛੱਡ ਦੇਗੇ ਬੁੱਢੇ ਠੇਰਿਆਂ ਕੋਲੋਂ ਤਾਂ ਜਵਾਨ ਸੀ ਬੜਾ ਸੋਹਣਾ ਸੋਹਣਾ ਸੁਨੱਖਾ ਬੜਾ ਸੋਹਣਾ ਨਿਊਜ਼ੀਲੈਂਡ ਵੀ ਜਦੋਂ ਕਹਿੰਦੇ ਪਹਿਲੀ ਵਾਰੀ ਆਇਆ ਤਾਂ ਉਦੋਂ ਕਈ ਬੀਬੀਆਂ ਕਹਿੰਦੇ ਸਾਨੂੰ ਨਾਲ ਹੀ ਲੈ ਜਾਓ ਬਾਬਾ ਜੀ ਮੈਂ ਸੁਣਿਆ ਇੱਥੇ ਆ ਕੇ ਪਤਾ ਨੀ ਸੱਚ ਝੂਠ ਜਾਂਦੀ ਹੈ ਮਤਲਬ ਇਹ ਆਮ ਹੁੰਦੀਆਂ ਘਟਨਾਵਾਂ ਇਹੋ ਜਿਹੀਆਂ ਇਹ ਜਦੋਂ ਹੁਣ ਇਹ ਬੰਦੇ ਜਦੋਂ ਹੁਣ ਇਹਨਾਂ ਗੱਲਾਂ ਨੂੰ ਕਹਿਣ ਲੱਗੇ ਵੀ ਇਲਜ਼ਾਮ ਹੈ ਹਾਲਾਂਕਿ ਜਾਣੀ ਇਹ ਗੱਲਾਂ ਮੈਂ ਤਾਂ ਕਹਿੰਦਾ ਹੁਣ ਵੀ ਇਹ ਇੱਦਾਂ ਕਰ ਸਕਦੇ ਚੀਜ਼ ਲਈ ਸਾਨੂੰ ਤਿਆਰੀ ਰੱਖਣੀ ਚਾਹੀਦੀ ਆ ਤੇ ਜਿੱਡਾ ਵੱਡਾ ਸਟੈਪ ਲਿਆ ਜਿਹੜਾ ਨਾ ਰਹਿਤ ਜਿਹੜੀ ਹੁਣ ਦੀ ਇੰਟਰਵਿਊ ਆ ਉਹਨੇ ਤਾਂ ਹੇਠਲੀ ਉੱਤੇ ਕਰ ਦਿੱਤੀ ਟਕਸਾਲੀਆਂ ਦੀ ਉਹਦੇ ਲਈ ਤਾਂ ਕੋਈ ਸ਼ੱਕ ਨਹੀਂ ਹੈ ਭਈ ਇਹ ਇਹ ਉੱਥੇ ਔਰਤਾਂ ਨੂੰ ਭੇਜ ਕੇ ਇਹ ਕੋਈ ਗਾਹਾਂ ਦੀ ਘਟਨਾ ਵੀ ਕਰਵਾ ਦੇਣ ਜਿੱਥੇ ਜਾਣਾ ਜਿਹਨਾਂ ਘਰਾਂ ਦੇ ਵਿੱਚੋਂ ਕਿੰਨੇ ਬੰਦੇ ਖਰੀਦਣ ਗਏ ਜਾਣੀ ਕਿਉਂਕਿ ਕਮੀਣੇ ਲੋਕ ਆ ਕਮੀਣੀਆਂ ਹਰਕਤਾਂ ਕਰਨਗੇ ਉਹ ਹਨਾ ਜਿਹੜੇ ਨਾ ਕਈ ਲੋਕ ਸਾਡੇ ਇਲਾਕੇ ਚ ਇੱਕ ਬਦਕਾਰ ਦੀ ਜਨਾਨੀ ਹੁੰਦੀ ਸੀਗੀ ਉਹਨੂੰ ਨਾ ਦੇਖ ਕੇ ਗਲੀ ਬਦਲ ਲੈਂਦੇ ਸੀ ਆਮ ਬੰਦੇ ਅਸੀਂ ਵੀ ਰਹਿੰਦੇ ਰਹੇ ਜਦੋਂ ਗਲੀ ਚ ਜਾਂਦੀ ਆ ਤਾਂ ਦੂਜੀ ਗਲੀ ਨਿਕਲ ਜਾਣਾ ਜੇ ਕੁਦਰਤੀ ਮਤਲਬ ਅਸੀਂ ਗਲੀ ਚ ਮਿਲ ਗਿਆ ਤਾਂ ਉਹਨੇ ਇੱਦਾਂ ਕੁਛ ਨਾ ਕੁਛ ਤੁਹਾਨੂੰ ਕਹਿ ਦੇਣਾ ਜਾਂ ਖੜਾ ਕਰਨਾ ਖੜ ਮੁੰਡਿਆ ਗੱਲ ਸੁਣ ਮੇਰੀ ਇੱਦਾਂ ਕਰਕੇ ਤੇ ਬਿਨਾ ਗੱਲ ਤੋਂ ਐਵੇਂ ਥੋੜਾ ਨਾਲ ਗੱਲਾਂ ਕਰਨ ਲੱਗ ਜਾਂਦੀਆਂ ਹੁਣ ਉਹਨੇ ਤਾਂ ਗੱਲਾਂ ਕਰਨੀਆਂ ਸਧਾਰਨ ਜੋ ਵੀ ਮੰਨ ਲਓ ਐਕਸ ਵਾਈ ਜੈਡ ਪਰ ਦੇਖਣ ਵਾਲੇ ਬੰਦੇ ਨੇ ਦੇਖਣਾ ਵੀ ਫਾਨਿਆਂ ਦਾ ਮੁੰਡਾ ਉਹਨਾਂ ਦੀ ਜਨਾਨੀ ਕੋਲੇ ਖੜਾ ਸੀਗਾ ਮੁੜ ਕੇ ਅਗਲਾ ਉਹ ਉਹ ਜਿਹੀਆਂ ਹਰਕਤਾਂ ਉਹ ਉਹੋ ਜਿਹੇ ਇਲਜ਼ਾਮ ਬੰਦਾ ਲਾਉਂਦਾ ਬਾਅਦ ਦੇ ਵਿੱਚ ਹੁਣ ਇਹੋ ਜਿਹੇ ਬੰਦਿਆਂ ਨੂੰ ਭੇਜ ਕੇ ਮੁੜ ਕੇ ਆਪ ਹੀ ਭੇਜ ਕੇ ਆਪ ਇਲਜ਼ਾਮ ਲਾਉਣ ਕਿੰਨੀ ਔਖੇ ਕੰਮ ਹੈ ਕਿਤੇ ਇਹ ਉਹ ਤਾਂ ਹੁਣ ਜਿਹੜੀਆਂ ਚੀਜ਼ਾਂ ਹੈਗੀਆਂ ਇਹਨਾਂ ਬੰਦਿਆਂ ਨੂੰ ਜਿਹੜੀ ਹੈ ਇਹਨਾਂ ਬੰਦਿਆਂ ਨੂੰ ਇਹਨਾਂ ਚੀਜ਼ਾਂ ਦੀ ਸੈਂਸ ਜਿਹੜੀ ਆ ਹੁਣ ਕਿੱਥੋਂ ਪਤਾ ਲੱਗਦਾ ਵੀ ਇਹਨਾਂ ਬੰਦਿਆਂ ਕੋਲ ਉਹਨਾਂ ਦੀ ਗੱਲਾਂ ਦਾ ਜਵਾਬ ਕੋਈ ਨੀਗਾ
ਉਹੀ ਤਾਂ ਕਹਿ ਰਹੇ ਆ ਵੀ ਦੇਖੋ ਜੇ ਸਾਡੇ ਗਰੁੱਪ ਦੇ ਵਿੱਚ ਜਾਂ ਜੱਥੇ ਚ ਜਾਂ ਉੱਥੇ ਕੋਈ ਬੰਦਾ ਮਾੜਾ ਹੈਗਾ ਉਹਦੇ ਨਾਲ ਮੇਰੀਆਂ ਗੱਲਾਂ ਦੇ ਜਵਾਬ ਕਿੱਥੇ ਜਾਣਗੇ ਉਹ ਤਾਂ ਮੇਰੀਆਂ ਗੱਲਾਂ ਜਵਾਬ ਤਾਂ ਦੋ ਨਾ ਜਿਹੜੇ ਬਾਟੇ ਵੰਡੇ ਆ ਤੁਸੀਂ ਜੇ ਦੂਜੀਆਂ ਗੱਲਾਂ ਜਿਹੜੀਆਂ ਹੈਗੀਆਂ ਉਹਦੇ ਜਵਾਬ ਕੌਣ ਦਊਗਾ ਮੈਨੂੰ ਚਾਲੀ ਚਾਲੀ ਪੰਜਾਹ ਪੰਜਾਹ ਮਿੰਟਾਂ ਦੀ ਤੁਸੀਂ ਵੀਡੀਓ ਫੜ ਦਿੰਦੇ ਉਹਨਾਂ ਕੰਮਾਂ ਦੇ ਉੱਤੇ ਪਰ ਤੁਸੀਂ ਉਹ ਨਾ ਮਤਲਬ ਇੱਕ ਦਸ ਮਿੰਟ ਦੀ ਵੀਡੀਓ ਕੱਢ ਕੇ ਜਵਾਬ ਨੀ ਦੇ ਹੁੰਦੇ ਉਹ ਜੇ ਗੱਲਾਂ ਬਸ ਉਹ ਉਹੀ ਉਹ ਉਹ ਗੱਲ ਇਹ ਨਾ ਸਾਨੂੰ ਉਹ ਚੀਜ਼ ਸਮਝਣੀ ਪੈਣੀ ਆ ਅਸੀਂ ਜਦੋਂ ਹੈ ਚੀਜ਼ਾਂ ਸਾਰੀਆਂ ਦੇਖ ਲਈਆਂ ਨਾ ਜਿਹੜੇ ਅਸੀਂ ਦਿਮਾਗ ਰੱਖਣੇ ਵਾਲੇ ਆ ਸਾਨੂੰ ਦੇਖਣਾ ਪੈਣਾ ਵੀ ਦੇਖੋ ਉਹਨਾਂ ਨੇ ਸਵਾਲ ਕੀਤੇ ਆ ਇਹ ਬੰਦਿਆਂ ਨੇ ਉਹਨਾਂ ਸਵਾਲਾਂ ਦੇ ਜਵਾਬ ਤਾਂ ਦਿੱਤੇ ਨੀ ਉਹਦੇ ਬਦਲੇ ਚ ਆਹ ਗੱਲ ਕਹਿ ਦਿੱਤੀ ਆ ਹਨਾ ਹੁਣ ਹੁਣ ਅਕਸਰ ਕੋਈ ਬੰਦਾ ਉਹ ਘਟਨਾ ਜਿਹੜੀ ਆ ਹੋਰ ਕਿਸੇ ਨੂੰ ਨੀ ਪਤਾ ਲੱਗੀ ਇਹਨਾਂ ਨੂੰ ਕਿੱਦਾਂ ਬਘੇਲ ਸਿੰਘ ਉਹਨਾਂ ਨੂੰ ਕਿੱਦਾਂ ਪਤਾ ਲੱਗੀ ਆ ਇਹਦਾ ਮਤਲਬ ਕੋਈ ਹਰਾਮ ਜ਼ਿਆਦਾ ਵਿੱਚ ਬਿਠਾ ਲਿਆ ਨੀ ਜਿਹੜਾ ਜਿਹੜਾ ਗਊ ਬਣ ਕੇ ਗਿਆ ਜਿਹੜਾ ਭੋਲਾ ਬਣ ਕੇ ਵਿੱਚ ਬੈਠਾ ਜਾ ਕੇ ਠੀਕ ਹੈ ਉਹ ਅੰਦਰੋਂ ਅੰਦਰੋਂ ਦੱਸ ਕੁਛ ਹੋ ਰਿਹਾ ਹੁਣ ਮੂਹਰੇ ਪੇਸ਼ ਹੋਰ ਤਰ੍ਹਾਂ ਕਰ ਰਿਹਾ ਆ ਹਨਾ ਇੰਨੀਆਂ ਕਮੀਨਗੀਆਂ ਜਾਣੀ ਅਸੀਂ ਇੱਥੇ ਮੈਂ ਇੰਨੀ ਇੰਨੀ ਵਾਰ ਰੇਡੀਓ ਤੇ ਕਹਿੰਦਾ ਹੁੰਦਾ ਵੀ ਸਾਨੂੰ ਕੋਈ ਬੰਦਾ ਇਹ ਦੱਸਦਾ ਹੈ ਵੀ ਨਿਊਜ਼ੀਲੈਂਡ ਵਿੱਚ ਜਿਹੜੇ ਸਾਡੇ ਵਿਰੋਧੀ ਗਰੁੱਪ ਆ ਉਹਨਾਂ ਦੇ ਨਾਲੋਂ ਰੁੱਸੇ ਹੋਏ ਕਿਸੇ ਬੰਦੇ ਨੂੰ ਅਸੀਂ ਇੱਦਾਂ ਝੱਲਿਆ ਹੋਵੇ ਠੀਕ ਹੈ ਜੇ ਪੰਥਪ੍ਰੀਤ ਸਿੰਘ ਹੁਣੀ ਉਦੋਂ ਹੋਏ ਆ ਨਾ ਤੇ ਗੱਲ ਇੰਨੀ ਹੋਈ ਸੀ ਵੀ ਜਿਹੜੇ ਬੰਦੇ ਸੱਦਣੇ ਵਾਲੇ ਸੀ ਤੇ ਇੱਕ ਵਿਦਵਾਨ ਸੀਗੇ ਕੌਮ ਦੇ ਉਹ ਕਿਉਂ ਸਾਡੇ ਹਿਸਾਬ ਨਾਲ ਉਹਨਾਂ ਦਾ ਪਹਿਲੇ ਪੁਆਇੰਟ ਤੇ ਉੱਥੇ ਜਾਣਾ ਹੀ ਗਲਤ ਸੀ ਟਾਕਾ ਨੀ ਜਦੋਂ ਗਏ ਆ ਤੇ ਜੇ ਉਹ ਜੇ ਪ੍ਰਚਾਰ ਕਰਦੇ ਸੀ ਉਹਨੂੰ ਉੱਥੇ ਜਾਣਾ ਹੀ ਨੀ ਸੀ ਚਾਹੀਦਾ ਵੀ ਚਲੋ ਗਏ ਆ ਅੱਜ ਵੀ ਹੁਣ ਜੇ ਧੁੰਦਾ ਜੀ ਹੋਣਾ ਤੇ ਵੀ ਲੱਗਦੀ ਆ ਗਾ ਢੱਡਰੀਆਂ ਤੇ ਵੀ ਲੱਗਦੀ ਆ ਹਨਾ ਜਿੰਨਾ ਮੋੜਾ ਢੱਡਰੀਆਂ ਦੇ ਵਿੱਚ ਆਇਆ ਜਦੋਂ ਉਹਨਾਂ ਸਟੇਜਾਂ ਤੇ ਜਾ ਕੇ ਬਹਿਣਗੇ ਤੇ ਉਹਦੇ ਸਿੱਟੇ ਇੱਦਾਂ ਦੇ ਨਿਕਲਣੇ ਆ ਉਹ ਬੰਦਿਆਂ ਨੇ ਬੁਲਾ ਤਾਂ ਲੈਣਾ ਪਰ ਉਹਨਾਂ ਤੋਂ ਝੱਲਿਆ ਨੀ ਜਾਣਾ ਹਨਾ ਤੇ ਉਹ ਬਸ ਫਿਰ ਉਹੀ ਕੁਛ ਉਹਨਾਂ ਦੇ ਨਾਲ ਵਾਪਰਿਆ ਸੀ ਨਹੀਂ ਤਾਂ ਅਸੀਂ ਉਹਨਾਂ ਦੇ ਰੁੱਸੇ ਹੋਏ ਕਿਸੇ ਵੀ ਬੰਦੇ ਨੂੰ ਨਹੀਂ ਨੇੜੇ ਬਿਠਾਲੀਦਾ ਤੇ ਜਾਂ ਕੋਈ ਬੰਦਾ ਇਹ ਦੱਸਦਾ ਹੈ ਕੋਈ ਇੱਦਾਂ ਦੇ ਬੰਦੇ ਦੇ ਉੱਤੇ ਸ਼ੱਕ ਕਰਕੇ ਕਹਿਣ ਵੀ ਜਿਹੜਾ ਆਹ ਬੰਦਾ ਹੈ ਨਾ ਇਹਨਾਂ ਦਾ ਸਿੰਘ ਸਭਾ ਰੇਡੀਓ ਵਾਲਿਆਂ ਦਾ ਇਹ ਸਾਡੇ ਗਰੁੱਪ ਦੇ ਵਿੱਚ ਵਾੜਿਆ ਹੀ ਨਹੀਂ ਇੱਕ ਵੀ ਬੰਦੇ ਦਾ ਦੱਸ ਦੇਣ ਸਾਨੂੰ ਇਹ ਹਾਂਜੀ ਹਾਂਜੀ ਮੇਰੇ ਤਾਂ ਬਿਲਕੁਲ ਜੀ ਉਹਦਾ ਪੂਰਾ ਪ੍ਰੋਸੀਜਰ ਹੀ ਹੁੰਦਾ ਹਰ ਕਮਿਊਨਿਟੀਆਂ ਦਾ ਵੀ ਪੂਰਾ ਪੈਕੇਜ ਮਿਲਦਾ ਬੰਦੇ ਨੂੰ ਤੇ ਜਿਹੜਾ ਬੰਦਾ ਜੈਨੂਇਨ ਉਹਦਾ ਪੂਰਾ ਪੈਕੇਜ ਮਿਲਦਾ ਜੈਨੂਇਨਨੈਸ ਦਾ ਬੰਦੇ ਨੂੰ ਤੇ ਉਹ ਕੋਈ ਏਦਾਂ ਨਹੀਂ ਕੋਈ ਸ਼ੱਕ ਬੰਦਾ ਕਰ ਸਕਦਾ ਜਿਹੜਾ ਬੰਦਾ ਆਪਣੇ ਆਪ ਦੇ ਵਿੱਚ ਜੈਨ ਕਈ ਵੀਰਾਂ ਦਾ ਇੱਕ ਦਾ ਫੋਨ ਆਇਆ ਕਹਿੰਦਾ ਜੀ ਤੁਸੀਂ ਰੇਡੀਓ ਤੇ ਗੱਲਾਂ ਕਰਦੇ ਹੋ ਲੱਗਦਾ ਵੀ ਮੇਰੇ ਦਿਲ ਦੀਆਂ ਗੱਲਾਂ ਮੈਂ ਕਿਹਾ ਦੇਖੋ ਕਹਿੰਦਾ ਤੁਹਾਨੂੰ ਪਤਾ ਕਿੱਦਾਂ ਲੱਗ ਜਾਂਦੀ ਹੈ ਮੈਂ ਕਿਹਾ ਜਿਹੜੇ ਜੈਨੂਇਨ ਬੰਦੇ ਹੁੰਦੇ ਉਹਨਾਂ ਦੀ ਸੋਚ ਲੱਗ ਵੀ ਇੱਕੋ ਜੀ ਹੁੰਦੀ ਉਹ ਨਿੱਕੀ ਦੇ ਫਰਕ ਦੇ ਨਾਲ ਇੱਕੋ ਤਰ੍ਹਾਂ ਹੀ ਸੋਚ ਦਿੰਦੇ ਕਮੀਣੇ ਬੰਦੇ ਉਹਨਾਂ ਦੀ ਸੋਚ ਕੋ ਤਰ੍ਹਾਂ ਦੀ ਹੁੰਦੀ ਆ ਕਿਸੇ ਬੰਦੇ ਦੀ ਕਮੀਣੇ ਬੰਦੇ ਦੀ ਸਾਡੇ ਨਾਲ ਗੱਲਾਂ ਨੀ ਰਲਦੀਆਂ ਹੁੰਦੀਆਂ ਉਹ ਚੀਜ਼ ਜਿਹੜਾ ਕੋਈ ਕਮੀਣਾ ਬੰਦਾ ਹੋ ਉਹ ਕਹਿ ਲੂਗਾ ਵੀ ਯਾਰ ਤੇਰੀਆਂ ਵੀ ਮੇਰੇ ਜਿੰਨੇ ਕਮੀਣ ਕੀ ਹੈ ਤੇਰੇ ਵਿੱਚ ਉਹ ਇੱਕ ਦੂਜੇ ਨੂੰ ਸੋ ਇੱਕ ਏਦਾਂ ਕਪੂਰ ਜਿਹੜਾ ਗੱਲ ਨੀ ਕਰਦਾ ਵੀ ਇਹਨਾਂ ਸਿਰ ਤੇ ਸਿੰਘ ਹੁੰਦੇ ਆ ਸਿੰਘ ਹੁੰਦੇ ਦੇਖਦੇ ਇਹਨਾਂ ਨੂੰ ਆਪਦੇ ਆਪਦੀ ਇੱਕ ਦੂਜੇ ਨੂੰ ਦੀਦੇ ਆ ਇੱਕ ਦੂਜੇ ਹੋਰ ਨਹੀਂ ਕਿਸੇ ਨੂੰ ਦੀਦੇ ਉਹ ਇਹ ਬੰਦਿਆਂ ਨੂੰ ਸਾਰਾ ਪਤਾ ਲੱਗ ਜਾਂਦਾ ਹੁਣ ਗੁਰਪ੍ਰੀਤ ਨੂੰ ਕਿੱਦਾਂ ਧੂਮੇ ਦੇ ਸਿੰਘ ਦੇਖ ਕੇ ਇੱਕ ਦੂਜੇ ਨੂੰ ਇੱਦਾਂ ਇਹਦਾ ਇੱਕ ਦੂਜੇ ਦੇ ਸਿੰਘ ਨਾਲ ਝੱਟ ਦੇਖ ਜਾਂਦੇ ਆ ਉਹਨਾਂ ਚਿਕਰ ਜਿਹੜੀਆਂ ਚੀਜ਼ਾਂ ਹੈਗੀਆਂ ਇਹ ਬੰਦੇ ਵਾਕਈ ਜਿਹੜੇ ਤਾਂ ਸਾਡੇ ਜਿਹੜੇ ਜਾਗਰੂਕਾਂ ਦੀ ਗੱਲ ਕਰ ਸਾਡੇ ਜਾਗਰੂਕਾਂ ਦਾ ਤਾਂ ਬੇੜਾ ਐਸਾ ਬੈਠਿਆ ਉਹ ਕੱਲ ਗੱਲ ਵੈਸੇ ਕਰ ਲਈ ਮੈਂ ਕੱਲ ਗੱਲ ਕਰਨੀ ਸੀ ਪ੍ਰੋਗਰਾਮ ਦੇ ਵਿੱਚ ਮੈਂ ਥੋੜਾ ਬਿਜ਼ੀ ਰਹਿ ਗਿਆ ਉਹ ਖਾਲਸਾ ਨਿਊਜ਼ ਵਾਲੇ ਨੇ ਜਿਹੜਾ ਆਰਟੀਕਲ ਲਾਇਆ ਜਿਹੜਾ ਬੰਦੇ ਆਹ ਹਾਲ ਹੈ ਸਾਡੇ ਜਾਗੂ ਕਮਲਿਓ ਕੋਈ ਬੰਦਾ ਕਿੱਥੋਂ ਉੱਠ ਕੇ ਕਿੰਨੀ ਗਾਹਾਂ ਦੀ ਗੱਲ ਕਰਨ ਲੱਗਿਆ ਤੁਸੀਂ ਸਮਝ ਤਾਂ ਲਓ ਗੱਲ ਕਰ ਕੀ ਰਹੇ ਆ ਉੱਥੇ ਬਸ ਜੀ ਪ੍ਰੋਫੈਸਰ ਦਰਸ਼ਨ ਸਿੰਘ ਦਾ ਨਾਂ ਲੈ ਤਾਂ ਉਹਨਾਂ ਨੇ ਜਦੋਂ ਜੱਥੇਬੰਦੀ ਲਾਉਂਦਾ ਸਾਰੇ ਨੇ ਅੱਡੋ ਅੱਡ ਮਰਿਆਦਾ ਬਣ ਗਿਆ ਮਤਲਬ ਉਹਨਾਂ ਦਾ ਖਾਨੇ ਹੀ ਖਾਲੀ ਆ ਸਮਝਣ ਵਾਲੀਆਂ ਚੀਜ਼ਾਂ ਦੇ ਗੱਲਾਂ ਦੇ ਉਹਨਾਂ ਦੇ ਇੱਦਾਂ ਬੰਦੇ ਜਿਹੜੇ ਆ ਨਾ ਇੱਦਾਂ ਕਦੇ ਬੰਦੇ ਆ ਜਿਹੜੇ ਬਿਲਕੁਲ ਆਪਣੇ ਆਪ ਨੂੰ ਤਾਂ ਹੀ ਸਾਨੂੰ ਇੱਦਾਂ ਪਤਾ ਲੱਗ ਰਿਹਾ ਵੀ ਇਹਨਾਂ ਬੰਦਿਆਂ ਤੋਂ ਗਾਂ ਲੈ ਕੇ ਕਦੇ ਨੀ ਜਾਇਆ ਗਿਆ ਹੁਣ ਤੱਕ ਇਹ ਕੈਪੇਬਲ ਹੀ ਨਹੀਂ ਸੀ ਅਸੀਂ ਤਾਂ ਇਹਦਾ ਮਾਣ ਬਖਸ਼ੀ ਦਾ ਸੀ ਇਹਨਾਂ ਬੰਦਿਆਂ ਨੂੰ ਵੀ ਇਹ ਕਰ ਸਕਦੇ ਆ ਕਰ ਸਕਦੇ ਆ ਗੁਰਪ੍ਰੀਤ ਕੈਲੀਫੋਰਨੀਆ ਵਰਗਿਆਂ ਨਾਲੋਂ ਇਹਨਾਂ ਕੋਲ ਮੁੱਦੇ ਦਾ ਫਰਕ ਆ ਉਹਨਾਂ ਕੋਲ ਮੁੱਦਾ ਹੋ ਰਿਹਾ ਇਹਨਾਂ ਕੋਲ ਹੋ ਰਿਹਾ ਪਰ ਜਿਹੜਾ ਪ੍ਰੋਸੈਸਰ ਆ ਨਾ ਜਿਹੜਾ ਦਿਮਾਗ ਆ ਇਹਨਾਂ ਦਾ ਹਾਰਡਵੇਅਰ ਆ ਜਿਹੜੀ ਦੋਹਾਂ ਦੀ ਉਹ ਇੱਕੋ ਜਿਹੀ ਆ ਠੀਕ ਹੈ ਜਦੋਂ ਜਦੋਂ ਹਾਰਡਵੇਅਰ ਇੱਕੋ ਜਿਹਾ ਹੁੰਦਾ ਪ੍ਰੋਸੈਸਰ ਇੱਕੋ ਜਿਹਾ ਹੁੰਦਾ ਫਿਰ ਉਹਨੂੰ ਪ੍ਰੋਸੈਸ ਕਰਨੇ ਨੂੰ ਇੱਕੋ ਜਿਹਾ ਟਾਈਮ ਲੱਗਦਾ ਚਾਹੇ ਗਾਣਾ ਲਾ ਦੇ ਉਹਦੇ ਵਿੱਚ ਚਾਹੇ ਧਾਰਮਿਕ ਕੋਈ ਸ਼ਬਦ ਆ ਉਹਨੂੰ ਇੱਥੇ ਤੁਸੀਂ ਜਦੋਂ ਐਕਸਪੋਰਟ ਕਰਦੇ ਆ ਹੁਣ ਉਸ ਕੰਪਿਊਟਰ ਦੇ ਵਿੱਚ ਜੇ ਤੁਸੀਂ ਇੱਕ ਧਾਰਮਿਕ ਪ੍ਰੋਗਰਾਮ ਪਾਵੋ ਘੰਟੇ ਦਾ ਜਿੰਨਾ ਟਾਈਮ ਉਹਨੂੰ ਲੱਗਣਾ ਜੇ ਗਾਣਿਆਂ ਦਾ ਹੋਵੇ ਘੰਟੇ ਦਾ ਉਹਨੂੰ ਵੀ ਉਨਾ ਲੱਗਣਾ ਪ੍ਰੋਸੈਸਰ ਪ੍ਰੋਸੈਸਰ ਇੱਕੋ ਹੀ ਆ ਠੀਕ ਹੈ ਬਸ ਇਹ 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 ਜਿਸ ਤਰੀਕੇ ਨਾਲ ਉਹਨੂੰ ਜੇ ਉਹਦੇ ਚ 35 ਮਿੰਟ ਬਾਅਦ ਮੰਨ ਲਓ ਅੜਚਣ ਪੈਂਦੀ ਆ ਬੰਦਾ ਕਹੇ ਵੀ ਅੱਛਾ ਇਹ ਗੱਲਾਂ ਹੈਗੀਆਂ ਧਰਮ ਦੇ ਵਿਰੁੱਧ ਸਖਤ ਸਖਤ ਆ ਤਾਂ ਹੁੰਦੀ ਇੱਦਾਂ ਹਨਾ ਤੇ ਹਲਕੇ ਜਿਹੇ ਗਾਣੇ ਇੱਦਾਂ ਥੋੜੀ ਜਨਾਨੀ ਦੀਆਂ ਸਿਫਤਾਂ ਵਾਲੇ ਗਾਣੇ ਉਹਨੂੰ ਦੇਖੋ ਪਾ ਕੇ ਉਹ ਵੀ ਜੇ ਪ੍ਰੋਸੈਸਰ ਖਰਾਬ ਆ ਤਾਂ ਉਹ ਵੀ 35-40 ਮਿੰਟ ਬਾਅਦ ਉੱਥੇ ਫਿਰ ਉਹਨੂੰ ਵੀ ਅੜ ਜਾਣਾ ਠੀਕ ਹੈ ਇੱਦਾਂ ਜਿਹੜੀ ਘੁੰਡੀ ਉਹਨਾਂ ਦੀ ਅੜ ਰਹੀ ਆ ਉਹੀ ਇਹਨਾਂ ਦੀ ਅੜ ਰਹੀ ਆ
ਠੀਕ ਹੈ, ਜਿੱਥੇ ਜਾ ਕੇ ਉਹ ਲਾਰੂ ਹੁੰਦੇ ਉੱਥੇ ਇਹ ਹੋ ਜਾਂਦੇ। ਥੈਂਕ ਯੂ, ਨਹੀਂ ਪੰਗਾ ਪੰਗਾ ਲਿਆ ਵਿਚੋਲਾ ਮੈਂ ਥੋੜਾ ਸੀਗਾ ਨਜੇਠ ਹੁਣ ਨਾ ਨਾ ਠੀਕ ਹੈ ਭਾਈ ਗੁਰਦਾਸ ਦਾ ਚੇਤਾ ਆਉਂਦਾ ਕਿ ਨਹੀਂ ਨਹੀਂ ਹੁਣ ਉਹ ਕੀ ਤੂੰ ਆ ਗਈ ਨਾ ਨੇੜੇ ਉਹ ਲਾਪੇ ਰਹੋ ਮੈਨੂੰ ਪਤਾ ਸੀ ਮੈਨੂੰ ਫੋਨ ਖੋਊਗੀ ਉਹ ਤਾਂ ਆਇਆ ਜੀ ਵੀ ਇਹਨੂੰ ਜਿਹੜੀ ਜਿਹੜੀ ਅਸੀਂ ਨੀ ਉਹਦੇ ਵਿੱਚ ਜਾਣਾ ਚਾਹੁੰਦੇ ਮੈਂ ਤਾਂ ਕਹਿੰਦਾ ਵੀ ਜਿੰਨਾ ਮਰਜ਼ੀ ਅੱਤ ਹੋਈ ਹੋਵੇ ਜਾਣੀ ਜਦੋਂ ਨਾ ਵਿਰੋਧੀ ਤੁਹਾਡਾ ਆ ਕੇ ਕਹਿੰਦਾ ਉਹਨੂੰ ਕਹਿਣ ਦੀ ਜ਼ਰੂਰਤ ਹੋਵੇ ਸਾਡੇ ਵਿੱਚ ਤੇ ਤੂੰ ਦਫਾ ਹੋ ਜਾ ਪਹਿਲਾਂ ਇੱਥੋਂ ਤੂੰ ਭੱਜ ਪਹਿਲਾਂ ਅਸੀਂ ਦੇਖਾਂਗੇ ਆਪ ਠੀਕ ਹੈ ਇਹ ਚੀਜ਼ ਮੈਨੂੰ ਨੀ ਪਤਾ ਕਿੱਥੇ ਤੱਕ ਲਾਗੂ ਹੋ ਸਕਣੀ ਆ ਪਰ ਅਸੀਂ ਆਪਣੇ ਗਰੁੱਪ ਚ ਅਸੀਂ ਕੀਤੀ ਉਹ ਆ ਜਾਣੀ ਠੀਕ ਹੈ ਅਸੀਂ ਸਾਨੂੰ ਨੀ ਪਰਵਾਹ ਔਰ ਮੈਂ ਕਹਿੰਦਾ ਬਾਕੀ ਵੀ ਜਿਹੜੀ ਮੈਂ ਪਹਿਲਾਂ ਵੀ ਗੱਲ ਕਰਦਾ ਸੀਗਾ ਵੀ ਜਦੋਂ ਜੇ ਕੋਈ ਬੰਦਾ ਇਹ ਕਹਿੰਦਾ ਵੀ ਇਹ ਬੰਦੇ ਨੇ ਮੇਰੇ ਪੈਸੇ ਮਾਰ ਲਏ ਉਸ ਵੇਲੇ ਅਸੀਂ ਉਹਨੂੰ ਇੱਦਾਂ ਥੋੜਾ ਕੱਢ ਥੋੜਾ ਦਿੰਦੇ ਇੱਥੋਂ ਰਣਜੀਤ ਸੁਣੋ ਹਾਂਜੀ ਤੇ ਉਹਦੇ ਵਿੱਚ ਉਹਨਾਂ ਨਾਲ ਉਸ ਟਾਈਮ ਇੱਕ ਮੁੰਡੇ ਨਾਲ ਇਹਨਾਂ ਦੇ ਇਲਜ਼ਾਮ ਲਗਾਏ ਸੀ ਕਿ ਇਹ ਬੀਬੀਆਂ ਰੱਖਦਾ ਪੈਂਟਾਂ ਪਾਉਂਦਾ ਇੱਦਾਂ ਕਰਦਾ ਉੱਦਾਂ ਕਰਦਾ ਉਸ ਟਾਈਮ ਉਹਨਾਂ ਨੇ ਕਿਹਾ ਸੀ ਕਿ ਮੈਨੂੰ ਪਤਾ ਲੱਗਿਆ ਵੀ ਇੱਕ ਨਾ ਅਮਰੀਕਾ ਦੇ ਵਿੱਚ ਮਸ਼ੀਨ ਆ ਜਿਹਦੇ ਵਿੱਚ ਬੰਦੇ ਦਾ ਨਾ ਆਪਣਾ ਪਤਾ ਲੱਗ ਜਾਂਦਾ ਵੀ ਬੰਦੇ ਦਾ ਕੁਮਾਰਿਆ ਜਿਹੜਾ ਹੁੰਦਾ ਵੀ ਭੰਗ ਹੋਇਆ ਕਿ ਨਹੀਂ ਹੋਇਆ ਕਿ ਮੈਨੂੰ ਉਹ ਮਸ਼ੀਨ ਦੇ ਵਿੱਚ ਪਾਓ ਤੇ ਮੈਂ ਕੋਈ ਪੜਦਾ ਨੀ ਕਰੂੰਗਾ ਆਪਣੇ ਆਪ ਦਾ ਮੈਨੂੰ ਕੋਈ ਉਹ ਨੀ ਸਾਰਾ ਮੀਡੀਆ ਦੁਨੀਆਂ ਦਾ ਉੱਥੇ ਬੁਲਾ ਲਿਓ ਤੁਸੀਂ ਤੇ ਜੇ ਮੈਂ ਗਲਤ ਹੋਇਆ ਕਹਿੰਦੇ ਮੈਨੂੰ ਉੱਥੇ ਗੋਲੀ ਮਾਰ ਕੇ ਝੀਲ ਝੂਲ ਦੇ ਵਿੱਚ ਸਿੱਟ ਦਿਓ ਠੀਕ ਹੈ ਤੇ ਉਸ ਟਾਈਮ ਇਹ ਕਿੱਥੇ ਗਏ ਸੀ ਭਾਈ ਸਾਹਿਬ ਜਿਹੜੇ ਹੁਣ ਲੱਗਿਆ ਵਾ ਕਹਿਣ ਵੀ ਆਪਣਾ ਇਹ ਹੋ ਗਿਆ ਬੀ ਸੀ ਦੇ ਵਿੱਚ ਉਹ ਹੋ ਗਿਆ ਨਹੀਂ ਨਹੀਂ ਵੀਰੇ ਉਹ ਤੁਹਾਡੀ ਗੱਲ ਠੀਕ ਆ ਪਰ ਮੇਰਾ ਇੱਥੇ ਮੇਰਾ ਮੰਨਣਾ ਪਤਾ ਇੱਥੇ ਕੀ ਆ ਮੈਂ ਇਹ ਗੱਲ ਕਹਿਣੀ ਚਾਹੁੰਦਾ ਵੀ ਕੋਈ ਸਾਲਾ ਲੱਗਦਾ ਕੋਈ ਕੌਣ ਹੁੰਦਾ ਇਹ ਗੱਲ ਕਹਿਣੇ ਵਾਲਾ ਅੱਜ ਮੈਂ ਕਹਿੰਦਾ ਤੁਹਾਨੂੰ ਤੁਹਾਡੀ ਪਤਨੀ ਕਰੈਕਟਰ ਲੈਸ ਆ ਤੁਸੀਂ ਭੇਜੋ ਮੇਰੇ ਨਾਲ ਅਮਰੀਕਾ ਨੂੰ ਤੇ ਮੈਂ ਉੱਥੇ ਮਸ਼ੀਨ ਚ ਚੈੱਕ ਕਰਾ ਕੇ ਲਿਆਉਣੀ ਆ ਤੁਸੀਂ ਤਿਆਰ ਆ ਭੇਜਣ ਨੂੰ ਤੁਸੀਂ ਕੀ ਕਹੋਗੇ ਮੈਨੂੰ ਘਰ ਦਾ ਮਾਮਲਾ ਸਾਡਾ ਤੂੰ ਮਿਰਚਾਂ ਮੁਰਚਾਂ ਸਿੱਟੇ ਦਾਲ ਦਾ ਕੋਲਾ ਸਿਰ ਚ ਪਾਵੇ ਉਹਦੇ ਹਨਾ ਉਹਦੇ ਗਿੱਟੇ ਭੰਨੇ ਉਹਦੇ ਤੂੰ ਹੁੰਦਾ ਕੌਣ ਹੈ ਉਹ ਇੰਨੀ ਗੱਲ ਕਹਿਣੇ ਵਾਲਾ ਬਿਲਕੁਲ ਹਨਾ ਅਗਲੇ ਨੂੰ ਕਹਿ ਪਹਿਲਾਂ ਤੂੰ ਆਪਣੀ ਮਾਂ ਭੈਣ ਨੂੰ ਸਾਰੇ ਟੱਬਰ ਨੂੰ ਲਿਆ ਸੀ ਮਸ਼ੀਨ ਚ ਸਾਡੇ ਕੋਲ ਇੱਥੇ ਮਸ਼ੀਨ ਹੈਗੀ ਆ ਇੱਥੇ ਲਾਹ ਕੱਪੜੇ ਉਹਨਾਂ ਦੇ ਘਰ ਇੱਥੇ ਲੈ ਹੋਣੇ ਅਸੀਂ ਸਾਡੇ ਕੋਲ ਹੈਗੀ ਮਸ਼ੀਨ ਉੱਥੇ ਕੋਈ ਵੀ ਮੀਟਰ ਖੜਾ ਕਰ ਦਿਓ ਦੇਖਦਾ ਭੱਜਦਾ ਅਗਲਾ ਮੈਂ ਕਹਿੰਦਾ ਮੁੜ ਕੇ ਪਿੰਡ ਵੜ ਗਿਆ ਤਾਂ ਕਹਿ ਦਿਓ ਜਾਣੀ ਕੋਈ ਸਾਡੇ ਧਾਰਮਿਕ ਬੰਦਾ ਜਿਹੜਾ ਧਾਰਮਿਕ ਬਣਨਾ ਚਾਹੁੰਦਾ ਨਾ ਬੰਦਾ ਉਹਦੀ ਕਮਜ਼ੋਰੀ ਇਹ ਆ ਉਹ ਜਜ਼ਬਾਤੀ ਹੋ ਕੇ ਫੈਸਲੇ ਕਰਦਾ ਸਚਾਈ ਦੱਸਣੀ ਹੁੰਦੀ ਆ ਸਫਾਈ ਨੀ ਦੇਣੀ ਹੁੰਦੀ ਅਸੀਂ ਖਿਆਲ ਨਹੀਂ ਸਾਨੂੰ ਅਸੀਂ ਆਪਣੀ ਗੱਲ ਕਰਦੇ ਹਾਂ ਸਾਨੂੰ ਸਚਾਈ ਦੱਸਣੀ ਹੁੰਦੀ ਆ ਸਫਾਈ ਨੀ ਦੇਣੀ ਹੁੰਦੀ ਅੱਜ 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 ਮੈਨੂੰ ਕੋਈ ਬੰਦਾ ਕਹਿੰਦਾ ਵੀ ਕੱਲ ਤੂੰ ਸ਼ਰਾਬ ਪੀਤੀ ਉੱਥੇ ਜਾ ਕੇ ਮੈਂ ਜੇ ਵੱਧ ਤੋਂ ਵੱਧ ਕਹਿਣਾ ਨਾ ਤਾਂ ਮੈਂ ਇੰਨਾ ਕਹਿ ਦੇਵਾਂ ਵੀ ਨਹੀਂ ਮੈਂ ਨੀ ਪੀਤੀ ਜੇ ਮੈਂ ਇਹ ਕਰਨ ਲੱਗ ਪਿਆ ਨਾ ਅੱਛਾ ਤੂੰ 2 ਵਜੇ ਦੀ ਗੱਲ ਕਰਦਾ ਨਾ ਆ ਜਾ ਮੇਰੇ ਨਾਲ ਚੱਲ ਕੰਮ ਤੇ ਮੈਂ ਮੈਨੇਜਰ ਨੂੰ ਬੁਲਾਉਣਾ 2 ਵਜੇ ਮੈਂ ਕੰਮ ਤੇ ਸੀਗਾ ਤੂੰ ਚੱਲ ਆ ਜਾ ਮੈਂ ਚੰਡੀਗੜ੍ਹ ਫਲਾਨੀ ਸ਼ੋਪ ਤੇ ਫਿਰਦਾ ਸੀ ਦੇਖ ਉਹਨੂੰ ਜਾ ਕੇ ਤੈਨੂੰ ਦੁਕਾਨ ਵਾਲਾ ਦੱਸੂਗਾ ਫਿਰ ਤਿਲਕ ਗਿਆ ਮੈਂ ਇਹੀ ਕੁਛ ਅਗਲਾ ਚਾਹੁੰਦਾ ਆ ਅਗਲਾ ਇੱਥੇ ਸਾਨੂੰ ਉਹਨੂੰ ਪਤਾ ਆ ਇਮੋਸ਼ਨਲ ਬੰਦਾ ਫੈਸਲੇ ਇੱਦਾਂ ਕਰਨੇ ਆ ਇਹਦੇ ਅੰਦਰ ਧਰਮ ਜਾਗ ਪੈਣਾ ਆ
ठीक है तो संभलना चाहिए सानू कोई किसी का कोई काम नहीं है साढ़े फैसले भाई असी तो मानते ही नहीं इन करैत अगला कहूगा गंदा है बंदा सानू असी तू कौन हुंदा सानू गंदे ही चाहिए आ तू काम कर तू जाके तू धूमे उन्होंने संभाल जाके ठीक है जिन्हें टकसाल दे विच बैठे बंदे पहले उन्होंने डीएनए टेस्ट करा के दियो सानू सारियां दा सानू शक आ वो चरित्र पढ़ते सारे एक दूजे दे नाल सौंदे आ जे दियो उन्होंने डीएनए करा के पहला जिदन रिपोर्ट आ गई उदन उह तों बाद दूजा नंबर साडा ला लवांगे चलो करो सामने कराओ असीं दसांगे किहड़े डाक्टर दे करवाउणा डीएनए आपे डेढ़ साल लग जाणा है जिन्हें आजादी टकसाल चली हो जिन्हें बंदे जींदे उन्होंने सारियां दे कराओ डीएनए जिन्ना चर ए राह नहीं अपना मेनू नहीं लगता उन्ना चर हाल डेगदे ही जाणगे सानू डेगदे ही जाणगे सानू दस साल की उम्र च गुरु अपने हर राय साहब दे नाल अठ ब्याह करा दिते उन्होंने नौ एक वीर ने पाया सीगा वो कहिंदा वी जे इस हिसाब नाल साल साल का भी फर्क होया जो बच्ची का जन्म होया उदो ही उस महीने फिर माता प्रेगनेंट हो गई हो जे साल का भी फर्क होया कहते ब्याह तो बाद जमिया होनी एक दो फिर औरत नू प्रगट करन दे लई वो भी नंगी प्रगट हुंदी आ उन्होंने मोहरे नंगी प्रगट लखां उन्हां टाइमां च लखां रुपया लाउंदे आ फिर नंगी नू औरत नू देख के अखां बंद करके अखां च बसाउणा चाहुंदे आ मेनू कि बिस्तर ना जाए जिहड़े दसवें पातशाह दे नाल 404 चरित्र जोड़ सकते आ ओह किसे टड्डरियां वाले दे सके किद्दां हो सकते आ यार बिलकुल बिलकुल ठीक है उन्हीं तो मैं थोनू दस दिंदा उन्हीं लक तोड़ना उन्हीं हथ उत्थे पाउणा आ जिथे नुकसान होवे अज ओ बंदा किन्ना क उत्थे इंपोर्टेंट सी किद्दां दा प्रबंध कर रहा सी जिहदे बारे हुण एक जानी एक कौन जाने पे ओ जनानी दे बारे जिहदे बारे गल कर रहे उहनूं किन्ने क पैसे दित्ते होणे आ इह खेड खड़ाउण दे लई अक्सर तां बंदा ही आ ना अक्सर तां बंदा ही ना जिद्दां दा जिद्दां मर्जी होवे जदों अगली रोंदी आ पे मेरे आ मेरे बच्चियां दी प्रॉब्लम मेरे घर वाले दी पर मेरी आ प्रॉब्लम आ वीर जी एदां इह वीर जी कह के तां गल पैंदियां इह गल पैंदियां इन्हीं आपे तां चरित्र सानूं सुणाई आ किद्दां करदियां आ उह दिमाग नहीं सोचिए नहीं भाई इन्हां ने हथियार खुंडे करने बंदे जिहड़े जिहड़े हथियार नाल सानू मारना चाहुंदे आ हथियार खुंडा करना असीं मैं कहिंदा जी दो गल्लां कहो तीजी गल दे बाद तां गालां दे आ जांदे सिद्धे ही फिर सानू लोड़ ही नहीं इन्हां दी गल सुनने दी आला दुआला जानी सानू छटना पैना देखना पैना सानू सारिया नू बंदे जेड़े 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 हैगे या नेड़े को किदां दे या बंदे जानी ठीक है बड़ा खतरनाक दिनों दिन खतरनाक हो रहा क्योंकि इन्हां दा हुण बस नहीं चलिया उन्होंने शिवील भी ला के देख ली उन्होंने बंदे भी करके देख लाए उन्हें बेचारा करके देख लिया अजनाले ने जाके उत्थे मुरे धमकी दे के देख ली आ कोई बस नहीं चल रहा बस उन्हीं आखरी हथियार औरत आला वरतिया जनानी आला हुण चरित्र ही तां पढ़ी जांदे आ लड़के दी साडे बच्चे दी किसी नाल गलत संबंध हो जांदे आ असीं उहनूं घरों कढ़दे आ बिलकुल नहीं कढ़दे जी असीं घरों थोड़ी कढ़दे आ उल्टा दूजे दे गाली पैंदे आ कि तू आपदी कुड़ी नूं संभाल नहीं भाई जे थानू कानूनी तौर ते लगदा तुसीं जाके पुलिस रिपोर्ट करो उहदी इनक्वायरी होंदी बस जाओ उत्थे ठीक है हां ओह जे हुण गुरुद्वारे दे विच आ मैं कहिंदा गुरुद्वारे दे विच आ जे हुण इत्थे साडे गुरुद्वारे विच को कमेटी मैंबर आ
ਜੇ ਉਹਦੇ ਉਹਦੇ ਉੱਤੇ ਇਦਾਂ ਦਾ ਇਲਜ਼ਾਮ ਲੱਗਦਾ ਹੈ ਕੋਈ ਗੱਲ ਹੁੰਦੀ ਆ, ਅਸੀਂ ਇਦਾਂ ਕਹਾਂਗੇ ਵੀ ਦੇਖੋ ਅਸੀਂ ਉਹਨੂੰ ਸਟੇਜ ਸੈਕਟਰੀ ਨਹੀਂ ਬਣਾਵਾਂਗੇ, ਅਸੀਂ ਆਪਸ ਵਿੱਚ ਹੀ ਕਮੇਟੀ ਦੇ ਵਿੱਚ ਸਲਾਹ ਕਰ ਲਾਂਗੇ ਵੀ ਇਹ ਬੰਦੇ ਨੂੰ ਸਟੇਜ ਦੇ ਉੱਤੇ ਨਾ ਚੜ੍ਹੀਏ ਆਪਾਂ, ਕਿਉਂਕਿ ਜੇ ਇੱਥੇ ਖੜ ਕੇ ਉਪਦੇਸ਼ ਕਰੂਗਾ ਲੋਕਾਂ ਨੂੰ ਕਹੂਗਾ ਇਹ ਬੰਦਾ ਕਥਾ ਨਾ ਕਰੇ, ਠੀਕ ਹੈ, ਇਹ ਬੰਦੇ ਨੂੰ ਕੀਰਤਨ ਨਾ ਕਰਨ ਦੇਈਏ ਆਪਾਂ, ਠੀਕ ਹੈ। ਬਾਕੀ ਜੇ ਉਹ ਬੰਦਾ ਲੰਗਰ ਦੇ ਵਿੱਚ ਸੇਵਾ ਕਰਨੀ ਚਾਹੁੰਦਾ ਆ, ਸਾਡਾ ਕਮੇਟੀ ਮੈਂਬਰ ਆ ਉਹ, ਠੀਕ ਹੈ, ਇਨਕੁਆਇਰੀ ਹੋ ਲੈਣ ਦਿਓ। ਮੈਂ ਫਿਰ ਕਹਿੰਦਾ ਵੀ ਜਦੋਂ ਸਾਡੇ ਆਲੇ ਦੁਆਲੇ ਕਿੰਨੇ ਕੇਸ, ਪੈਸਿਆਂ ਦੇ ਕੇਸ ਲੋਕਾਂ ਦੇ ਪਏ ਆ, ਪੱਬਾਂ ਕਲੱਬਾਂ ਦੇ ਕੇਸ, ਜਿਹੜੇ ਐਡੀਆਂ ਐਡੀਆਂ ਵੱਟੀਆਂ ਲੇਬਰ ਦੇ ਕੇਸ ਪਏ ਆ, ਵੋਟ ਚੋਰੀ ਦੇ ਕੇਸ ਪਏ, ਉਹ ਬੰਦੇ ਕਮੇਟੀਆਂ ਦੇ ਵਿੱਚ ਬੈਠੇ ਆ, ਸਾਰੇ ਕੰਮ ਕਰ ਰਹੇ, ਕਬੱਡੀ ਕਲੱਬਾਂ ਦੇ ਵਿੱਚ ਬੈਠੇ ਆ, ਜਿਹੜਾ ਮੈਨੇਜਮੈਂਟ ਵਾਲਾ ਕੰਮ ਆ ਕਰੀ ਜਾ ਰਿਹਾ ਅਗਲਾ, ਬਸ ਬੜਾ ਵਧੀਆ ਆ, ਠੀਕ ਹੈ। ਤੇ ਉਹਨੂੰ ਜੇ ਇਸ ਤਰੀਕੇ ਨਾਲ ਦੇਖਾਂਗੇ ਫਿਰ ਕੀ ਹੋਊਗਾ, ਫਿਰ ਅਗਲੇ ਦਾ ਹਥਿਆਰ ਖੁੰਡਾ ਹੋ ਜਾਣਾ, ਉਹਨੇ ਦੁਬਾਰਾ ਉਹਨੇ ਸੋਚਣਾ ਵੀ ਨਹੀਂ ਯਾਰ ਇਹ ਕੰਮ ਨਹੀਂ ਕੀਤਾ, ਹੁਣ ਕੁਛ ਹੋਰ ਕਰੀਏ। ਸਾਨੂੰ ਇਹ ਫਿਕਰ, ਅਸੀਂ ਇਹ ਸੋਚਦੇ ਹਾਂ, ਮੈਂ ਫਿਰ ਉਹ ਕਲਿੱਪ ਸੁਣਾ ਦਿੰਦਾ ਵੀ ਜਿਹੜੀ ਸਾਡੀ ਕੌਮ ਆ ਬੇਗੈਰਤਾਂ ਦੀ ਕੌਮ ਆ, ਸਾਡੇ ਲੋਕਾਂ ਨੂੰ ਇੰਨੀ ਯਾਦਾਸ਼ਤ ਨਹੀਂ ਹੈਗੀ, ਇੰਨਾ ਚੇਤਾ ਨਹੀਂ ਸਾਡੇ ਲੋਕਾਂ ਨੂੰ ਰਹਿੰਦਾ, ਜੇ ਅਸੀਂ ਇਹ ਸੋਚ ਲਈਏ ਨਾ ਵੀ ਇੱਦਾਂ ਵੀ ਇੱਦਾਂ ਇੱਦਾਂ ਕਹਿ ਕੇ ਲੋਕਾਂ ਨੇ ਕਹਿਣਾ, ਜੇ ਹੁਣ ਢੱਡਰੀ ਵਾਲੇ ਵੀ ਇਹ ਸੋਚਦੇ ਹੋਣ ਵੀ ਜਦੋਂ ਮੈਂ ਇਹ ਫੈਸਲਾ ਲੈਣਾ ਤੇ ਸੰਗਤ ਨੇ ਕਹਿਣਾ ਵੀ ਅੱਛਾ ਬਹੁਤ ਵਧੀਆ ਨਿਆਂ ਕੀਤਾ, ਠੀਕ ਆ, ਉਹ ਨੀ ਉਹ ਮਹੀਨੇ ਦੋ ਮਹੀਨੇ ਚ ਭੁੱਲ ਭੁਲਾ ਜਾਣਾ, ਠੀਕ ਹੈ। ਹੁਣ ਜੇ ਜੇ ਉਹ ਜੇ ਇੱਦਾਂ ਦੀ ਘਟਨਾ ਕਿਤੇ ਹੁੰਦੀ ਆ ਭਾਈ, ਉਹ ਬੰਦੇ ਨੂੰ ਸਟੇਜ ਦੇ ਉੱਤੇ ਨਾ ਚਾੜੋ, ਉੱਥੇ ਨਾ ਕਰੋ, ਪਰ ਪਿੱਛੇ ਪ੍ਰਬੰਧ ਜਿਹੜਾ ਆ ਉਹ ਕਰਦਾ ਰਹੇ ਬੰਦਾ, ਵਿੱਚ ਜਿਹੜੇ ਕੰਮ ਦੇ ਵਲੰਟੀਅਰ ਬੰਦੇ ਆ ਬੜੇ ਔਖੇ ਮਿਲਦੇ ਆ, ਪੈਸੇ ਆਧਾਰ ਦੇ ਦੇਣ ਜਾਂ ਕਿਸੇ ਕੋਲੋਂ ਲੈ ਲੈਣ, ਉਹਦੇ ਉੱਤੇ ਹੋਰ ਕੋਲ ਜਾਮ ਲਾ ਦੇਣ, ਹਨਾ। ਹੁਣ ਰਾਹ ਦੇ ਵਿੱਚ ਕਿਸੇ ਔਰਤ ਦੀ ਗੱਡੀ ਖਰਾਬ ਹੋਵੇ, ਕੋਈ ਬੰਦਾ ਕੋਈ ਕੁੜੀ ਫੋਨ ਕਰਦੀ ਆ ਵੀ ਭਾਈ ਮੇਰੀ ਗੱਡੀ ਖਰਾਬ ਹੋ ਗਈ ਮੇਰੀ ਹੈਲਪ ਕਰ ਦਿਓ, ਕਿ ਜਾਵੇ ਨਾ ਬੰਦਾ ਮਦਦ ਕਰਨ, ਬਿਲਕੁਲ ਚਲੋ ਜੇ ਜੇ ਮੈਂ ਕਹਿੰਦਾ ਜਦੋਂ ਹੁੰਦਾ ਵੀ ਆ ਤੁਸੀਂ ਜੇ ਤਾਂ ਹੋਈ ਜ਼ਬਰਦਸਤੀ ਫਿਰ ਉਹ ਪੁਲਿਸ ਦਾ ਕੇਸ ਆ, ਜੇ ਦੋਹਾਂ ਦੀ ਸਲਾਹ ਦੇ ਨਾਲ ਹੋਇਆ ਤਾਂ ਦੋਵੇਂ ਬਰਾਬਰ ਦੋਸ਼ੀ ਆ, ਬਿਲਕੁਲ ਬਰਾਬਰ ਦੋਸ਼ੀ ਆ, ਠੀਕ ਹੈ। ਉਹਨਾਂ ਨੂੰ ਅਗਲੇ ਨੂੰ ਚੱਕ ਕੇ, ਸਗੋਂ ਵੱਡੇ ਦੋਸ਼ੀ ਤਾਂ ਉਹ ਬੰਦੇ ਆ ਜਿਨ੍ਹਾਂ ਨੇ ਇਸ ਗੱਲ ਨੂੰ ਹਵਾ ਦਿੱਤੀ ਆ, ਸਭ ਤੋਂ ਵੱਡੇ ਦੋਸ਼ੀ ਉਹ ਆ ਜਿਨ੍ਹਾਂ ਨੇ ਤੂਲ ਦਿੱਤੀ ਆ ਇਸ ਘਟਨਾ ਨੂੰ। ਦੇਖਣ ਵਾਲੀ ਗੱਲ ਇਹ ਆ ਵੀ ਇਹ ਘਟਨਾ ਉਹ ਗੁਰਪ੍ਰੀਤ ਹੋਣਾ ਤੱਕ ਉਹ ਬੰਦਿਆਂ ਤੱਕ ਕਿੱਦਾਂ ਪਹੁੰਚੀ ਆ, ਇਹਦਾ ਮਤਲਬ ਵਿੱਚ ਹੁਣ ਜਿਹੜੇ ਬੰਦਿਆਂ ਨੇ ਉਹ ਜਦੋਂ ਗੱਲ ਵਾਪਰੀ ਆ, ਜਦੋਂ ਪਤਾ ਲੱਗੀ ਆ, ਪਹਿਲੇ ਸਟੈਪ ਦੇ ਉੱਤੇ ਗੱਲ ਸਹੀ ਪ੍ਰੋਸੈਸ ਦੇ ਵਿੱਚ ਨਹੀਂ ਪਾਈ, ਉਹ ਬੰਦੇ ਦੋਸ਼ੀ ਆ, ਇਹਦਾ ਮਤਲਬ ਉਹਨਾਂ ਦੇ ਅੰਦਰ ਮੈਲ ਸੀ ਕੋਈ ਨਾ ਕੋਈ, ਅਗਰੈਸਿਵਲੀ ਕੰਮ ਕਰਨੇ ਵਾਲਾ ਹੁੰਦਾ ਨਾ, ਉਹਦੇ ਆਲੇ ਦੁਆਲੇ ਇੱਥੇ ਇੱਕ ਘਟਨਾ ਵਾਪਰੀ ਆ ਨਿਊਜ਼ੀਲੈਂਡ ਦੇ ਵਿੱਚ, ਇਮੀਗ੍ਰੇਸ਼ਨ ਦੀ ਫਾਰਮ ਦੇ ਵਿੱਚ ਬੰਦਾ ਸੁਪਰਵਾਈਜ਼ਰ ਆ, ਕੰਮ ਕਰ ਰਿਹਾ ਆ, ਉਹ ਕੰਮ ਬੜਾ ਵਧੀਆ ਕਰਦਾ ਸਾਰਿਆਂ ਨੂੰ ਦੱਸ ਤੇ, ਵਿੱਚੋਂ ਸਾਡੇ ਨਾ ਜਿੱਦਾਂ ਦੇ ਬੰਦੇ ਹੁੰਦੇ, ਇੱਦਾਂ ਟਕਸਾਲੀ ਹੋਣਾ ਕੋਈ, ਉਹ ਬੰਦਾ ਇਲੀਗਲ ਸੀਗਾ ਤੇ ਉਹਨੇ ਟਕਸਾਲੀ ਮਤਲਬ ਸਵਾ ਇਹ ਹੋਣਾ ਜਿਹੜਾ ਹਰਾਮਖੋਰੀ ਵਾਲਾ, ਤੇ ਉਹਨੇ ਉਹ ਇਲੀਗਲ ਸੀਗਾ, ਉਹ ਕੀ ਕਰਨ ਲੱਗ ਪਿਆ ਵੀ ਉਹਦਾ ਨਾ ਜਿਹੜਾ ਬੰਦਾ ਜਾਂਦਾ ਸੀ ਕਦੇ ਉਹਦੀ ਮੂਵੀ ਬਣਾ ਲੈਣੀ, ਇਹ ਗੱਡੀ ਲੈ ਕੇ ਇੱਦਾਂ ਬੈਂਕ ਨੂੰ ਚਲਾ ਗਿਆ, ਹੈਂ ਕਦੇ ਕਦੇ ਕੁਛ ਪਏ, ਹੁਣ ਇਹ ਕੌਫੀ ਲੈਣ ਚਲਾ ਗਿਆ, ਠੀਕ ਹੈ, ਉਹਦੀਆਂ ਸ਼ਿਕਾਇਤਾਂ ਕਰਨੇ ਨੂੰ ਖਰਾਬੀ ਕਰਦਾ ਸੀ, ਅਗਲੇ ਨੇ ਚੱਕ ਇਮੀਗ੍ਰੇਸ਼ਨ ਨੂੰ ਦੱਸ ਦਿੱਤਾ, ਹੁਣ ਉਹ ਤਾਂ ਚੱਕੇ ਹੋਣਾ ਸੀ, ਨਾਲ ਹੋਰ ਵੀ ਚੱਕ ਹੋਏ ਆ, ਠੀਕ ਹੈ। ਉਹ ਇਹ ਜਾਣੀ ਸਾਡਾ ਸੁਭਾਅ ਆ ਇੱਦਾਂ ਦਾ, ਅਸੀਂ ਆਪਣੀ ਥਾਂ ਛੱਡ ਕੇ ਕਿਸੇ ਹੋਰ ਨੂੰ ਜਲੀਲ ਕਰਨ ਦੇ ਲਈ ਇੱਦਾਂ ਤਿਆਰ ਰਹਿੰਦੇ ਹਾਂ। ਹੁਣ ਵੱਡੀ ਜਿਹੜੀ ਗੱਲ ਇੰਪੋਰਟੈਂਟ ਗੱਲ ਸਾਡੀ ਇੱਥੇ ਗੱਲ ਤੇ ਕਰਨੇ ਦੀ ਹੈਗੀ ਆ, ਸਾਡਾ ਮਕਸਦ ਆ ਉਹ ਇਹ ਆ ਵੀ ਇਹ ਬੰਦਿਆਂ ਨੇ ਇਹ ਖੇਡ ਖੇਡਣੀ ਆ, ਉਹਦੇ ਲਈ ਸਭ ਤੋਂ ਪਹਿਲਾਂ ਤਾਂ ਅਸੀਂ ਆਹ ਜਿਹੜੀ ਕ੍ਰਹਿਤ ਵਾਲੀ ਗੱਲ ਆ ਨਾ, ਪਰ ਇਸਤਰੀ ਪਰ ਪੁਰਖ ਗਾਮੀ ਹੋਣੇ ਵਾਲੀ ਆ, ਉਹਨੂੰ ਸਾਫ਼ ਕਰ ਦਈਏ ਵੀ ਇਹ ਨਾ ਇਸ ਤਰੀਕੇ ਨਾਲ ਇੱਡੀ ਵੱਡੀ ਉਹਨੂੰ ਬਣਾ ਕੇ ਪੇਸ਼ ਕਰੀਏ, ਨਾ ਇਹਨੂੰ ਇੱਦਾਂ ਛੱਡੀਏ ਤੇ ਪੰਜਾਂ ਪਿਆਰਿਆਂ ਦੇ ਪੇਸ਼ ਹੋ ਕੇ ਫਿਰ ਉਹ ਸਾਫ਼ ਹੋ ਜਾਏ। ਜਿਹੜਾ ਬੰਦਾ ਗਲਤੀ ਕਰਦਾ ਆ, ਜੇ ਮੁੜ ਕੇ ਵੀ ਸ਼ਾਮਿਲ ਹੋਣਾ ਚਾਹੁੰਦਾ, ਉਹ ਸੰਗਤ ਦੇ ਜਿਹੜਾ ਗਰੁੱਪ ਆ ਜਿੱਥੇ ਕੰਮ ਕਰਦਾ ਉੱਥੇ ਖੜਾ ਹੋ ਕੇ ਆਪਣੀ ਗਲਤੀ ਕਬੂਲੇ ਪਹਿਲਾਂ, ਉਹ ਦੱਸੇ ਵੀ ਕੀ ਹੋਇਆ, ਕਿਹਨਾਂ ਕਾਰਨਾਂ ਕਰਕੇ ਗਲਤੀ ਹੋਈ ਆ, ਕਿੱਦਾਂ ਉਹ ਤੇ ਭਰੋਸਾ ਕੀਤਾ ਜਾਵੇ ਵੀ ਮੈਂ ਗਾਹ ਨਹੀਂ ਕਰੂੰਗਾ। ਹਾਂਜੀ ਬਸ
ਤਾਂ ਕਿ ਸਾਰਿਆਂ ਨੂੰ ਪਤਾ ਹੋਵੇ ਵੀ ਅੱਛਾ ਇਹ ਆਹ ਗਲਤੀ ਕਰਕੇ ਆਇਆ ਇਹ ਅਗਲਾ ਕੇਅਰਫੁਲ ਰਹਿ ਸਕੇ ਠੀਕ ਹੈ ਹੁਣ ਜਿੱਥੇ ਜ਼ਬਰਦਸਤੀ ਜਿੱਥੇ ਜ਼ਬਰਦਸਤੀ ਹੋਈ ਆ ਉਹ ਕਾਨੂੰਨੀ ਮਾਮਲਾ ਆ ਉਹ ਕਾਨੂੰਨ ਨੂੰ ਦਿੱਤਾ ਜਾਵੇ ਜਦੋਂ ਜਦੋਂ ਏਦਾਂ ਦੀ ਖੇਡ ਹੁੰਦੀ ਉੱਥੇ ਪਤਾ ਹੁੰਦਾ ਦੂਜੀ ਧਿਰ ਨੂੰ ਵੀ ਗਲਤੀ ਸਾਡੀ ਆ ਤਾਂ ਉਹ ਬਲੈਕਮੇਲ ਕਰਨਾ ਚਾਹੁੰਦੇ ਆ ਠੀਕ ਉਹ ਜੇ ਜ਼ਬਰਦਸਤੀ ਹੋਈ ਹੋਵੇ ਅਗਲੇ ਕਾਨੂੰਨ ਨੂੰ ਨਾ ਦੇਣ ਜਾ ਕੇ ਹਮਲੇ ਕਰਦੇ ਰਹਿਣਗੇ ਉਹ ਬਿਲਕੁਲ ਠੀਕ ਹੈ ਇਸ ਕਰਕੇ ਸਾਨੂੰ ਕੇਅਰਫੁਲ ਹੋਣ ਦੀ ਲੋੜ ਹੈ ਠੀਕ ਹੈ ਠੀਕ ਹੈ ਵੀਰ ਜੀ